ਡਕੈਤੀ ਹੋਈ ਹੈ। ਮੁਬਾਰਕ ਹੈ, ਬਾਕੀ ਸਾਨੂੰ ਕੋ ਸਾਨੂੰ ਕੋ ਬੜਾ ਡਿਆ ਹੋ। ਤੁਸੀਂ ਮੈਨੂੰ ਵੇਖ ਕੇ ਨਸੇ ਕਿਉਂ? ਅਸੀਂ ਤਾਂ ਤਾਸ਼ ਖੇਡਦੇ ਸੀ ਰੰਗ, ਅਸੀਂ ਕਹਿੰਦੇ ਸਾਨੂੰ ਛਾਪਾ ਮਾਰ ਰਹੇ ਸਾਡੇ ਤੇ। ਓਏ ਤਰਾਸ਼ੀ ਰੱਖ, ਓਏ ਜਲਦੀ 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 ਕਰ, ਓਏ ਤੂੰ ਤਰਾਸ਼ੀ ਦੇ, ਤੂੰ ਇੱਥੇ ਬੜਾ ਡਿੱਗਦਾ ਓਏ। ਓ ਜਨਾਬ, ਮੈਂ ਛਿੱਲੜ ਤੋਂ ਤਿਲਕਿਆ ਸਾਂ। ਛਿੱਲੜ ਇਹਦੀ ਵੀ ਤਰਾਸ਼ੀ ਲੈ, ਅਸੀਂ ਤਰਾਸ਼ੀ ਲੜ ਗਿਆ ਤੁਹਾਨੂੰ ਸਾਰੇ ਡਾਕੂ ਨਹੀਂ, ਇਹ ਤਾਸ਼ ਖੇਡਣ ਡਾਇਆ ਸਾਂ। ਤਲਾਸ਼ੀ ਲਈ ਤੇਜ਼ ਕਰ ਦੀ। ਲਓ ਸਰ, ਫੌਰਨ ਲਵੋ, ਚੱਲ ਤੂੰ ਅੰਦਰ, ਚੱਲ। ਅੱਛਾ, ਤੂੰ ਅੰਦਰ ਚੱਲ, ਜਲਦੀ ਕਰੋ, ਜਲਦੀ ਕਰੋ। ਮੇਰੇ ਘਰ ਤੇ ਪੁਲਸਾਂ ਇੰਜ ਆ ਵੜੀਆਂ ਜਿਵੇਂ ਉਸਾਮਾ ਮੈਂ ਲਗਾਇਆ। ਉਸਾਮਾ ਮੈਂ ਲਗਾਇਆ, ਜਿਨ੍ਹਾਂ ਨੇ ਲਗਾਇਆ ਉਹ ਹੀ ਲੱਭਣ ਡਾਇਆ। ਤੇ ਫਿਰ ਮੇਰੇ ਘਰ ਕੀ ਲੈ? ਆਲੂ ਮਾਰਕ ਖਾਨ ਤੇ ਪਾਓ ਮੇਰੇ ਮੂੰਹ ਤੇ ਆਲੂ, ਸੁੱਟੋ ਮੈਨੂੰ ਪਾਲਕ ਤੇ ਮੰਗਾ ਲਓ ਰੋਟੀਆਂ। ਆਓ ਸਾਹਿਬ। ਮੇਰਾ ਨਾਂ ਜਮਾਲ ਜੀ, ਮੇਰੇ ਪੁੱਤਰ ਦਾ ਨਾਂ ਕਮਾਲ ਤੇ ਮੇਰੇ ਦਾਦੇ ਦਾ ਨਾਂ ਜਲਾਲ। ਤੇ ਦਾਦੇ ਦਾ ਨਾਂ ਹਸਪਤਾਲ ਤੇ ਦਾਦੀ ਦਾ ਨਾਂ ਰੋਸ਼ਨ ਖਿਆਲ। ਆ ਵੇਖੋ, ਮੈਂ ਤੁਹਾਡੀ ਇੱਜ਼ਤ ਕਰ ਰਿਹਾ, ਤੁਸੀਂ ਗੱਲਾਂ ਕਰ ਰਹੇ। ਮੈਂ ਕਹਿੰਦਾ ਤੇਰੇ ਚਾਨੇ ਲਾ ਤੈਨੂੰ। ਕੀ ਕਰ ਰਹੇ ਤੁਸੀਂ? ਮੈਂ ਇੱਥੇ ਇੱਕ ਔਰਤ ਦਾ ਖਾਮਨ ਲੱਗਾ ਜੀ। ਸਰ ਇਹ ਕਹਿ ਰਿਹਾ ਮੈਂ ਇੱਥੇ ਖਾਮਨ ਔਰਤ ਦਾ ਖਾਮਨ ਲੱਗਾ। ਸਰ ਇਹਦੀ ਟ੍ਰਾਂਸਫਰ ਕਰਕੇ ਮੈਨੂੰ ਲਾਓ। ਵੇਖ ਲਓ ਸਾਹਿਬ ਜੀ, ਮੈਂ ਇੱਜ਼ਤ ਕਰ ਰਿਹਾ, ਤੂੰ ਗੱਲਾਂ ਕਰ ਰਿਹਾ। ਚੁੱਪ ਕਰਕੇ ਖੜਾ ਰਹਿ ਤੂੰ। ਓਕੇ, ਜ਼ਿੰਦਗੀ 'ਚ ਪਹਿਲੀ ਵਾਰੀ ਵੇਖਿਆ ਸੱਤ ਰੱਪਤੀ ਹਵਾਲਦਾਰ। ਹੋਰ ਕੌਣ ਕੌਣ ਰਹਿੰਦਾ ਇੱਥੇ? ਇੱਥੇ ਜੀ ਮੈਂ ਤੇ ਮੇਰੀ ਬੀਵੀ ਤੇ ਮੇਰਾ ਪੁੱਤਰ ਹੈ ਜੀ, ਤੇ ਨਾਲ ਮੇਰਾ ਭਰਾ ਹੈ ਜੀ ਲਾਲ। ਜਿਹੜੇ ਭਰਾ ਲਾਲ ਨੂੰ ਬੁਲਾਵੇ। ਉਹਨੂੰ ਨਾ ਬੁਲਾਉਣਾ ਨਹੀਂ ਆ ਸਕਦਾ। ਸਾਹਿਬ ਜੀ ਉਹਦੀਆਂ ਲੱਤਾਂ ਮਾਰੀਆਂ ਨੇ ਡਾਕਟਰਾਂ ਨੇ ਕਿਹਾ ਜਿਹੜਾ ਉਹਦੇ ਨੇੜੇ ਜਾਏਗਾ 6 ਦਿਨਾਂ ਬਾਅਦ ਮਰ ਜਾਏਗਾ, ਉਹਨੂੰ ਜ਼ਹਿਰ ਬਾਤ ਹੈ ਜੀ। ਅੱਛਾ, ਤੇ ਉਹਦੇ ਕੋਲ ਜਾ ਜਾਏਗਾ 6 ਦਿਨਾਂ 'ਚ ਮਰ ਜਾਏਗਾ? ਤੈਨੂੰ ਕਿੰਨੇ ਦਿਨ ਰਹਿ ਗਏ ਨੇ? ਮੈਨੂੰ ਪੌਣਾ ਘੰਟਾ ਜੀ। ਓ ਲਾਲ, ਭਾਈ ਲਾਲ, ਓ ਮਹਿਮਾਨ ਆਏ ਨੇ ਕਾਮੋ ਕੀ ਤੋਂ। ਓ ਕਿਹੜਾ? ਓ ਮਹਿਮਾਨ ਆਏ ਨੇ। ਅੱਛਾ ਜੀ, ਸਲਾਮਾਂ ਲੈ ਕੇ ਆਓ। ਆਹਾ ਜੀ, ਤੂੰ ਵਰਗਾ ਲਾਲ। ਹਾਂਜੀ, ਆਵਾਂ ਉੱਤੇ ਤੈਨੂੰ ਦੱਸਾਂ ਮੈਂ। ਆ ਜਾ। ਕਿਉਂ? ਓਏ ਆ ਜਾ, ਉੱਤੇ ਫੁੱਲ ਵੱਧ ਜਾਣਗੇ। ਓਏ ਤੂੰ ਕਰਨਾ ਕੀ ਹੈ? ਮੈਂ ਜੀ ਹਰਾਮ ਖਾਣਾ ਜੀ। ਆ ਜਾਓ। ਓ ਬਜ਼ੁਰਗੋ, ਮਾਫੀ ਚਾਹੁੰਦੇ, ਤੁਸੀਂ ਆਰਾਮ ਕਰੋ। ਦਰਅਸਲ ਇੱਥੇ ਬੈਂਕ ਦੀ ਡਕੈਤੀ ਹੋਈ ਹੈ। ਸਾਡੀ ਇਤਲਾਹ ਦੇ ਮੁਤਾਬਿਕ ਡਾਕੂ ਅਲੀ ਇਸ ਇਲਾਕੇ 'ਚ ਮੇਰੀ ਬੀਵੀ ਹੈ ਜੀ। ਅੱਛਾ ਅੱਛਾ, ਮੇਰੀ ਬੀਵੀ। ਮੇਰੀ ਬੀਵੀ ਜੀ, ਮੈਂ ਵੀ ਇਹ ਕਹਿਣਾ ਮੇਰੀ ਬੀਵੀ ਹੈ। ਨਹੀਂ ਨਹੀਂ, ਮੇਰੀ ਮੇਰੀ ਮੈਂ ਕਹਿੰਦਾ ਕਿ ਤੇਰੀ ਬਾਜੀ, ਜਿਸ ਤਰ੍ਹਾਂ ਮੇਰੀ ਬੀਵੀ ਉਸ ਤਰ੍ਹਾਂ ਤੁਹਾਡੀ ਵੀ। ਨਹੀਂ ਨਹੀਂ, ਤੁਹਾਡੀ ਤਾਂ ਭੈਣ ਹੈ। ਇਹ ਕੱਲੀ ਬਾਹਰ ਕੋ ਫਰਿੰਡਾ ਹੀ ਹੈ, ਖਬਰਦਾਰ ਅੱਜ ਬਾਅਦ ਕੱਲੀ ਗਈ, 4 ਹਵਾਲਦਾਰ ਨਾਲ ਲਿਜਾਇਆ ਕਰ। ਮਨਾ ਕੀਤਾ ਜੀ ਮੈਂ, ਗੋਲੀ ਨਾ ਮਾਰਨਾ, ਮੈਂ ਬਾਹਰ ਹੀ ਖਰੋਤਾ, ਹਰ ਆਣ ਜਾਣ ਵਾਲੇ ਦਾ ਮੇਰੀ ਨਜ਼ਰ ਹੈ। ਅੱਛਾ ਜੀ, ਇਹ ਪੁਲਿਸ ਇੱਥੇ ਕੀ ਕਰਨ ਆਈ ਸੀ? ਅੱਲਾ ਜਾਣੇ, ਨਾ ਪਤਾ ਲੈ ਕੇ ਟੁਰ ਗਿਆ ਨੇ, ਨਾ ਪਤਾ ਲੈ ਕੇ ਟੁਰ ਗਿਆ ਨੇ। ਹਾਂ, ਮੈਨੂੰ ਯਾਦ ਆਇਆ, ਬਾਹਰ ਸਬਜ਼ੀ ਦੀ ਦੁਕਾਨ ਤੇ ਗੱਲਾਂ ਹੋਣ ਡਈਆਂ ਸਨ। ਤੇਰੀਆਂ ਗੱਲਾਂ ਹੁਣ ਦੁਕਾਨਾਂ ਤੇ ਹੋਣਗੀਆਂ।
ਮੇਰੀਆਂ ਨਹੀਂ ਤੇ ਮੇਰੀਆਂ ਗੱਲਾਂ ਕੌਣ ਕਰਦਾ ਉੱਥੇ ਆਹ ਤੁਹਾਡੀਆਂ ਗੱਲਾਂ ਵੀ ਨਹੀਂ ਆਪਣੀ ਨਾਲ ਦੀ ਵੱਡੀ ਸੜਕ ਨਹੀਂ ਉੱਥੇ ਜਿਹੜਾ ਵੱਡਾ ਬੈਂਕ ਹੈ ਆਹਾ ਉੱਥੇ ਡਾਕਾ ਪਿਆ ਜੋ 1.5 ਕਰੋੜ ਦਾ ਉਹ ਮੇਰੇ ਉੱਥੇ 140 ਰੁਪਏ 140 ਮੈਂ ਰੁਪਇਆ ਕਰਕੇ ਜਮ੍ਹਾਂ ਕਰਾਇਆ ਨੇ ਕਿਹੜਾ 140 ਰੁਪਏ ਜਮ੍ਹਾਂ ਕਰਾਇਆ ਵੇ ਡਾਕੂਆਂ ਦੇ ਪੈਰੀ ਪੈ ਜਾਗਾ ਮੇਰੇ ਤੇ ਦਿਓ ਆ ਕੇ ਹਨਾ ਡਾਕੂ 1.5 ਕਰੋੜ ਤੋਂ ਤੁਹਾਡੇ 140 ਕੱਢ ਕੇ ਦੇਣਗੇ ਕੋਈ ਪਤਾ ਨਹੀਂ ਉਹਦੇ ਵਿੱਚ ਮਸਕੀਨ ਡਾਕੂ ਵੀ ਹੁੰਦੇ ਨਹੀਂ ਕਿਹੜਾ ਮਸਕੀਨ ਡਾਕੂ ਹੁੰਦੇ ਨੇ ਸਮਝ ਨਹੀਂ ਆਉਂਦੀ ਬਾਹਰ ਪੁਲਿਸ ਨੇ ਘੇਰਾ ਪਾਇਆ ਹੋਇਆ ਵੇ ਉਹ ਕਹਿੰਦੇ ਨੇ ਡਾਕੂ ਇਸ ਇਲਾਕੇ ਚੋਂ ਬਾਹਰ ਨਹੀਂ ਗਿਆ ਅੱਲਾ ਰਹਿਮ ਮੈਂ ਕੀ ਹੋਇਆ ਨਾ ਘਬਰਾ ਇਹ ਕੋ ਬੰਦਾ ਇਹ ਤੇ ਪੁਲਿਸ ਵਾਲਾ ਗੋਲੀ ਮਾਰਾਂਗਾ ਗੋਲੀ ਨਾ ਮਾਰਨਾ ਮੇਰਾ ਮਾਸੂਮ ਬੱਚਾ ਜੀ ਗੋਲੀ ਮਾਰਾਂਗਾ ਭਾਜੀ ਉਹਨੇ ਕਦੀ ਕੋਈ ਜ਼ਿਆਦਤੀ ਕੀਤੀ ਨਹੀਂ ਸਾਡੇ ਨਾਲ ਨਹੀਂ ਬਦਤਮੀਜ਼ੀ ਕੀਤੀ ਗੋਲੀ ਨਾ ਮਾਰ ਗੋਲੀ ਮਾਰਾਂਗਾ ਨਾ ਨਾ ਗੋਲ ਯਾਰ ਜਿੰਨੇ ਲਾਡ ਕਰਨ ਡਿਆ ਇੱਕ ਖਾ ਲਓ ਓਏ ਹੋਏ ਗੋਲੀ ਮਾਰਾਂਗਾ ਲਓ ਹੁਣ ਤੇ ਗੋਲੀ ਵੱਜ ਨਹੀਂ ਸਕਦੀ ਉਹ ਕਿਉਂ ਉਹਨੇ ਬੰਦੂਕ ਦੀ ਕੁੰਡੀ ਲਾ ਲਈ ਹੋਰ ਨਾਲ ਚਾਰ ਟਾਲੀਆਂ ਜੰਮਲੀਆਂ ਵੱਖਰਾ ਵੱਖਰਾ ਪੁੱਤਰ ਕਿਉਂ ਨਹੀਂ ਇੱਕ ਸਾਲ ਦੀ ਮਾਫੀ ਦੇ ਦਿਮਾਗ ਹਿੱਲ ਗਿਆ ਕਦੀ ਸਾਡੇ ਘਰ ਪੁਲਿਸ ਆਏ ਨੀ ਸ਼ਰੀਫ ਲੋਕ ਆ ਜੀ ਅਸੀਂ ਮੇਰਾ ਆਪਾ ਬੜਾ ਸਿਹਤਮੰਦ ਹੁੰਦਾ ਸੀ ਜੀ ਇਹ ਅੰਮੀ ਨੇ ਨਹਾ ਕੇ ਨਿਚੋੜ ਦਿੱਤਾ ਸਕੂਲੇ ਛੱਡ ਕੇ ਆਉਣਾ ਮਗਰ ਰੋਟੀ ਲੈ ਕੇ ਜਾਂਦੀ ਨਿਬੜ ਹੋਣੇ ਨੂੰ ਮੈਂ ਤੇ ਪੜ੍ਹ ਲਿਖ ਕੇ ਵਕੀਲ ਬਣਨਾ ਸੀ ਤੇ ਕਿਉਂ ਨਹੀਂ ਬਣਦਾ ਮੈਂ ਵਕੀਲਾਂ ਦੇ ਦਫ਼ਤਰ ਕਚਹਿਰੀਆਂ ਵੇਖੇ ਮੇਰੀ ਰੂਹ ਹੀ ਮਰ ਗਈ ਵਜਾ ਇਹ ਕਿਹੜਾ ਦਫ਼ਤਰ 2 ਕੁਰਸੀਆਂ 1 ਬੈਂਚ ਸੰਗਲ ਪਾ ਕੇ ਟਾਹਲੀ ਨੂੰ ਬਣੇ ਆ ਬੰਦਾ ਰਿਟਾਇਰ ਹੋ ਜਾ ਬੰਦਾ ਸਿਰਫ ਦਫ਼ਤਰ ਦੀ ਅੱਗ ਸੇਕ ਸਕਦਾ ਬਸ ਜ਼ਿਆਦਾ ਦੇਖ ਲਓ ਮੈਂ ਕੋਈ ਸ਼ਰਮ ਹਯਾ ਇਹਨੂੰ ਬਾਪਾ ਜੀ ਸ਼ੁਕਰ ਕਰੋ ਮੈਂ ਤੁਹਾਡੇ ਘਰ ਪੈਦਾ ਹੋ ਗਿਆ ਨਹੀਂ ਤੇ ਤੂੰ ਕਿਸੇ ਬਾਂਦਰ ਦੇ ਘਰ ਜੰਮਣਾ ਸੀ ਪਹਿਲਾਂ ਬੜਾ ਸ਼ੇਰ ਦੇ ਘਰ ਹੋਇਆ ਮੇਰੀ ਗੱਲ ਸੁਣੋ ਨਾ ਕਰੋ ਮਰ ਗਏ ਕੀ ਕਰਨਾ ਕਾਹਦਾ ਰੌਲਾ ਪਾਇਆ ਈ
ਤੇ ਮੈਂ ਦਮਾ ਕਰਵਾ ਲਵਾਂ। ਬਾਜੀ ਹੋਸ਼ ਨਾਲ ਗੱਲ ਕਰਿਆ ਕਰੋ। ਹੋਸ਼ ਨਾਲ ਹੀ ਕੀਤੀ, ਇਹ ਭਰਜਾਈ ਲਈ ਮਸਵਾ ਕਹਿੰਦੀ ਆ। ਛੱਡ ਛੱਡ ਬਸ, ਉਹਨੂੰ ਨਾ ਕੁਝ ਕਹੀ। ਓਏ ਆਪਣਾ ਕੀ ਨਾਂ ਭਰਜਾਈ? ਹਾਂਜੀ, ਅੱਜ ਭਰਾ ਮੇਰੇ ਦਾ ਸਦਕਾ ਨਹੀਂ, ਕਾਹਦਾ? ਆਪਣੇ ਤੋਂ ਵੱਡੀ ਚੀਜ਼ ਚੁੱਕੀ। ਤੈਨੂੰ ਛੱਡ ਦੇਣਾ ਤੇਰੀ ਮਾਂ। ਬਸ ਕਾਹਦਾ, ਕੋਈ ਗੱਲ ਕੀਤੀ ਨਾ, ਮੈਂ ਤੇਰੀ ਖੱਲ ਲਾ ਦੇਣੀ। ਹਾਂ ਮੇਰੀ ਖੱਲ ਲਾਓ। ਹਾਂ ਰਾਜ਼ੀ ਇੰਜ ਹੋ ਗਈ ਜੀ, ਮੈਂ ਵੇਖ ਜਾਣੀ। ਅੱਜ ਨਾ ਕੈਂਚੀ ਚੱਪਲ ਪਰੋ ਕੇ ਗੱਲ ਚ ਪਾਈ, ਨਜ਼ਰ ਨਾ ਲੱਗੇ ਮੂੰਹ ਤੇ ਵੇਖ, ਬੜਾ ਸਕੂਟਰ ਦੀ ਕਿੱਕ ਕਰਗਾ ਮੂੰਹ ਤੇਰਾ। ਸਾਰਿਆਂ ਨੇ ਮੈਂ ਨਾਂ ਪਤਾ ਲੈ ਕੇ ਸਵੇਰੇ ਘਰ ਘਰ ਜਾਵਾਂ, ਇਹਨਾਂ ਸ਼ਰਮ ਨਹੀਂ ਆਉਂਦੀ। ਟੋਪੀ ਨਹੀਂ ਲਾਉਂਦਾ ਜਿਵੇਂ ਤੋਤਿਆਂ ਦਾ ਮੁਰਸ਼ਦ। ਮੈਂ ਨਾ ਦਫਾ ਹੋ ਜਾ ਮੇਰੀ ਨਜ਼ਰਾਂ ਦੇ ਸਾਹਮਣੇ, ਦਫਾ ਹੋ ਜਾ। ਟੋਪੀ ਥੱਲੇ ਸ਼ਕਲ ਕਹਿੰਦੀ ਢੱਕੀ ਹੋਈ ਆ, ਆਪ ਆਪ ਇੰਜ ਬੈਠਾ ਜਿਵੇਂ ਡਰਾਈਵਰ ਦਾ ਡਰਾਈਵਰ। ਉਹ ਤੂੰ ਵੇਖੀ ਕਹਿੰਦੀ ਡਰਾਈਵਰ ਤੁਹਾਨੂੰ ਗੋਤੇ ਦੇ ਦੇ ਕੇ ਮਾਰ ਦੇਣਾ, ਪਹਿਲੇ ਪਾਣੀ ਚ ਲੈਂਦੇ ਨੇ। ਅੰਦਰ ਚਲਾ ਜਾ, ਅੰਦਰ ਚਲਾ ਜਾ, ਕੀ ਹੋਇਆ? ਲੱਗਦਾ ਮਾਲ ਗੱਡੀ ਚ ਖੋਤਾ ਵੇਖਣ ਡਿਆ। ਸ਼ਰਮਾ ਤਾਇਆ ਤੇਰਾ, ਤਾਇਆ ਵੇਖ ਲੈ, ਜਦੋਂ ਦੀ ਤਾਈ ਮਰੀ ਆਪ ਸਿਰ ਬੰਨੀ ਫਿਰਦਾ। ਸ਼ੁਕਰਗਾਰ ਇੱਥੇ ਤੂੰ ਨੀ ਬੈਠਾ, ਨਹੀਂ ਤਾਂ ਉਹਨੇ ਕਹਿਣਾ ਸੀ ਇੰਜ ਮਾਲ ਗੱਡੀ ਚ ਕੁੱਤੀ ਨੇ ਮੂੰਹ ਬਾਹਰ ਕੱਢੇ। ਕੀ ਗੱਲ ਹੈ ਤੈਨੂੰ? ਉਹ ਭੱਜ ਭੱਜ ਕੇ ਜਾਣਾ, ਕਿਉਂ ਖਰਚ ਹੋਣਾ ਹੀ ਹੈ? ਜਾ ਕੰਮ ਕਰਨਾ, ਮਰਨਾ ਨਾ, ਜਾਨ ਛੱਡਣਾ। ਓਏ ਮਰ ਜਾਵਾਂਗਾ ਮੈਂ, ਇਸ਼ਾਨ ਮੰਨ ਤੋ ਮੇਰਾ, ਡੁੱਬ ਕੇ ਮਰ ਜਾ ਤੂੰ ਕਿਧਰੇ। ਮੈਂ ਤੇ ਡੁੱਬ ਕੇ ਮਰ ਹੀ ਨਹੀਂ ਸਕਦਾ, ਕਿਉਂ? ਫੱਟੀ ਵੀ ਕਦੀ ਡੁੱਬੀ? ਤੂੰ ਕਿਹੜਾ ਸਾਡੀ ਜ਼ਿੰਦਗੀ ਤੇ ਇਸ਼ਾਨ ਕੀਤਾ? ਇਸ਼ਾਨ ਕੀਤਾ ਮੈਂ ਤੇਰੇ ਤੇ? ਇਸ਼ਾਨ ਕੀਤਾ? ਇਹ ਪਹਿਲੇ ਮੇਰੀ ਮੰਗੇਤਰ ਸੀ। ਚੱਲ ਪੀ ਜਾ ਹੁਣ, ਕਰ ਮੰਗੇਤਰ ਫਰਾ ਮੋਸ਼ਾ। ਤਾਇਰ ਕੇ ਤੋਂ ਤਸਵੀਰ ਚੋਂ ਨਿਕਲ ਕੇ ਨਾ ਬਿਸਕਿਟ ਖਾ ਕੇ ਫੇਰ ਵਿੱਚ ਖਲੋ ਜਾਂਦਾ। ਬੇਟਾ ਤੇਰੇ ਵਰਗੇ ਛੱਡਣ ਤੇ ਤਾਇਆ ਚੁੱਕੇ ਨਾ, ਐਡਾ ਦਾ ਪਰਾਂ ਵੀ ਹੋ ਜਾ ਹੁਣ। ਇਹ ਤੇ ਸਹੀ ਮੁੰਡਾ ਵੇਖ ਲੈ, ਲੋਕਾਂ ਦੇ ਬੱਚੇ ਏਡੇ ਏਡੇ ਜਵਾਨ ਹੁੰਦੇ, ਤਾਇਆ ਨੂੰ ਪਤਾ ਹੀ ਨਹੀਂ। ਹਾਏ ਹਾਏ, ਇਹ ਕੀ ਬਖਾ ਮਾਰਿਆ ਜੀ? ਤਾਇਆ ਨੂੰ ਮੈਂ ਕਿਹਾ ਤਾਇਆ ਐਨਕ ਨਜ਼ਰ ਦੀ ਹੈ, ਕਹਿੰਦਾ ਨਜ਼ਰ ਸਾਲਾ ਲੱਗਦਾ ਮੇਰੀ ਆਪਣੀ। ਵੇਖੀ ਵੇਖੀ ਇਹ ਦੇਰੀਆਂ ਦੇਰੀਆਂ ਕੀਤੀਆਂ ਨੇ ਅੱਗੇ ਆਉਂਦੀਆਂ ਮੇਰੇ। ਯਾ ਕੰਮ ਕਰਕੇ ਤੇ ਮਨ ਹਾਏ ਸਿਰ ਚ, ਇਹਦੇ ਨਾਲ ਦੇ ਚਾਰ ਹੋਰ ਲੈ ਲੱਕੜੀ ਦੇ ਬਣਾ, ਉੱਥੇ ਖਲੋਇਆ ਕਰ ਮਦਾਰੀ ਕਰਿਆ ਕਰ। ਇਹ ਤੇ ਸਹੀ ਪੱਖੀ ਹੈ ਨਹੀਂ, ਫੇਰ ਹੱਥ ਟਿਕਾਏ। ਖਾਨਾ ਖਰਾਬ, ਚੁੱਪ ਕਰ ਜਾ, ਖਾਨਾ ਖਰਾਬ ਗੰਦੀ ਔਲਾਦ, ਉਦੋਂ ਧੋ ਕੇ ਜੰਮ ਲੈਣੀ ਸੀ।
ਹਰ ਗੱਲ ਦਾ ਜਵਾਬ ਦੇਣਾ ਤੂੰ ਓਏ ਬਸ ਕਰ ਲੈ ਬੱਚਾ ਜੀ ਓਏ ਜੋ ਪਰ ਦਫਾ ਹੋ ਜਾ ਹਾਏ ਹਾਏ ਹਾਂਜੀ ਅੱਧ ਹੋ ਗਈ ਆ ਕੀ ਮੁੰਡਾ ਜੰਮੀ ਮੇਰਾ ਮੁੰਡਾ ਵੇਖੀ ਐਡਾ ਸ਼ੀ ਵਰਗਾ ਜਵਾਨ ਮਾਸ਼ਾ ਜਵਾਨ ਬੱਚਾ ਜੰਮਿਆ ਆਪਣੀਆਂ ਲੱਤਾਂ ਮਾਰੀਆਂ ਗਈਆਂ ਲੱਤਾਂ ਹੀ ਮਾਰੀਆਂ ਗਈਆਂ ਨੇ ਲੈ ਕੰਮ ਕਰ ਜਾ ਕੇ ਆ ਵੇਲਾ ਫਿਰ ਜਾ ਕੇ ਐਡਾ ਤੂੰ ਨਿਓਲੇ ਫੜਨ ਵਾਲੀ ਮਸ਼ੀਨ ਇਹ ਸਾਰੇ ਪੈਸੇ ਮੰਗਣ ਦੇ ਬਹਾਨੇ ਇਹ ਸਾਡੀ ਦੋਵਾਂ ਦੀ ਕੀਤੀ ਕੋਈ ਅੱਗੇ ਆਈ ਸਾਡੀ ਦੋਵਾਂ ਦੀ ਨੀ ਤੁਹਾਡੇ ਕੱਲੇ ਦੀ ਕੀਤੀ ਕੋਈ ਅੱਗੇ ਆਈ ਮੈਂ ਤੇ ਬਚਪਨ ਤੋਂ ਹੀ ਨੇਕ ਸਾਂ ਨਹੀਂ ਮੈਂ ਹੀ ਡਾਕੂ ਸਾਂ ਵੈਸੇ ਆਪਸ ਦੀ ਗੱਲ ਹੈ ਤੁਸੀਂ ਡਾਕੂ ਹੀ ਸੋ ਕਿਉਂ ਜੀ ਮੈਂ ਕੀ ਡਾਕਾ ਮਾਰਿਆ ਯਾਦ ਕਰੋ ਜਦੋਂ ਮੈਂ 50 ਬੰਦਿਆਂ ਨਾਲ ਚੁੱਕ ਕੇ ਲਿਆਏ ਸੀ ਹਾਂ ਯਾਦ ਕਰ 50 ਬੰਦੇ ਵੀ ਥੋੜੇ ਸਨ ਪਹਿਲੀ ਡੋਲੀ ਵੇਖੀ ਉਹ ਜਿਹਨੂੰ ਟਾਇਰ ਲਾ ਕੇ ਲਾਉਣੇ ਪਏ ਡੋਲੀ ਉਹੋ ਜਿਹੀ ਤਾਂ ਲਾੜਾ ਵੀ ਤੇ ਉਹੋ ਜਿਹਾ ਸੀ ਨਾ ਅਗਲੇ ਨੇ ਖੁਸ਼ੀ ਦਾ ਬੰਬ ਚਲਾਇਆ ਲਾੜਾ ਉੱਡ ਕੇ ਤਾਰ ਤੇ ਬਹਿ ਗਿਆ ਤੈਨੂੰ ਤਰਬੀਅਤ ਕਿਸੇ ਨੇ ਚੰਗੀ ਦਿੱਤੀ ਨਾ ਕੋ ਤੂੰ ਉਹਨੂੰ ਦਿੱਤੀ ਬਰਦਾਸ ਜੀ ਉਹਨੂੰ ਕੁਝ ਕਿਹਾ ਤੇ ਤੈਨੂੰ ਕੀ ਹੈ ਨੀ ਬੜਾ ਘੁੰਡ ਕੱਢੇ ਵਿੱਚੋਂ ਵੀ ਫੀਨੀ ਨਜ਼ਰ ਆਉਣ ਡਈ ਕਿਹੜੀ ਐਕਸਰੇ ਵਾਲੀ ਐਨਕ ਲਾਈ ਫਿਰਨਾ ਆਇਆ ਲਾ ਲੈ ਆ ਜੀ ਖੰਗ ਕੇ ਬੋਲਿਆ ਕਰੋ ਕੀ ਤੈਨੂੰ ਸਿਰਪ ਵਾਲਿਆਂ ਭੇਜੇ ਖੰਗ ਕੇ ਬੋਲਿਆ ਕਰੋ ਐਡਾ ਹਮਦਰਦ ਦੁਆ ਖਾਨਾ ਤਾਇਆ ਬਾਹਰ ਕਿਉਂ ਨਹੀਂ ਆਉਂਦਾ ਤੇਰੀ ਧੋਤੀ ਗੁਆਚੀ ਬੇਟਾ ਕਦੀ ਬਾਹਰ ਆਉਂਦੇ ਹਨ ਲੱਤਾਂ ਕਿਉਂ ਮਾਰੀਆਂ ਗਈਆਂ ਇਸ ਵਾਸਤੇ ਤੁਹਾਨੂੰ ਆਉਂਦੀਆਂ ਗੱਲਾਂ ਇਸ ਗੱਲ ਮੇਰੇ ਪਹਿਲੀ ਗੱਲ ਲੱਤਾਂ ਸਹੀ ਨੇ ਹਾਂ ਕੀ ਬਾਤ ਹੈ ਮੈਂ 2 ਸਿਗਰਟ ਪੀਣ ਲਈ ਦਿੱਤੇ ਵਿੱਚ ਲੱਤਾਂ ਫਸਾ ਲਈਆਂ ਹਾਏ ਹਾਏ ਆਇਆ ਕਿੱਥੋਂ ਤੂੰ ਸਾਰੀ ਰਾਤ ਬਾਹਰ ਰਹਿ ਕੇ ਆਇਆ ਕਿੱਥੋਂ ਮੈਂ ਨਹੀਂ ਗੱਲ ਸੁਣਾ ਬਸ ਗੁੱਸਾ ਨਾ ਕਰ ਸੰਜ ਕਰ ਕਰਕੇ ਅੰਮੀ ਜੀ ਮੂੰਹ ਮੁਕਾ ਦਿੱਤਾ ਜੀ ਆਇਆ ਕਿੱਥੋਂ ਤੂੰ ਮੈਂ ਆਖਾਂ ਜੀ ਬਾਹਰ ਸਾਰੀ ਰਾਤ ਮਿਹਨਤ ਕਰਦਾ ਰਿਹਾ ਮਜ਼ਦੂਰੀ ਜਿਹੜੀ ਮਿਹਨਤ ਕਰਦਾ ਰਿਹਾ ਤੂੰ ਮੈਂ ਦਿਨ ਰਾਤ ਰਿਕਸ਼ਾ ਚਲਾਇਆ ਹੀ ਦਿਨ ਰਾਤ ਐ ਪੈਸੇ ਵਟੇ ਬੈਂਕ 'ਚ ਡਕੈਤੀ ਕਿਧਰੇ ਤੂੰ ਤਾਂ ਨਹੀਂ ਕੀਤੀ ਹੈ ਕੀ ਹੋ ਗਿਆ ਪੈਸੇ ਕਿੱਥੋਂ ਆਏ ਤੇ ਕੋਲ ਤੇਰੇ ਨਾਲ ਅੱਛਾ ਚਲਾ ਕੇ ਸਿੱਕੇ ਇਕੱਠੇ ਕੀਤੇ ਹੀ ਅੰਮੀ ਵੱਡੀ ਸਵਾਰੀ ਮਿਲੀ ਕੋਈ ਨਹੀਂ ਬੱਚਿਆਂ ਦੇ ਸਕੂਲ ਕੇ ਝੂਟੇ ਦਿੰਦਾ ਰਿਹਾ ਉਹਨਾਂ ਕੋਲ ਠੀ ਪੈਰ ਵੱਟੇ 2 ਰੁਪਏ ਦੇ ਮਾਂ ਸੱਚੇ ਜਾਏ ਮਾਂ ਵਾਲੀ ਜਾਏ ਵੇਖਿਆ ਜੀ ਕਿੱਡਾ ਕਮਾਉ ਹੈ ਮੇਰਾ ਪੁੱਤਰ ਜੀ ਆ ਦੋਗਲੀਏ ਆ ਥੋੜੀ ਦੇਰ ਪਹਿਲੇ ਮੈਨੂੰ ਕਹਿਣ ਦੀ ਸੀ ਇਹਨੂੰ ਸਮਝਾਓ ਓਏ ਹੁਣ ਉਹਦੇ ਨਾਲ ਗੱਲ ਗਈ ਓਏ ਵਕਤ ਬਦਲਣ ਲੱਗਿਆ ਦੇਰ ਨਹੀਂ ਲੱਗਦੀ ਵਕਤ ਬਦਲਣ ਲੱਗਿਆ ਦੇਰ ਲੱਗਦੀ ਹੈ ਔਰਤ ਬਦਲਣ ਲੱਗਿਆ ਦੇਰ ਨਹੀਂ ਲੱਗਦੀ ਮੈਨੂੰ ਪਤਾ ਅੰਮੀ ਦਾ ਰਿਸ਼ਤਾ ਲੈਂਦਾ ਕੋਈ ਨੀ ਸੀ ਤੁਹਾਨੂੰ ਦਿੰਦਾ ਕੋਈ ਨੀ ਸੀ ਨਸੀਬ ਜਿਹਾ ਰਲੇ ਜਾ ਹੁਣੇ ਇਸ ਘਰ ਚ ਰਹੇਗਾ ਤੇ ਜਾ ਮੈਂ ਚੱਲ ਫਿਰ ਮੈਂ ਹੀ ਰਵਾਂਗਾ ਠੀਕ ਹੈ ਬਾਹਰ ਭੇਜ ਦਿਆਂਗੇ
ਅਸੀਂ ਅੰਦਰ ਛੱਡੋ ਮੇਰੀ ਗੱਲ ਸੁਣੋ ਰੇ ਆਵੋ ਆ 500 ਦਾ ਨੋਟ ਲਵੋ ਤੇ ਪਰਚੀ ਤੇ ਰਾਸ਼ਨ ਲਿਖਿਆ ਘਰ ਦਾ ਇਹ 24 ਘੰਟੇ 'ਚ 9 ਵਾਰੀ ਰਾਸ਼ਨ ਆਉਂਦਾ ਤੇ ਖਾਂਦੇ ਨਹੀਂ ਜੇ ਇੱਕ ਇੱਕ ਬੰਦੇ ਦੀ ਖਾਂਦੇ ਆ ਤੂੰ 9 ਬੰਦਿਆਂ ਦੀ ਖਾਂਦੀ ਰੋਟੀ ਤੇ ਪੋਤੀ ਅਮੀ ਤੂੰ ਖਾਂਦੀ ਆਪਾਂ ਤੇ ਭੋਰੇ ਖਾਂਦਾ ਨਹੀਂ ਨਹੀਂ ਭੋਰਾ ਕਿ ਰੋਟੀ ਖਾਂਦਾ ਆਪਾਂ ਮੇਰਾ ਚਲੋ ਛੱਡੋ ਤੇ ਮੇਰੀ ਗੱਲ ਸੁਣੋ ਜਾ ਛੇਤੀ ਆ ਜਾ ਨਾ ਆ ਗਿਆ ਜੀ ਗਿਆ ਹੈ ਨਹੀਂ ਤੇ ਛੇਤੀ ਵੀ ਆ ਜਾਣਾ ਰੋਟੀ ਮਸਵਾਕਾਂ ਵੇਚਣੀਆਂ ਮਸੀਤ ਅੱਗੇ ਪਾਣੀ ਤੂੰ 600 ਵਾਲਾ ਪਿਆਣ ਡਿਆ ਮੈਨੂੰ ਆਹਾਂ ਜਰਾ ਬੇੜੇ ਮੂੰਹ ਤੇਰਾ ਤੁਸੀਂ ਤਾਇਆ ਕੀ ਤੁਸੀਂ ਤਾਂ ਇੰਝ ਘਰ ਚ ਤੋਤਾ ਰੱਖੇ ਅੱਜ ਕਮਾਈਆਂ ਹੋਈਆਂ ਤੇ ਬੇਬੇ ਰੋਟੀ ਨੀ ਖਵਾ ਰਹੀ ਪਰ ਮੈਂ ਮੇਰੇ ਦੁਆਲੇ ਹੋਏ ਰਹਿੰਦੇ ਸਾਰੇ ਇਹਨੂੰ ਸਮਝਾਓ ਇਹਨੂੰ ਸਮਝਾਓ ਪਹਿਲਾਂ ਖਿਡਾਉਣੇ ਲੀਲਾ ਬੱਚੇ ਬਾਅਦ ਚ ਹੋਣਗੇ ਬੜੀ ਗੱਲ ਆ ਉਹਨੀ ਦੇਰ ਨੂੰ ਖਿਡਾਉਣੇ ਵੱਡੇ ਹੋ ਜਾਣ ਤਰੱਕੀ ਮੈਂ ਕਿਹਾ ਹੋਰ ਕੀ ਵੇਚਣੀ ਹੈ ਜਗੀਰਦਾਰ ਕੋਲ ਤਾਈ ਦਾ ਬਦਲਾ ਲੈਣ ਜਾਣਾ
ਹੁਣ ਤੇਰੀ ਜ਼ਿੰਦਗੀ ਦੇ ਉੱਤੇ ਕੀਤਾ ਹੀ ਤੇ ਬਦਨਾਮੀ ਲਾਣ ਡਿਆ ਤੂੰ ਜਗੀਰਦਾਰ ਮਾਮਾ ਲੱਗਦਾ ਹੋਇਆ ਤੇ ਆ ਕੋ ਲੰਗੜਾ ਘੋੜਾ ਹੀ ਦੇ ਦੇ ਲੰਗੜਾ ਦੇ ਦੇ ਦੋ ਹੋ ਜਾਣਗੇ ਕੱਲ ਨਾ ਪੁੰਜੇ ਪੈਣ ਨਹੀਂ ਤੂੰ ਜੋ ਉੱਤੇ ਬੈਠਾ ਨਾ ਪਵਾਂ ਇੱਥੇ ਨਾ ਪਵੇਂ ਮੇਰੇ ਲਾ ਹੈ ਮੈਂ ਗੁੱਸੇ ਕਰੇ ਕਰਤਾ ਆ ਨਹੀਂ ਤੈਨੂੰ ਕਿਨੇ ਤਾਇਆ ਹੈ ਨਹੀਂ ਧੰਦਵਾ ਨੀ ਕੱਠੇ ਹਾਲੇ ਤੱਕ ਗੋਰੇ ਮੇਰਾ ਵੀ ਵਿਆਹ ਨੀ ਹੋਇਆ ਕਿਆ ਬਾਤ ਹੈ ਉਹਦਾ ਤੇ ਕਿਸੇ ਮਜਬੂਰੀ ਤੋਂ ਨੀ ਹੋਇਆ ਤੇ ਤੇਰਾ ਕਮਜ਼ੋਰੀ ਤੋਂ ਨੀ ਹੋਇਆ ਇਹ ਵੀ ਦੱਸਿਆ ਕਰਨਾ ਮੇਰਾ ਵਿਆਹ ਹੋਏਗਾ ਤੈਨੂੰ ਮੈਂ ਦੱਸਾਂਗਾ ਇਹਦਾ ਵਿਆਹ ਹੋਣਾ ਜਦੋਂ ਦੋ ਮੂੰਹ ਵਾਲੀ ਘੋੜੀ ਹੋਣੀ ਓਏ ਤਾਇਆ ਉਹ ਕਿਉਂ ਇੰਜ ਕਰਕੇ ਇਹਨੇ ਬਹਿ ਕੇ ਜਾਣਾ ਉਧਰੋਂ ਜਵਾਬ ਹੋਣਾ ਦੂਜੇ ਮੂੰਹ ਵਾਪਸ ਯੇਸ ਕੀ ਬਰਾਦੇ ਰਵਾਨਗੀ ਹੈ ਬਸ ਤੇ ਤਾਇਆ ਤੇਰੇ ਸ਼ਡਿਊਲ ਤੇ ਲਾਣਤ ਮਿਹਰਬਾਨੀ ਬੇਟਾ ਚੱਲ ਬੰਦ ਕਰ ਗੱਡੀ ਤੋਰਨੀ ਹੈ ਥੈਂਕ ਯੂ ਸੰਡੇ ਮੰਡੇ ਟਿਊਜ਼ਡੇ ਕੋਈ ਤੇ ਚੱਲ ਮੈਂ ਕਿਹ ਸੁਦਾ ਦੀਏ ਹਾਂ ਜੇ ਮੈਂ ਤੈਨੂੰ ਵਿਆਹ ਦੀ ਆਫਰ ਕਰਾਂ ਤਾਂ ਤੇਰਾ ਕੀ ਖਿਆਲ ਹੈ ਤੁਹਾਡੇ ਖਾਨਦਾਨ 'ਚ ਕੀ ਤਰੀਕਾ ਕਰ ਹੈ ਵਿਆਹ ਕਰਨ ਦਾ ਨਾ ਵੀ ਨਾ ਬਹੁ ਇਹੋ ਜਿਹੀ ਗੱਲ ਲੱਗ ਰਹੀ ਸਾਡੀ ਬਰਾਦਰੀ 'ਚ ਕੁੜੀ ਨੂੰ ਇਜਾਜ਼ਤ ਨਹੀਂ ਬਰਾਦਰੀ ਤੋਂ ਬਾਹਰ ਵਿਆਹ ਕਰਨ ਦੀ ਨਹੀਂ ਤੇ ਕਤਲ ਕਰ ਛੋੜ ਸਕ ਬਰਾਦਰੀ ਕਿਹੜੀ ਹੁੰਦੀ ਤੁਹਾਡੀ ਇੱਕ ਰੇੜੀ ਤੇ ਪੂਰਾ ਖਾਨਦਾਨ ਤੁਸੀਂ ਸ਼ਿਫਟ ਹੋ ਜਾਂਦੇ ਮੈਂ ਸੁਈ ਕਰ ਦੇਣਾ ਬਹੁ ਕੁਲੀਆਂ ਲਾ ਕੇ ਬੈਠੇ ਉਹੀ ਮਕਾਨ ਲਪੇਟ ਕੇ ਉੱਤੇ ਰੱਖੇ ਚਲੋ ਨਿਕਲੀਏ ਮੈਂ ਕਿਹਾ ਕਿੰਨੇ ਕਿੰਨੇ ਦਾ ਵੇਚ ਨਹੀਂ ਖਿਡਾਉਣਾ 5 5 ਰੁਪਏ ਦਾ ਤੂੰ ਇਸ ਤਰ੍ਹਾਂ ਕਰ 10 12 ਖਿਡਾਉਣੇ ਮੈਨੂੰ ਦੇ ਸੱਚੀ ਬਹੁ ਤੂੰ ਕਿੱਦਾਂ ਚੰਗੇ ਇਹ 10 12 ਕੀ ਕਰਦੇ ਨੇ ਜੰਗ ਲੜਨੀ ਆ ਨਹੀਂ ਤਾਇਆ 12 ਘੋੜੇ ਤੇਰੀ ਲਾਸ਼ ਤੋਂ ਦੌੜਾਉਣੇ ਨੇ ਉਹ ਤਾਂ 10 12 ਘੋੜਾ ਤੇ ਇੱਕ ਨਹੀਂ ਮਾਨ ਹੁੰਦਾ ਓਹ ਵੇਖਿਆ ਸਦਕੇ ਆ ਚੱਲ 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 ਗਿਣਤੀ ਆਉਂਦੀ ਆ ਆਹੋ ਗਿਣਨ ਦੇ ਘੋੜੇ ਗਿਣ ਲੈਣੀ ਹੈ ਚੱਲ ਜਾ ਅੱਛਾ ਮੋਟੀਆਂ ਗੱਲਾਂ ਨਾ ਕਰ ਮੈਂ ਕਿਹਾ ਇੱਕ ਵੱਡਾ ਵੀ ਦੇ ਦੇ ਛੋਟਿਆਂ ਦਾ ਧਿਆਨ ਰੱਖੇਗਾ ਉਹ ਮੈਂ ਮਸੂਮ ਕਿੱਥੋਂ ਪਾਲਦਾ ਰਵਾਂਗਾ ਇਹਨੇ ਚੱਲ ਵੀ ਵੱਡਿਆ ਘੋੜਿਆ ਮੇ ਬਾਹੂ ਦੁੜਾਨ ਲੱਗਾ ਦੁੜਾਨ ਨਹੀਂ ਲੱਗਾ ਇਹਨਾਂ ਦੀ ਸਲਾਹ ਕਰਨ ਲੱਗਾ ਖਾਨਦਾਨ ਬਣਾਉਣ ਲੱਗਾ ਇਹਨਾਂ ਦਾ ਪੂਰਾ ਤੇ ਤਾਏ ਦੇ ਨਾਲ ਦੇ ਅੱਛਾ ਇਹ ਲੰਗੜਾ ਉੱਤੇ ਭੇਜ ਮੇਰੇ ਨਾਲ ਦਾ ਇੱਥੇ ਬਾਕੀ ਕਿੱਥੇ ਮੈਂ ਕਿਹਾ ਸੁਣਾਦੀ ਇਹਨੇ ਸਾਰਿਆਂ ਦੇ ਕਿੰਨੇ ਪੈਸੇ ਬਣੇ ਮੇਰੇ ਬਾਹੂ 30 ਰੁਪਏ 30 ਰੁਪਏ 30 ਰੁਪਏ ਲੈ ਲੈ ਮੇਰੇ ਕੋਲੋਂ ਇਹਦੀ ਧੌਣ ਲਈ ਇਹ ਕਿ ਘੋੜੀਆਂ ਨੂੰ ਵੇਖਦਾ ਸੀ ਤਦੀ ਮੁਫਤ ਦੇਣ ਡੀ ਵੀ ਇਹਨੇ ਕੀ ਖਾਣਾ ਪੀਣਾ 30 ਰੁਪਏ ਲੈ ਲੈ ਤੂੰ ਮੇਰੇ ਕੋਲੋਂ ਸੁਣਾ ਦੀਏ ਤਾਂ ਕਿ ਤੇਰੀ ਬੋਣੀ ਚੰਗੀ ਹੋ ਜੇ ਤੂੰ ਨਾ ਖਿਡਾਉਣੇ ਵਿੱਚ ਵੀ ਅੱਜ ਬਹੁਤੇ ਪੈਸੇ ਵਟੇਂਗੀ 2 3 4 5 6 ਇਹ ਲੈ ਫੜ ਇਹ 30 ਰੁਪਏ ਕਿੰਨਾ ਚੰਗਾ ਬਾਬ ਚੱਲ ਟੋਕਰਾ ਚੁਕਾ ਟੋਕਰਾ ਚੁਕਾਵਾਂਗਾ ਝੋਲੀ ਫੜ ਚੱਲ ਇਹ ਇੱਧਰ ਸਰ
ਇੰਜ ਕਰ ਲੈ ਜਿਵੇਂ ਪਿੰਡ ਝੋਲੀ 'ਚ ਪਾ ਕੇ ਚੌਲ ਤੇ ਧੁੰਨੀ ਸਾੜ ਲੈਂਦੇ ਨੇ। ਚੱਲ ਚੌ ਫੜ ਇਧਰ ਜਲਦੀ ਕਰ। ਆ ਮੇਰੀ ਸੁਦਾਦੀ ਹੁਣ ਕਿੱਥੇ ਚੱਲੀ? ਤੇ ਬਹੁ ਜਾਣੇ ਕਿਥੇ? ਘਰ ਘਰ ਗਲੀ ਗਲੀ ਜਾ ਕੇ ਘੁੱਗੁੱਗ ਦੇ ਘੋੜੇ ਵੇਚਾਂਗੀ। ਖਬਰਦਾਰ ਹੁਣ ਮੈਂ ਤੇਰੇ ਨਾਲ ਵਿਆਹ ਦਾ ਇਰਾਦਾ ਕਰ ਲਿਆ ਤੇ ਮੇਰੀ ਗੈਰਤ ਗਵਾਰਾ ਨਹੀਂ ਕਰਦੀ ਕਿ ਤੂੰ ਦਰ ਬਦਰ ਗਲੀ ਮੱਲਿਆਂ 'ਚ ਫਿਰ ਕੇ ਖਿਡੌਣੇ ਵੇਚੇ। ਕਿੰਨੇ ਦੇ ਖਿਡੌਣੇ ਨੇ ਸਾਰੇ? 400-500 ਦੇ ਹੋ ਸਰ। 400-500 ਦੇ? ਚੱਲ ਅੱਜ ਵੇਚ ਲੈ ਫਿਰ। ਅੱਗੇ ਤਾਂ ਥੋੜੇ ਲਿਆਈ ਜਿਹੜੇ ਮੈਂ ਸਾਰੇ ਖਰੀਦ ਲਵਾਂ। ਇਕੱਠੇ ਹੀ ਲੈ ਆਉਂਦੀ ਹੈ ਪਤਾ। ਮੈਨੂੰ ਬਚਾਓ, ਉਹ ਬਚਾ ਰੱਖੋ। ਮੈਨੂੰ ਪਤਾ ਲੱਗ ਗਿਆ ਬੇਇੱਜ਼ਤੀ ਬੜੀ ਕਰ। ਮੇਰੇ ਤਾਏ ਦਾ ਪੁੱਤਰ ਨਾ ਹੋਵੇ ਤੇਰਾ, ਜਰਾ ਸਾਥ ਨਾ ਲਵਾਇਆ ਇੱਥੇ। ਲੁਕ ਜਾ, ਇੰਜ ਤੇ ਮੈਂ ਸਾਫ ਹੀ ਫੜਿਆ ਜਾਵਾਂ। ਅੱਛਾ, ਇੱਧਰ ਮੰਜੀ ਥੱਲੇ ਵੜ ਜਾ। ਮੰਜੀ ਥੱਲੇ ਮੈਂ ਨਹੀਂ ਵੜਨਾ। ਉਹ ਵੜ ਜਾ, ਕੋਈ ਨਹੀਂ ਇਹਦੇ ਵਿੱਚ ਡਾਂਗ ਫੇਰਦਾ। ਨਹੀਂ ਨਹੀਂ ਹੋਰ ਕਿਤੇ ਲਗਾ ਦੇ ਯਾਰ, ਤੇਰੀ ਮਿਹਰਬਾਨੀ। ਓਏ ਹਾਂ, ਤਰੀਕਾ ਹੋਰ ਹੀ ਕੀ ਹੈ? ਅੰਮੀ ਵਾਲਾ ਬੁਰਕਾ ਪਾ ਕੇ ਬਹਿ ਜਾ। ਓਏ ਬੜੀ ਅਥਰੀ ਜੀ ਕੁੜੀ ਆਈ, ਉਹ ਤੂੰ ਲੁੱਕ ਕੇ ਬਹਿ ਜਾ ਸੋਹਣੀਆ। ਬੜੀ ਲੜਾਕੀ ਕੁੜੀ ਆ, ਯਕੀਨ ਕਰ। ਘਬਰਾ ਨਾ, ਮੈਂ ਨਿਬੜ ਲਾਂਗਾ ਵੀ ਤੂੰ ਨਾ ਬੁਰਕਾ ਪਾ ਕੇ ਬਹਿ ਜਾ ਜੇ ਪੁੱਛੇਗੀ। ਗੁੱਸੇ ਜਾ ਕੇ ਆਪਣੇ ਵਾਲ ਪੁੱਟੀ ਜਾਣ ਦੀ, ਐਡੀ ਅਥਰੀ ਕੁੜੀ ਆ। ਓ ਤੂੰ ਘਬਰਾ ਨਾ, ਮਾਂ ਨਾ ਤੂੰ ਬਹਿ ਜਾ। ਜੇ ਤੂੰ ਪੁੱਛੇਗੀ ਨਾ ਕੌਣ, ਮੈਂ ਕਹਾਂਗਾ ਮਾਈ ਵੋਟਾਂ ਮੰਗਣ ਆਈ। ਯਾਰ ਵੋਟਾਂ ਦੇ ਕਿਹੜੇ ਦਿਨ ਰਹਿ ਗਏ? ਓਏ ਬਜਣਾ ਤੇ ਹੈ ਨਹੀਂ, ਉੱਤੇ ਕੇਲ ਲਵਾ ਲਾ ਤੂੰ। ਤੂੰ ਕਹੀ ਮੇਰੀ ਅੰਮੀ ਬਿਮਾਰ ਹੈ, ਮਾਈ ਘੁੱਟਣ ਵਾਲੀ ਆਈ। ਚੱਲ ਆਪਣੇ ਘਰ ਲੁਕ ਜਾ। ਕੀ ਹੋਇਆ ਕੀ? ਚੱਲ ਆਪੇ ਹੀ ਉੱਥੇ ਭਾਂਡੇ ਲੈ ਆ। ਉਹ ਘਰ ਕੀ ਜਾ ਕੀ ਕੋਈ ਬਦਤਮੀਜ਼ ਬੋਲੀ ਨਾ, ਜਿੰਨਾ ਮੈਂ ਆਪ ਫੜਵਾ ਦੇਣੇ ਤੈਨੂੰ ਫਿਰ। ਬਸ ਠੀਕ ਹੈ, ਉਹਨੂੰ ਆਪਣੇ ਵੱਲੋਂ ਵੀ ਨਾ ਕੁਛ ਕਹੀਂ। ਨਹੀਂ ਮੈਂ ਤਾਂ ਚੁੱਪ ਰਿਹਾ। ਹਾਂ ਤੇਰਾ ਨਹੀਂ ਮੈਂ ਬਗੈਰਤ ਮਾਈ। ਕੀ
ਏਡਾ ਚਵਲ ਮਾਸੀ ਹੈ ਨਾ ਤੈਨੂੰ ਪਤਾ ਪੂਰੇ ਮਹੱਲੇ ਚ ਤੇਰੇ ਤੇ ਮੇਰੇ ਇਸ਼ਕ ਦੇ ਕਿੱਸੇ ਫੈਲੇ ਪਏ ਨੇ ਤੇ ਤੂੰ ਮਹੱਲਿਆਂ 'ਚ ਫਿਰ ਕੇ ਮੁੰਡਿਆਂ ਨਾਲ ਲੜਦੀ ਫਿਰਨੀ ਹੈ, ਕੱਲ੍ਹ ਮੈਂ ਜੰਜ ਲੈ ਕੇ ਆਵਾਂਗਾ ਤਾਂ ਕੀ ਲੋਕੀ ਮੇਰਾ ਮਜ਼ਾਕ ਨਹੀਂ ਉਡਾਣਗੇ? ਨਹੀਂ ਉਡਾਉਂਦੇ, ਆ ਕੇ ਜਲਦੀ ਨਾਲ ਡੋਲੀ ਲੈ ਜਾ, ਜਲਦੀ ਨਾਲ ਲੈ ਜਾ, ਆਪੇ ਨਾਲ ਮੈਂ ਗੱਲ ਕੀਤੀ। ਸੱਚ? ਹਾਂ। ਕਿੱਦੋਂ ਲੈ ਕੇ ਜਾਂਗੇ ਮੇਰੀ ਡੋਲੀ? ਤੇ ਅੱਬਾ ਮੇਰਾ ਜ਼ਰਾ ਸਿਹਤਮੰਦ ਹੋ ਜਾਵੇ। ਹਾਂ ਹਾਂ, ਤੇ ਮਰ ਗਈ ਇਹ, ਤੂੰ ਆ ਕਿੱਥੋਂ? ਇਹ ਮਾਈ ਨੂੰ ਅੱਗ ਲੱਗੀ। ਹਾਏ ਅੱਲਾ, ਕਦੀ ਕਰੈਕਟ ਮਾਈ ਹੈ, ਤੂੰ ਸਿਗਰਟ ਪੀ ਰਹੀ ਹੈ? ਉਹਨੇ ਸਿਗਰਟ ਨਹੀਂ ਪੀਂਦੀ, ਇਹਦਾ ਤੂੰ ਸਲੰਸਰ ਖੋਲ ਗਿਆ। ਨਹੀਂ ਮਾਸੀ, ਤੇ ਤੂੰ ਸ਼ਰਮ ਨਹੀਂ ਆਉਂਦੀ, ਸਿਗਰਟ ਪੀਂਦੀ ਪਈ ਹੈ? ਮੈਂ ਕੋਈ ਸ਼ੌਕ ਨਾਲ ਪੀਂਦੀ ਆ, ਮਜਬੂਰੀ ਮੈਂ ਪੀਂਦੀ ਆ। ਦਾਦੀ ਮਜਬੂਰੀ ਨਹੀਂ। ਉਹ ਤੇਰੇ ਜੀਜਾ ਜੀ ਨਾਲ ਲੜਾਈ ਹੋਈ, 2 ਮਹੀਨੇ ਆਇਆ ਨਹੀਂ ਤੇ ਫਿਰ ਮੈਨੂੰ ਗੈਸ ਹੀ ਹੋ ਗਈ। ਭਾਗਰ ਤੂੰ ਗੈਸ ਦਾ ਇਲਾਜ ਕਰਵਾ। ਕਰਾਇਆ ਇਲਾਜ ਇੱਕ ਦੋਰੀ ਤੇਰੇ ਜੀਜੇ ਕੋਲੋਂ ਧੁੰਨੀ 'ਚ ਠੁੱਡੇ ਖਾਧੇ ਨੇ। ਇਹ ਮਾਈ ਦੀ ਗੈਸ ਹੋ ਰਹੀ, ਪੂਰਾ ਮਹੱਲਾ ਇੱਥੇ ਚੁੱਲ੍ਹੇ ਚਲਾਉਂਦਾ, ਇਹ ਨਹੀਂ ਮੁਕੀ। ਇਹਨੂੰ ਨਾ ਇੱਕ ਗੱਲ ਦੱਸ ਮਾਸੀ, ਤੈਨੂੰ ਕਦੇ ਕਿਸੇ ਨੇ ਜਵਾਨੀ ਚੁੰਡੀ ਵੱਢੀ ਸੀ? ਜਵਾਨੀ ਚ ਅਜੇ ਵੀ ਨਹੀਂ ਉਹ ਮੁੜਦੇ ਉਤਰੇ। ਹਾਂ ਆ ਗਲੀ ਦੀ ਨੁੱਕਰ ਤੇ ਨਹੀਂ ਬੈਠਾ ਬਾਬਾ ਮਨੀਰ ਰਾਜਪੂਤ, ਜਿੰਨੇ ਵਿਚਕਾਰ ਜਿੰਨੇ ਵਿਚਕਾਰ ਉਹ ਚੀਰ ਕੱਢਿਆ ਚਿੱਟੇ ਝਾਟਾ ਉਤਰੇ। ਮੈਂ ਕਹਿੰਦੀ ਆਪਣੀ ਬਕਵਾਸ ਬੰਦ ਕਰ, ਉਹ ਮੇਰੇ ਪਿਓ ਹੈ। ਓ ਤੂੰ ਉਹਦੀ ਕੁੜੀ ਹੈ ਨੀ? ਉਹ ਬੜਾ ਉਤਰਾ ਹੀ, ਉਹਨੇ ਮੈਨੂੰ ਅੱਖ ਮਾਰੀ ਹੈ ਚਵਲ ਨੇ। ਕਿਹੜੀ ਅੱਖ ਮਾਰੀ ਤੈਨੂੰ? ਸੱਚੀ ਲੈ, ਸੱਚੀ ਅੱਖ ਮਾਰ ਨਹੀਂ ਸਕਦਾ। ਕਿਉਂ? ਸੱਚੀ ਅੱਖ ਨਹੀਂ, ਪੱਥਰ ਦੀ ਹੈ। ਉਹੋ ਹੀ ਮਾਰੀ ਹੈ ਵੱਜੀ ਮੈਨੂੰ ਐ ਇੱਥੇ, ਉਹਦੇ ਸ਼ੁਕਰ ਵਿੱਚ ਨਹੀਂ ਖੁੱਭ ਗਈ ਬੱਖੀ, ਜੋ ਨਹੀਂ ਤੇ ਇੱਧਰੋਂ ਦਿਖਣਾ ਸ਼ੁਰੂ ਹੋ ਜਾਣਾ। ਕਮਾਲ, ਚਲ ਓਨੀ ਕਮਾਲ ਜਿੰਨੀ ਬਰਦਾਸ਼ਤ ਹੋ ਜਾਏ। ਇਹਨਾਂ ਦਾ ਖਾਨਦਾਨ ਹੀ ਇਸ ਤਰ੍ਹਾਂ ਦਾ ਹੀ। ਅੱਛਾ ਜੀ, ਹਾਂ ਕੀ ਹੋਇਆ? ਇਹਦਾ ਦਾਦਾ ਦਾਦਾ, ਮੈਂ ਟਾਂਗੇ 'ਚ ਬੈਠੀ, ਮੈਂ ਪਿਛਲੀ ਸੀਟ 'ਤੇ ਬੈਠੀ, ਉਹ ਅਗਲੀ ਸੀਟ 'ਤੇ ਬੈਠਾ। ਅੱਛਾ, ਉਤਰਾ ਤੋੜ ਰਸਤੇ 'ਚ ਮੈਨੂੰ ਚੱਕ ਵੱਢਦਾ ਗਿਆ। ਤੂੰ ਪਿਛਲੀ ਸੀਟ 'ਤੇ ਬੈਠੀ, ਉਹ ਅਗਲੀ 'ਤੇ ਬੈਠਾ, ਤਾਂ ਚੱਕ ਕਿਵੇਂ ਵੱਢਾਂਗਾ? ਨਕਲੀ ਬੀੜ ਸੀ ਨਾ ਹੱਥ 'ਚ ਫੜ ਕੇ, ਇਹਨੂੰ ਚੱਕ ਵੱਢ ਕੇ ਫਿਰ ਮੂੰਹ 'ਚ ਰੱਖ ਲੈਂਦਾ। ਮੇਰੀ ਲੱਤ ਘੁੱਟ। ਲੱਕੜ ਦੀ ਲੱਤ ਸੀ, ਬੱਚੇ ਹੱਥ ਭੇਜੀ, ਕਹਿੰਦਾ ਘੁੱਟ ਕੇ ਵਾਪਸ ਕਰ ਦੇ। ਚੱਲ ਤੂੰ ਛੱਡ ਇਹਨਾਂ ਗੱਲਾਂ ਨੂੰ, ਮੈਨੂੰ ਦੱਸ ਸੁਲਾ ਦੀਏ, ਤੂੰ ਆਪਣੇ ਪਿਓ ਆਪਣੀ ਮਾਂ ਦੇ ਨਾਲ ਤੇ ਗੱਲ ਤੋੜ ਦੇਣੀ ਸੀ ਨਾ ਹਲਕੀ ਜੀ? ਕਰ ਦਿੱਤੀ ਗੱਲ। ਕਰ ਦਿੱਤੀ? ਇਹਦਾ ਮਤਲਬ ਹੈ ਮੈਂ ਫਿਰ ਹਾਂ ਹੀ ਸਮਝਾਂ? ਬਿਲਕੁਲ, ਤੇਰਾ ਮੇਰਾ ਪਿਆਰ ਯਾਦਗਾਰ ਬਣੇਗਾ ਮੇਰੀ ਇਹ ਸੁਲਾ ਦੀਏ। ਸੱਚ? ਮੁਝ ਸਤੁਜ ਕੋ ਚਾਹਨੇ ਵਾਲਾ, ਮੁਝ ਸਤੁਜ ਕੋ ਚਾਹਨੇ ਵਾਲਾ, ਇਸ ਦੁਨੀਆ ਮੈਂ ਕੋਈ ਔਰ ਹੋ, ਅੱਲਾ ਨਾ ਕਰੇ ਜੀ ਅੱਲਾ ਨਾ ਕਰੇ। ਕੈਸਾ ਲੱਗਾ? ਬਹੁਤ ਅੱਛਾ। ਨਾ ਜਾਣੇ ਕਿਆ ਬਣ ਜਾਤੀ ਹੋ ਐ ਮੇਰੀ ਮਹਿਬੂਬਾ, ਸ਼ਰਮ ਸੇ ਜਬ ਤੁਮ ਕਹਿ ਦੇਤੀ ਹੋ ਅੱਲਾਹ ਮੇਰੀ ਤੋਬਾ। ਹਰ ਪਲ ਯੂੰ ਯਾਦ ਆਨੇ ਵਾਲਾ, ਹਰ ਪਲ ਯੂੰ ਯਾਦ ਆਨੇ ਵਾਲਾ, ਇਸ ਦੁਨੀਆ ਮੈਂ ਕੋਈ ਔਰ ਹੋ, ਅੱਲਾ ਨਾ ਕਰੇ ਜੀ ਅੱਲਾ ਨਾ ਕਰੇ।
ਕੈਸਾ ਲੱਗਾ? ਤੂੰ ਸੁਬਾਹ ਸੁੱਤਾ ਪਿਆ ਉੱਠੇ, ਅੱਲਾ ਨਾ ਕਰੇ ਤੇਰੇ ਸਿਰ ਤੇ ਕੋਈ ਵਾਲ ਆਵੇ, ਨਾ ਕਰੇ। ਮੈਂ ਕਿਹਾ ਬੜੀ ਮਿਹਰਬਾਨੀ, ਮੈਂ ਤੇ ਵਿਹਲਾ ਆਪਣੀ ਮਾਂ ਦਾ। ਇਹ ਖਾਨਦਾਨੀ ਗੁਲੂਕਾਰੀ ਬੜਾ ਗਾਉਂਦੇ ਨੀ ਸਾਰੇ। ਆਪਣੀ ਮੁਹੱਬਤ ਦਾ ਇਜ਼ਹਾਰ ਗਾਣਾ ਗਾ ਕੇ ਕਰ ਦਿੱਤਾ ਈ, ਤੇ ਹੁਣ ਤੂੰ ਵੀ ਤੇ ਆਪਣੇ ਪਿਆਰ ਤੇ ਕੋਈ ਫੁੱਲ ਮੇਰੇ ਵੱਲ ਛੱਡ। ਪਹਿਲੇ ਤੂੰ ਮੈਨੂੰ ਸ਼ੇਰ ਸੁਣਾ ਚੰਗਾ ਜੀ। ਸ਼ੇਰ ਤਾਂ ਮੈਂ ਬੜੇ ਸੁਣਾਏ ਨੇ ਅੱਗੇ ਤੈਨੂੰ। ਗੋਰੇ ਰੰਗ ਤੇ ਦੁਪੱਟਿਆਂ ਦੀ ਛਾਂ ਕਰਕੇ ਤੇ ਬਸ ਰੋਕ ਲਵਾ ਮੈਂ ਇੰਜ ਬਾਂਹ ਕਰਕੇ। ਮੈਨੂੰ ਬੜੇ ਸ਼ੇਰ ਆਉਂਦੇ, ਸੁਣਾਣੇ ਨਹੀਂ ਆਉਂਦੇ। ਸ਼ੇਰ ਸ਼ੇਰ ਸਮਝਾਣੇ ਆਉਂਦੇ ਨੇ, ਸੁਣਾ ਮਾਈ ਕੋਈ ਕੋਈ ਮੁਸ਼ਕਲ ਤੇ ਨਹੀਂ ਸ਼ੇਰ। ਸੁਣਾ ਮਾਈ, ਅੱਲਾ ਦਾ ਸ਼ੁਕਰ ਹੈ ਤੂੰ ਸੁਣਾ। ਠੀਕ ਹੈ ਤੂੰ ਜੋ ਤੂੰ ਸ਼ੇਰ ਸੁਣਾ। ਮੈਂ ਸ਼ੇਰ ਸੁਣਾਵਾਂ? ਮੈਂ ਕਿਹੜਾ ਦਿਲ ਜਦ ਯਾਰ ਨੂੰ ਦੇ ਛੱਡਿਆ ਫਿਰ ਅਣਬਣ ਇਣ ਬਿਣ ਉਣ ਬੁਣ ਕੀ। ਉਤਰਿਆ ਤੈਨੂੰ ਕਿਹਾ ਸ਼ੇਰ ਸੁਣਾ, ਤੂੰ ਜਲਾਇਆਂ ਵਾਲੀ ਖੱਡੀ ਲਾ ਲਈ। ਮੇਰੇ ਬਾਬਾ ਮਸਾਨ ਜੀ ਫਰਮਾਉਂਦੇ ਨੇ ਕਿ ਦਿਲ ਜਦ ਯਾਰ ਨੂੰ ਦੇ ਛੱਡਿਆ ਫਿਰ ਅਣਬਣ ਇਣ ਬਿਣ ਉਣ ਬੁਣ ਕੀ, ਪੁੱਕਲ ਦੇ ਵਿੱਚ ਤਾਂ ਤਮੂਰਾ ਫਿਰ ਤਣ ਤਣ ਤਿੰਨ ਤਿੰਨ ਤੁਣ ਤੁਣ ਕੀ। ਝਾਂਜਰ ਯਾਰ ਦੀ ਛਣਕ ਮਰੇਂਦੀ, ਝਾਂਜਰ ਯਾਰ ਦੀ ਛਣਕ ਮਰੇਂਦੀ ਫਿਰ ਛਣ ਛਣ ਛਿਣ ਛਿਣ ਛੁਣ ਛੁਣ ਕੀ। ਔਰ ਇਸਾ ਜਦੋਂ ਮੀਂਹ ਰਹਿਮਤ ਦਾ ਵਸੇ ਫਿਰ ਕਣ ਕਣ ਕਿਣ ਕਿਣ ਕੁਣ ਕੁਣ ਕੀ। ਅੱਖ ਵਿੱਚ ਕੱਜਲ ਤੀਰ ਵਾਂਗੂ ਜਦੋਂ ਵੇਖਦੇ ਸੀਨੇ ਚੋਂ ਪਾਰ ਕਰਦੇ। ਕੱਲੇ ਹੋਵਣ ਤੇ ਆਖਣ ਤੇਰੀਆਂ, ਮਹਿਫਲ ਹੋਵੇ ਤੇ ਜ਼ੁਲਮ ਹਜ਼ਾਰ ਕਰਦੇ। ਛੱਡ ਉਦਾਸ ਇਹਨਾਂ ਸੋਹਣਿਆਂ ਦਾ ਖਹਿੜਾ, ਇਹ ਜ਼ਾਲਮ ਨਹੀਂ ਉਹ ਕਿਸੇ ਨਾਲ ਪਿਆਰ ਕਰਦੇ। ਬਹੁਤ ਅੱਛੇ ਮਾਈ, ਮਜ਼ਾ ਆਇਆ, ਹੁਣ ਇਹਦੀ ਧੌਣ ਲਾ ਦਿਓ। ਮੇਰੇ ਕੋਲ ਕੋਈ ਸੁਣ ਨਾ ਲਈ ਸੁਣਾ। ਜ਼ਿੰਦਗੀ ਕੋ ਖਾਇਸ਼ੇ ਜ਼ਰ ਮੇ ਬਸਰ ਕਰਤੇ ਰਹੇ, ਜ਼ਿੰਦਗੀ ਕੋ ਖਾਇਸ਼ੇ ਜ਼ਰ ਮੇ ਬਸਰ ਕਰਤੇ ਰਹੇ, ਇੱਕ ਕਫਨ ਕੇ ਵਾਸਤੇ ਕਿਤਨਾ ਸਫ਼ਰ ਕਰਤੇ ਰਹੇ। ਇਹਨੂੰ ਵੀ ਤਮਾਸੀ ਲਈ ਆ ਗਿਆ, ਮਰਨ ਜੀਣ ਵਾਲੇ ਸ਼ੇਰ ਯਾਦ ਹੁੰਦੇ ਨੇ। ਵਰਨਾ ਦੂਜੇ ਥੀਏਟਰਾਂ 'ਚ ਇਹ ਵੀ ਕਹਿੰਦੀ ਮੰਜੀ ਹੈ ਕਿਤੇ ਜਵਾਨੀਆਂ ਦੋ। ਆਪ ਹੀ ਫੜਿਆ ਗਿਆ। ਮੈਂ ਤਾਂ ਬਥੇਰੀ ਕੋਸ਼ਿਸ਼ ਕੀਤੀ ਤਾਂ ਇਹਦਾ ਪੁੱਤਰ ਬਚਾ ਲਓ। ਖਾਨਾ ਖਰਾਬਾ, ਡੇਢ ਘੰਟੇ ਦਾ ਇੰਤਜ਼ਾਰ ਕਰਦੀ ਕਿ ਰੋਟੀਆਂ ਦੇ ਖਾਏ ਮਰੇ। ਭੈਣਾ ਤੁਹਾਡੇ ਘਰ ਤੇਲ ਦਾ ਸੱਦਾ ਹੀ ਕਾਲਾ ਤੇਲ ਦਾ ਸੱਦਾ, ਪਹਿਲਾਂ ਤੇਲ ਦਾ ਸੱਦਾ ਫਿਰ ਸੁਬਾ ਮੇਲ ਦਾ ਸੱਦਾ, ਤੇ ਫਿਰ ਨਾ ਮੇਲੇ ਤੇ ਜਾਣਾ ਤੇ ਖੈਪੁਰ ਮੇਲ ਦਾ ਵੀ ਸੱਦਾ ਹੈ।
ਬਕਵਾਸ ਨਾ ਕਰਿਆ ਖਾਨਾ ਖਰਾਬਾ ਕੀ ਮੈਂ ਤੁਹਾਡੇ ਲਈ ਤੋਸੇ ਪਕਾ ਪਕਾ ਥੱਕ ਜਾਂਦੀ ਆ ਅੱਜ ਵੀ ਅੱਬੇ ਬੇਚੀ ਅੱਬੇ ਵਾਸਤੇ ਰੋਟੀਆਂ ਪਕਦੀ ਤੇ ਸਾਡੇ ਲਈ ਤੋਸੇ ਮੈਂ ਤੇ ਦੇਖ ਤੰਗ ਹੀ ਬੜੀ ਆ ਤੰਗ ਕੀ ਮੈਂ ਤੇਰੇ ਨਾਲ ਬਹਿ ਜਾਣਾ ਬਕਵਾਸ ਨਾ ਕਰਿਆ ਕਰ ਤੰਗ ਹੋਈ ਬੇਬੇ ਮੈਂ ਤੇ ਕਹਿੰਦੀ ਆ ਲਾਮੀਆਂ ਇਹਨੂੰ ਚੁੱਕ ਹੀ ਲੈ ਉਹ ਤਾਇਆ ਪੁਰਨ ਲੱਗ ਪਿਆ ਤਾਏ ਤੋਂ ਵੀ ਤੰਗ ਆ ਮੈਂ ਕੋਲੀ ਫੜਾਣਾ ਯਾਰ ਆਹ ਭਾਜੀ ਖੰਗ ਕੇ ਬੋਲਿਆ ਕਰੋ ਕੀ ਤੂੰ ਕੀ ਪਈ ਨਹੀਂ ਮੇਰੀ ਖੰਗ ਦੇ ਮਗਰ ਕੋਲੀ ਕੀ ਕਰਨੀ ਤਾਇਆ ਲਸਣ ਸਾੜ ਕੇ ਜ਼ਖਮਾਂ ਦੇ ਲਾਉਣਾ ਬਸ ਬੇਟਾ ਹੈ ਮੈਂ ਵੇਖਣ ਦਾ ਬਹਾਨਾ ਹੀ ਸੀ ਹੋ ਗਿਆ ਓਏ ਹਾਂ ਇਹਦੇ ਵਿੱਚ ਜਿਹੜੀ ਉਹ ਕਿੱਥੇ ਗਈ ਆ ਉਹ ਬੇਬੇ ਲੈ ਗਈ ਅੱਛਾ ਚਲੋ ਚਲੋ ਆ ਜਾ ਭਾਈ ਵਾਹ ਸ਼ਰਮ ਹੀ ਨਹੀਂ ਆਉਂਦੀ ਅੰਮੀ ਤੂੰ ਤਾਏ ਕੋ ਘੁੰਡ ਕੱਢ ਲੈਣੀ ਹੈ ਤੇਰੀਆਂ ਤਸਵੀਰਾਂ ਖਿੱਚਦਾ ਹੈ ਤਾਏ ਤੂੰ ਬਸ ਤਮੀਜ਼ ਹੀ ਨਹੀਂ ਕੀ ਮੈਂ ਕੀ ਕਿਹਾ ਮੈਂ ਕੀ ਕਿਹਾ ਹੈ ਅੱਲਾ ਮੀਆਂ ਨੂੰ ਚੌਕੀ ਲੈ ਅੱਲਾ ਮੀਆਂ ਅੰਮੀ ਗੁੱਸੇ ਚ ਇਹਦੀ ਮੰਨੀ ਨਾ ਉਹ ਤਾਂ ਹਾਵੇ ਹੋ ਖਾਣਾ ਬੇੜਾ ਖਰਾਬ ਹੋ ਗਿਆ ਤੇਰਾ ਪਿਓ ਹੋ ਜਾ ਪੁੱਤਰ ਅੱਲਾ ਖੈਰ ਕਰੇ ਰਕਸ਼ਾ ਛੱਡ ਕੇ ਬੈਂਕ ਚ ਲੱਗ ਗਏ ਹੋ ਜੀ ਹਾਂ 18ਵੇਂ ਸਕੇਲ ਕੇ ਡਾਕੂ ਉਹ ਤੇਰੇ ਪੁੱਤਰ ਦੇ ਰਕਸ਼ੇ ਦੀ ਪਿਛਲੀ ਸੀਟ ਤੇ ਕੋ ਬੰਦਾ ਭੁੱਲ ਗਿਆ ਸੀ ਭੁੱਲ ਗਿਆ ਸੀ ਮੈਂ ਜਾ ਰੋਟੀ ਲਿਆ ਗੱਲਾਂ ਲਿਆਨੀ ਆ ਰੋਟੀ ਉਹ ਜਾ ਵੀ ਗੱਲਾਂ ਕਰੀ ਜਾਂਦੀ ਰੋਟੀ ਖਾਓਗੇ ਵੀ ਕਿ ਨਹੀਂ ਲੈ ਕੇ ਵੀ ਆਂਗੇ ਕਿ ਨਹੀਂ ਲੈ ਕੇ ਆਨੀ ਆ ਮੈਂ ਚੱਲ ਉਹ ਨਹੀਂ ਡਰਦੀ ਆ ਲੋਕੀ ਚੀਜ਼ਾਂ ਆਪਣੀਆਂ ਭੁੱਲ ਜਾਂਦੇ ਫਿਰ ਥਾਣੇ ਜਾ ਕੇ ਰਿਪੋਰਟਾਂ ਕਰਾਉਂਦੇ ਇਹ ਚੋਰ ਹੈ ਐਡਾ ਸੋਹਣਾ ਬਰੀਫ ਕੇਸ ਹੈ ਇਹਨੂੰ ਖੋਲ ਕੇ ਵੇਖੋ ਤੇ ਵਿੱਚੋਂ ਕੀ ਨਿਕਲਣਾ ਬੱਚੋਂ ਕੇ ਪੋਤੜੇ ਓ ਜੀ ਓਏ ਉਸੇਮ
ਮੰਜੀ ਮੈਂ ਦੇਣੀ ਚਾਚੀ ਸੈਮਾ ਪਿੱਛੇ ਪਾਗਲ ਹੋ ਗਏ ਹੁਣ ਕੀ ਹੋਏਗਾ ਕੁਛ ਵੀ ਨੀ ਮੋਮਰ ਰਾਣੇ ਕੋਲ ਇਹਦੇ ਤਾਲੂ ਚ ਛਿੱਤਰ ਮਰਵਾਉਣ ਜਿਹੜਾ ਮੇਰਾ ਮੰਜੀ ਚੁੱਕੇ ਮੇਰਾ ਜਨਾਜ਼ਾ ਚੁੱਕੇ ਦੋ ਮਿੰਟ ਚ ਕਬਰਸਤਾਨ ਲਾ ਗਿਆ ਚੁੱਕਿਆ ਤੂੰ ਇੰਜ ਕਰਤਾ ਸੁਭਾਨ ਅੱਲਾਹ ਮੈਂ ਕਿਹਾ ਪਿਛਲਾ ਲੱਗ ਰਿਹਾ ਇੱਧਰ ਹੋਣ ਵਾਲਾ ਜੇ
ਹਾਏ ਹਾਏ ਜੰਮ ਦੀ ਮੌਤ ਹੋ ਗਈ ਏ। ਮੈਂ ਕਿ ਭੱਜਵੇ ਮੇਰੇ ਆ ਮਾਲਕਾ, ਉਹ ਮਰੋ ਕਿਹੜਾ ਕਾਕਾ ਏ ਤੇ ਆਂਡੇ ਦੇਣ ਵਾਲਾ ਜਾਨਵਰ ਜੇ। ਦੂਜੇ ਦੇ ਕਾਕਿਆਂ ਨੂੰ ਗੁੜਤੀ ਦੇਈਦੀ ਏ ਤੇ ਕਾਕੇ ਨੂੰ ਤਸੱਲੀ ਦੇਣੀ ਪੈਣੀ ਏ। ਕਾਕੇ ਨੇ ਜੰਮ ਦੀ ਤਾਰ ਤੇ ਬਹਿ ਜਾਣਾ, ਚਾਰ ਕਾਕੇ ਬਚ ਗਏ ਨੇ, ਬਾਕੀ ਤਿੰਨ ਗੰਦੇ ਆਂਡੇ ਨਿਕਲ ਆਏ ਨੇ। ਮੈਂ ਕਿ ਸਰਕਾਰ ਅੱਲਾ ਤੁਹਾਡੀ ਖੈਰ ਕਰੇ। ਓਹੁਰ ਉਹ ਮਰੇ ਕਿਹੜੇ ਖੰਭੇ ਤੇ ਟੈਲੀਵਿਜ਼ਨ ਟੰਗੇ ਆਈ ਹੋਏ। ਉਹ ਜੋ ਇਹਦੀਆਂ ਹਰਕਤਾਂ ਨੇ ਇਹਦੇ ਕਰ ਕਾਕਾ ਨੀ ਜੇ ਹੋਣਾ, ਪਿੰਕ ਪੈਂਥਰ ਹੋਣਾ ਜੇ। ਉਹ ਮਰੋ ਕੋਈ ਸਾਨੂੰ ਵੀ ਲਾਓ ਖੁਦਾ ਦਾ ਨਾਂ ਜੇ, ਕੀ ਕਰਨ ਡੇ? ਸਾਨੂੰ ਡੋਗਰ ਸਾਹਿਬ ਲੈ ਆਏ ਨੇ ਜੀ। ਮੈਂ ਕਿਹਾ ਡੋਗਰ ਜੀ ਅੱਗੇ ਤੇ ਉਹ ਸਰਕਾਰ ਕੋ ਅੱਲਾ ਦੇ ਨਾਂ ਦਾ ਸਾਨੂੰ ਜਿੰਦਾ ਰਵੇ ਕਾਕਾ, ਅੱਲਾ ਕਾਕੇ ਦੀਆਂ ਜ਼ਿੰਦਗੀਆਂ ਕਰੇ। ਇਹ ਗੱਲ ਪੈਸੇ ਦੇਣ ਡਿਆ ਚਾਚਾ, 1000 ਰੁਪਏ ਚ ਡੋਗਰ ਹੋ ਗਿਆ, ਹੋਰ ਕੀ ਲੈਣੀ? 500 ਹੋਰ ਦੇ, ਸਾਡੇ ਵੱਲੋਂ ਵੱਟ ਬਣ ਕੇ ਲਗਾ ਫੇਰ। ਕਹਿੰਦੇ ਡੋਗਰ ਹੀ ਠੀਕ ਹੈ, ਡੋਗਰ ਹੀ ਠੀਕ। ਮੈਂ ਕਿਹਾ ਬਿਸਮਿਲ੍ਲਾ, ਮਰੇ ਨੋਟ ਉਹ ਦੇਣੇ ਆ ਜਿਹੜੇ ਹੁਣ ਚੱਲਣੇ ਹੀ ਬੰਦ ਹੋ ਗਏ ਨੇ। ਉਹਨੂੰ ਦੇ ਹਮਲਾ ਐਲ ਐ ਐ ਵੀ ਦੇ ਐਲ ਐ ਐ ਚੱਲਣ ਹੀ ਦੇ ਨੇ, ਹੋਰ ਕੀ ਹੋਇਆ? ਇੰਨੇ ਪੈਸੇ ਕਿੱਥੇ ਲੁਕਾਵਾਂ? ਇਹ ਤੇ ਮੈਂ ਪਹਿਲੇ ਦਿਨ ਹੀ ਫੜਿਆ ਜਾਵਾਂ। ਹਾਏ ਮੈਂ ਮਰ ਗਿਆ, ਮੇਰੀ ਗੱਲ ਮਰ ਗਿਆ। ਤੁਸੀਂ ਕਿੱਥੇ ਗਏ ਸੋ? ਹਾਏ ਮੈਂ ਪੈਸੇ ਸੰਭਾਲੇ, ਪੈਸੇ ਸੰਭਾਲੇ? ਡਾਕਟਰ ਨੂੰ ਪੈਸੇ ਦੇ ਆਇਆ ਮੈਂ ਦਵਾਈ ਦੇ। ਡਾਕਟਰ ਨੂੰ? ਆਹੋ, ਮੈਂ ਆਪ ਤੁਰ ਕੇ ਚਲਾ ਗਿਆ, ਮੈਂ ਕਿਹਾ ਆਪ ਦੇ ਆਵਾਂ। ਕਿਹੋ ਜਿਹੀਆਂ ਗੱਲਾਂ ਕਰਦੇ ਹੋ ਤੁਸੀਂ? ਵਾਪਸ ਕਰਨੇ ਚ ਇਮਾਨਦਾਰੀ ਤੇ ਹੋਈ ਕਹਿੰਦੀ। ਬੁੱਢੀ ਜੀ ਵਿਚਾਰੀ, ਉਹਨਾਂ ਆਪਣੇ ਰਿਕਸ਼ੇ ਦੇ ਵਿੱਚ ਆਪਣਾ ਬੜਾ ਕੀਮਤੀ ਸਮਾਨ ਭੁੱਲ ਗਈ। ਮੈਨੂੰ 55 ਲੱਖ ਦਰਜੇ ਦਾ ਬੁਖਾਰ ਸੀ। ਉਹ ਮਾਈ ਆਪਣਾ ਬਰੀਫ ਕੇਸ ਭੁੱਲੀ ਕਿਉਂ? ਬਰੀਫ ਕੇਸ ਆਪਣਾ ਸਮਾਨ
ਉਹ ਬਾਜੀ ਉਹ ਕਿਸੇ ਕੋਠੀ ਦਾ ਸੌਦਾ ਕਰਨ ਜਾਣ ਡਈ ਸੀ। 55 ਲੱਖ ਰੁਪਈਆ ਲੈ ਕੇ ਤੇ ਰਿਕਸ਼ੇ 'ਚ ਬਹਿ ਗਈ। ਉਹ ਨਹੀਂ ਅੱਬਾ ਜੀ, ਬੈਠੀ ਆਪਣੀ ਗੱਡੀ 'ਚ ਸੀ, ਉਹਦੀ ਗੱਡੀ ਰਾਹ ਕਿਤੇ ਹੋ ਗਈ ਖਰਾਬ। ਉਹਨੇ ਰਿਕਸ਼ੇ ਨੂੰ ਹੱਥ ਦਿੱਤਾ, ਰਿਕਸ਼ੇ ਵਾਲਾ ਕੋਠੀ ਅੱਗੇ ਮਾਈ ਨੂੰ ਲਾ ਕੇ ਤੇ ਚਲਾ ਗਿਆ। ਮਾਈ ਨੂੰ ਬਾਅਦ 'ਚ ਯਾਦ ਆਇਆ ਜਿਹੜਾ ਸਮਾਨ ਵਿੱਚ ਰਹਿ ਗਿਆ 55 ਲੱਖ ਰੁਪਈਆ ਉਹਦੇ ਵਿੱਚ ਹੀ ਸੀ। ਜਿਹਨੇ ਕਿਸੇ ਦੇ ਪੈਸੇ ਖਾਧੇ ਨਾ ਉਹਦਾ ਮੂੰਹ ਹੋਰ ਅੰਦਰ ਨੂੰ ਵੜ ਗਿਆ। ਦਿਮਾਗ ਦੇ ਵਿੱਚ ਕਿਸੇ ਦੇ ਲਾਲਚ ਆਈ ਜਾਂਦੀ। ਹਾਂਜੀ ਹਾਂ, ਸ਼ਰੀਫ ਬੰਦੇ ਵੀ ਅੱਜ ਕੱਲ ਲਾਲਚੀ ਹੋ ਗਏ। ਸਹੀ ਗੱਲ, ਬੜੇ ਬੜੇ ਬਗੈਰਤ ਲੋਕ ਹੋ ਗਏ, ਨਹੀਂ ਲਿਹਾਜ਼ ਕਰਦੇ ਅਗਲੇ। ਅੱਬਾ ਜੀ, ਮੈਨੂੰ ਨਾ ਪੁਲਿਸ ਵਾਲਿਆਂ ਨੇ ਛੱਡ ਦਿੱਤਾ, ਮੇਰਾ ਰਿਕਸ਼ਾ ਨਹੀਂ ਛੱਡਿਆ। ਮੈਨੂੰ ਕਹਿੰਦੇ ਆਪਣੇ ਕਿਸੇ ਵੱਡੇ ਨੂੰ ਭੇਜ, ਹੁਣ ਸਫੁਰਦਾਰੀ ਕਰਾ ਕੇ ਤੇ ਗੱਡੀ ਲੈ ਜਾਵੇ। ਅੱਬਾ ਜੀ ਤੁਸੀਂ ਜਾਓ, ਮੈਨੂੰ ਰਿਕਸ਼ਾ ਲਿਆ ਕੇ ਦਿਓ। ਮੇਰਾ ਕੀ ਕੰਮ ਕਰ ਹੈ? ਕਿਉਂ ਮੈਂ ਆਪਣਾ ਰਿਕਸ਼ਾ ਪਾ ਲਿਆ, ਮੈਂ ਤੈਨੂੰ ਨਹੀਂ ਕਹਿਣਾ। ਇਹ ਕਿਹੜਾ ਰਿਕਸ਼ਾ? ਚੱਲ ਚਲੋ ਓਏ, ਇਸ ਰਿਕਸ਼ੇ ਦੇ ਕੀ ਦੇਣਾ? ਰਿਕਸ਼ਾ ਸਰ ਰੋਟੀ ਪਾਣੀ ਦੇ ਦੇ, ਮੈਂ ਜਾਣਾ, ਮੈਂ ਕੀ ਕੰਮ ਕਰਨਾ ਹੈ? ਬਾਰੋ ਕੁੰਡੀ ਲਾ ਦਿਓ। ਖਬਰਦਾਰ, ਇਧਰ ਕੋਈ ਨਾ ਜਾਵੇ। ਕਿਉਂ? ਉਹ ਸੱਪ ਬੈਠਾ ਅੰਦਰ। ਐਵੇਂ ਮਰ ਕੇ? ਦੌਲਤ ਸੱਪ। ਸੱਪ? ਆ ਸੱਪ ਵੀ ਦੌਲਤ ਹੀ ਹੁੰਦੀ ਹੈ। ਅੱਛਾ। ਆ ਨਾਲ ਦੋ ਬੱਚੇ ਬੈਠੇ ਜਿਹੜੇ। ਸਹੀ ਅੱਬਾ, ਨਹੀਂ ਇੰਜ ਹੋ ਗਏ। ਸੱਪ ਵੀ ਦੌਲਤ ਹੁੰਦੀ? ਹਾਂ ਅੱਬਾ, ਸੱਪ ਦੀ ਜੇ ਸਿਗਰਟ ਮਿਲ ਜਾਂਦੇ। ਅੱਬਾ ਗੈਰਤਾ, ਸੱਪ ਇਹ ਸਟੋਰ ਤੂੰ ਸਾਫ਼ ਨਹੀਂ ਕਰਦੀ? ਕਰਨੀ ਹੈ ਸਟੋਰ ਸਾਫ਼। ਮੈਂ ਖਬਰਦਾਰ, ਇਹ ਕੰਮ ਗਿਆ, ਮੈਂ ਰਿਕਸ਼ੇ ਦੀ ਸਪੁਰਦਾਰੀ ਕਰਾਉਣ ਚੱਲੇ ਆ। ਠੀਕ ਹੈ, ਇਧਰ ਕੋਈ ਨਾ ਆਵੇ। ਓਏ ਵੇ ਮੁੰਡਿਆ, ਉਧਰ ਨਹੀਂ ਜਾਣਾ ਵੇ। ਮੈਂ ਨਹੀਂ ਜਾਂਦਾ, ਮੈਂ ਤਾਂ ਸਮਝਾਣ ਡਈ ਆ। ਆ ਬਾਰਡਰ ਹੈ, ਇਸ ਤੋਂ ਕੇ ਕੋਈ ਨਾ ਆਵੇ। ਵੇ ਕੀ ਹੋਏਗਾ? ਸੱਪ ਛਾਲ ਟੰਪੂ, ਸੱਪ ਦੀ ਛਾਲ ਪੈੜੀ ਹੁੰਦੀ। ਅੱਛਾ, ਆ ਮੈਂ ਚੱਲੇ ਆ ਸਪੁਰਦਾਰੀ ਕਰਾਉਣ। ਠੀਕ, ਇਧਰ ਕੋਈ ਨਾ ਆਵੇ। ਕੋਈ ਨਹੀਂ ਆਉਂਦਾ। ਆ ਤੂੰ ਖਿਆਲ ਰੱਖਣਾ। ਅੰਮੀ ਅੰਮੀ ਨਹੀਂ ਡਰਦੀ ਅੱਬਾ ਸੱਪ ਕੋ? ਆ ਨਾਲ ਦੋ ਬੱਚੇ ਵੀ ਆ ਪੁੱਤਰ। ਅੱਛਾ, ਆ ਹਨੂ ਤੋਂ ਯਹੂਦ ਸਾਂਪ ਹੈ। ਅੱਛਾ, ਜਿੰਨਾ ਮਰਜ਼ੀ ਦੁੱਧ ਪਿਆਓ, ਮੁਸਲਮਾਨੋ ਕੇ ਦੋਸਤ ਹੋ ਹੀ ਨਹੀਂ ਸਕਦੇ। ਮੈਨੂੰ ਸ਼ੱਕ ਸੀ, ਔਰਤਾਂ ਨੂੰ ਜਿਸ ਗੱਲ ਤੋਂ ਮਨਾ ਕਰੋ ਉਧਰ ਹੀ ਮਰਦੀਆਂ ਜਾ ਕੇ। ਖਬਰਦਾਰ, ਇਹਨਾਂ ਗਈ ਮੇਰੇ ਸਿਰ ਤੇ ਹੱਥ ਰੱਖ ਕੇ ਕਸਮ ਚੁੱਕ, ਤੂੰ ਇਧਰ ਨਹੀਂ ਜਾਏ। ਇਹ ਕੀ ਬੱਚਿਆਂ ਵਾਲੀ ਹਰਕਤ ਆ? ਉਹ ਹੀ ਬੰਦਾ ਨਾ ਜਾਵੇ, ਸਿਰ ਤੇ ਹੱਥ ਰੱਖ ਕੇ ਕਸਮ ਚੁੱਕ। ਲਓ ਮਾਂ ਜੀ, ਮੈਂ ਕਰਾ ਕੇ ਆਉਂਦਾ। ਹੁਣ ਤੂੰ ਕਸਮ ਚੁੱਕੀ, ਹੁਣ ਨਾ ਜਾਈ। ਨਹੀਂ ਜਾਂਦੀ। ਜਾ ਯਾਰ, ਅੰਮੀ ਉੱਧਰ ਨਾ ਜਾਈ। ਆਪਾਂ ਕਹਿੰਦਾ ਸਾਫ਼ ਹੀ, ਤੂੰ ਵੀ ਨਾ ਜਾਈ ਉੱਧਰ। ਮੈਂ ਨਹੀਂ ਜਾਂਦਾ ਅੰਮਾ, ਮੈਨੂੰ ਦੁੱਧ ਪਿਆ ਦੇ, ਮੇਰੇ ਪੁਲਿਸ ਵਾਲਿਆਂ ਨੇ ਬੜਾ ਹੀ ਮਾਰਿਆ। ਬੜਾ ਮਾਰੇ ਭੈਣ ਜੀ ਤੇਰੀ, ਮੈਂ ਦੁੱਧ ਦਾ ਗਲਾਸ ਗਰਮ ਗਰਮ ਕਰਕੇ ਲਿਆਈ ਮਾਂ। ਤੇ ਕੱਲ ਸੂ ਰੋਟੀ ਖਾਣੀ ਆ? ਹਾਂਜੀ ਖਾਣੀ ਹੈ। ਖਾਣੀ ਹੈ, ਹੋਰ ਕੀ ਹੋਇਆ ਪੁੱਤਰ? ਕਾਹਦੇ ਰੌਲੇ ਸਨ? ਤਾਇਆ ਤੂੰ ਬਾਹਰ ਆਇਆ ਜਿਵੇਂ ਸੀਲ ਕੁੱਕੜ ਡੱਕਿਆ ਹੋਵੇ। ਇਹ ਕੀ ਤੂੰ ਖੂਨੋ ਖੂਨ ਹੋਇਆ? ਤਾਇਆ ਮੈਨੂੰ ਪੁਲਿਸ ਵਾਲੇ ਨੇ ਫੜ ਲਿਆ ਸੀ। ਤੈਨੂੰ ਕੀ ਫੜਿਆ ਉਹਨਾਂ? ਉਹ ਕੋ ਬੁੱਢੀ ਜੀ ਮਾਈ ਰਿਕਸ਼ਾ ਜੀ ਕਿਸੇ ਦੇ ਆਪਣਾ ਸਮਾਨ ਭੁੱਲ ਗਈ ਤੇ ਸਾਰੇ ਰਿਕਸ਼ੇ ਵਾਲੇ ਨੂੰ ਨਾ ਸੁਬਾਹ ਜੀ ਫੜੀ ਜਾਣ ਡਏ ਨੇ। ਇਹ ਕੀ ਡਿਊਟੀ ਲਾਈ ਉਹਨਾਂ? ਅੱਬਾ ਜੀ ਮੈਨੂੰ ਫੜ ਕੇ ਉੱਥੇ ਲੈ ਕੇ ਜਿੱਥੇ ਪੁਲਿਸ ਵਾਲੇ ਆਪ ਨਹੀਂ ਸੌਂਦੇ। ਨੀਲੇ ਰੰਗ ਦੇ ਟਰੰਕ ਸੰਗਲ ਪਾ ਕੇ ਮੰਜੀਆਂ ਨਾਲ ਬੰਨੇ ਨੇ, ਉੱਤੇ ਚਿੱਟੇ ਰੰਗ ਨਾਲ ਲਿਖਿਆ ਤਫੈਲ ਸਿਪਾਹੀ। ਇੱਕ ਦਫਾ ਮੈਂ ਗੱਡੀ ਦੇ ਵਿੱਚ ਤੇਰੀ ਤਾਈ ਦੇ ਨਾਲ ਜਾਣ ਡਿਆ ਸਾਂ। ਅੱਛਾ,
ਪੁਲਿਸ ਵਾਲੇ ਨੇ ਫੜ ਲਿਆ। ਉਹਨੇ ਕਿਹਾ ਦੱਸ ਹੋਇਆ ਕੌਣ ਨੀ? ਮੈਂ ਕਿਹਾ ਜੀ ਬੀਵੀ ਹੈ ਮੇਰੀ। ਅੱਛਾ। ਕਹਿੰਦੇ ਨਿਕਾਹ ਨਾਮਾ ਵਿਖਾ। ਮੈਂ ਗੱਡੀ ਦੇ ਕਾਗਜ਼ ਵਿਖਾਏ, ਕਹਿੰਦੇ ਨੇ ਜਾ। ਸਹੀ, ਉਹਨਾਂ ਨੇ ਉੱਤੇ ਪੜਿਆ ਹੋਣਾ ਕਿ 32-64 ਬੀਵੀ ਤੇਰੀ ਹੈ। ਹਾਂਜੀ। ਕਹਿੰਦੇ ਨੇ ਲੈ ਜਾ ਭਾਬੀ ਨੂੰ, ਮੈਂ ਇੱਥੇ ਟੋਕਨ ਸ਼ਾਟ ਨੇ। ਸਹੀ ਗੱਲ। ਚਲੋ ਚਲੋ, ਅੰਦਰ ਜਾ ਕੇ ਆਰਾਮ ਕਰ ਤਾਇਆ। ਲੱਤਾਂ ਤੇਰੀਆਂ ਪਹਿਲਾਂ ਹੀ ਖਰਾਬ ਹੈ। ਹਰ ਪਾਸੇ ਪੁਲਿਸ ਹੀ ਪੁਲਿਸ ਨਜ਼ਰ ਆਉਣ ਡਈ। ਇੱਕ ਰਾਤ ਕੀ ਕੱਢੀ, ਵਰਦੀਆਂ ਨਹੀਂ ਜੇਬ ਚੋਂ ਜਾਣ ਡੀਆਂ। ਆਏ ਸੋਝਾਂ ਪਈਆਂ ਹੋਣਗੀਆਂ। ਕਮਾਲ ਤੁਮੇ ਕੀ ਹੋ ਗਿਆ?
ਐ ਦੁਆ ਕਰ ਮੇਰੀਆਂ ਸੋਚਾਂ ਉਤਰ ਜਾਣ ਦੇ ਆ ਤਾਂ ਪਹਿਲੇ ਪਹਿਲੇ ਮੈਂ ਪਹਿਲੀ ਕਹਿ ਰਹੀ ਸੀ ਤੂੰ ਮੇਰੇ ਤੇ ਪਿਆਰ ਨਹੀਂ ਕਰਦੇ ਤੂੰ ਸਭ ਝੂਠ ਬੋਲਦੇ ਆ ਨਹੀਂ ਮੈਂ ਸੱਚ ਕਹਿ ਸਭ ਝੂਠ ਹੈ ਮੈਂ ਤੇਰੇ ਨਾਲ ਪਿਆਰ ਕਰਦਾ ਨਹੀਂ ਇਹਦਾ ਮਤਲਬ ਤੈਨੂੰ ਮੇਰੇ ਤੇ ਯਕੀਨ ਨਹੀਂ ਨਹੀਂ ਆਪਣੀ ਤੌਣ ਲਾ ਕੇ ਤੇਰੇ ਪੈਰਾਂ 'ਚ ਸੁੱਟਾ ਫੇਰ ਤੈਨੂੰ ਮੇਰੀ ਮੁਹੱਬਤ ਦਾ ਇਤਬਾਰ ਹੋਏਗਾ ਹਾਂ ਇਹਦਾ ਮਤਲਬ ਤੈਨੂੰ ਇਤਬਾਰ ਨਹੀਂ ਰਿਹਾ ਨਹੀਂ ਮੈਂ ਕਿਹੜੇ ਪਾਸੇ ਜਾਵਾਂ ਮੇਰੇ ਘਰ ਦੇ ਵੀ ਇਤਬਾਰ ਨਹੀਂ ਕਰਦੇ ਤੂੰ ਵੀ ਮੇਰੇ ਤੇ ਯਕੀਨ ਕਰਨਾ ਛੱਡ ਦਿੱਤੇ ਪੁਲਿਸ ਵਾਲੇ ਮੈਨੂੰ ਚੋਰ ਕਹਿੰਦੇ ਨੇ ਮੇਰਾ ਤੇ ਉਹ ਹਿਸਾਬ ਹੋਇਆ ਮੇਰੀ ਜ਼ਿੰਦਗੀ ਵਿਗੜਿਆ ਧਾਗਾ ਇੱਕ ਤਣਦਾ ਤੁਣਦਾ ਕੋਈ ਨਹੀਂ ਉਹ ਮੇਰੇ ਟੋਟੇ ਕਰਕੇ ਛੱਡ ਦੇਣ ਇੱਕੋ ਗਿਣਦਾ ਗੁਣਦਾ ਕੋਈ ਨਹੀਂ ਇਤਾਰ ਕੋਈ ਚੁਣਦਾ ਕਲੀਆਂ ਤੂੰ ਇਤਾ ਹਰ ਕੋਈ ਚੁਣਦਾ ਕਲੀਆਂ ਤੂੰ ਉਹ ਡੱਠੇ ਫੁੱਲ ਕੋ ਚੁਣਦਾ ਕੋਈ ਕਰ ਸ਼ਾ ਕਰ ਰੋਣ ਤੋਂ ਤੇਰੀ ਦਾੜ ਕੋ ਸੁਣਦਾ ਕੋਈ ਤੇਰੇ ਸਦਕੇ ਜਾਵਾਂ ਕੀ ਤਾਈ ਯਾਦ ਕਰਾ ਦਿੱਤੀ ਤਾਈ ਤਾਈ ਰੇਸ਼ਮਾ ਸੀ ਕੀ ਹੈ ਕੀ ਕਹਿੰਦੇ ਨੇ ਵਿਛੋੜੇ ਦੇ ਵਿੱਚ ਕੀ ਤਾਇਆ ਰੱਬਾ ਵਿਛੁੜ ਜਾਵੇ ਕਦੀ ਯਾਰ ਤੇਰਾ ਪਤਾ ਲੱਗੀ ਵਿਛੋੜਾ ਕੀ ਤੈਨੂੰ ਕਹਿਣਾ ਪੈ ਜਾ ਦੁਨੀਆ ਨੂੰ ਮਹੀ ਬਾਜ ਨਾ ਲੱਗਦਾ ਜੀ ਮੇਰਾ ਯਾਰ ਮਿਲਾ ਨਹੀਂ ਤੇ ਮਾਰ ਮੁਕਾ ਤੇਰੀ ਦੁਨੀਆ ਚ ਰਹਿਣਾ ਕੀ ਇੰਤਜ਼ਾਮ ਕਰੋ ਕੰਮ ਕਰੋ ਅੱਛਾ ਜੀ ਜਿਉਂਦੇ ਰਹੋ ਜੀ ਇਹ ਤੇ ਪਹਿਲੀ ਤਕਲੀਫ ਵਿੱਚ ਤੇਰੀ ਵਾਰੀ ਭਾਵੇਂ ਹੱਥੀ ਟੁੱਟ ਜਾ ਜਿਉਂਦੇ ਰਹੋ ਮੇਰਾ ਤਾਇਆ ਦੀ ਵਿਚਾਰੇ ਦੀਆਂ ਲੱਤਾਂ ਖਰਾਬ ਹੋਈਆਂ ਇਹ ਇੱਕ ਬੜੀ ਦਰਦਨਾਕ ਦਾਸਤਾਨ ਹੈ ਮੇਰਾ ਤਾਇਆ ਆਪਣੀ ਜਵਾਨੀ 'ਚ ਇੱਕ ਕੁੜੀ ਦੇ ਨਾਲ ਇਸ਼ਕ ਕਰਦਾ ਸੀ ਉਹ ਕੁੜੀ ਦਾ ਵਿਆਹ ਕਿਤੇ ਹੋਰ ਹੋ ਗਿਆ ਤੇ ਜੰਗ ਇਹਦੀਆਂ ਲੱਤਾਂ ਤੋਂ ਲੰਘ ਗਈ ਤੇਰੀ ਜ਼ਿੰਦਗੀ ਵੀਰੇ ਨੂੰ ਤੇਰਾ ਆਵੇ ਜੰਜ ਵੀ ਕਿੱਥੋਂ ਨਗਾਈ ਆ ਖੂਬ ਲੱਤਾਂ ਤੇ ਬਜਰੀ ਪੁਆਈ ਲੁੱਕ ਪੁਆ ਕੇ ਉੱਤੋਂ ਜੰਜ ਨਗਾਤੀ ਇਹ ਕੁੜੀ ਦਾ ਤੇਰਾ ਤਰਸ ਪੁਆ ਰਿਹਾ ਸੀ ਅੱਛਾ 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 ਮੈਂ ਹੋਈ ਮੇਰੇ ਨਾਲ ਹਾਲ ਹੋਇਆ ਜੀ ਤੂੰ ਨਾ ਕਰੀ ਇਸ ਤਰ੍ਹਾਂ ਆਹੋ ਬਿਲਕੁਲ ਚਲੋ ਚਲੋ ਕਮਾਲ ਮੈਂ ਤੁਹਾਡਾ ਇੰਤਜ਼ਾਰ ਕਰੂੰਗੀ ਹੁਣ ਤਾਂ ਤੈਨੂੰ ਯਕੀਨ ਹੋ ਗਿਆ ਨਾ ਹਾਂ ਮੈਨੂੰ ਯਕੀਨ ਹੋ ਗਿਆ ਜਾ ਜਾ ਕੇ ਘਰ ਆਪਣੇ ਅੱਬੇ ਨੂੰ ਦੱਸ ਦੇ ਤੇ ਮੈਂ ਆਪਣਾ ਆਪਾ ਗਲੇਜ ਭਰ ਕੇ ਤੇਰੇ ਘਰ ਵਾਲੇ ਛੱਡ ਦਾਂ ਕਮਾਲ ਤਾਂ ਕਿ ਤੇਰੇ ਪਿਓ ਦੇ ਮੱਥੇ 'ਚ ਵੱਜੇ ਤੂੰ ਵੀ ਬਹਿ ਕੇ ਮਜ਼ਾਕ ਰਾਤ ਕਰ ਲੈਂਦੇ ਇਸ਼ਕ ਦੀਆਂ ਗੱਲਾਂ ਪਿਆਰ ਦੀਆਂ ਗੱਲਾਂ ਰਿਸ਼ਤੇ ਦੀਆਂ ਗੱਲਾਂ ਤੈਅ ਕਰ ਲੈਣਗੇ ਮੈਂ ਤੁਹਾਡਾ ਇੰਤਜ਼ਾਰ ਕਰੀ ਤੂੰ ਮੇਰਾ ਸਾਥ ਨਾ ਛੱਡੀ ਨਹੀਂ ਛੱਡੂਗੀ ਦੁਆ ਕਰ ਪੁਲਿਸ ਵਾਲੇ ਮੇਰਾ ਰਿਕਸ਼ਾ ਛੱਡ ਦੇਣ ਕਮਾਲ ਤੁਮੇ ਅੱਜ ਕੀ ਆਓਗੇ ਮੈਂ ਮਾਫੀ ਚਾਹਨਾ ਪਰ ਮੈਂ ਤੁਹਾਡਾ ਇੰਤਜ਼ਾਰ ਕਰ ਰਹੀ ਹਾਂ ਜਾ ਜਲਦੀ ਜਾ ਮੈਂ ਨਹੀਂ ਆ ਰਿਹਾ ਓ ਬੇਬਾ ਦੁੱਧ ਗਰਮ ਕੀਤਾ ਜੀ ਅਮਾ ਮੇਰੀ ਆਪ ਹੀ ਪੀ ਆ ਜਾ ਵੇ ਆ ਜਾ ਡੋਗਰ ਦੇ ਪਿੱਛੇ ਪਿੱਛੇ ਆ ਜਾ ਆ ਜਾ ਓ ਤੈਨੂੰ ਲੈ ਮੌਲਾ ਮੇਰਾ ਪੈਰ ਮਿੱਧ ਦਿੱਤਾ ਈ ਮੈਂ ਕਦੋਂ ਮਿੱਧਿਆ ਈ ਤੇਰਾ ਪੈਰ ਤੈਨੂੰ ਨਹੀਂ ਪਤਾ ਲੱਗਦਾ ਪਿਛਲੀ ਗਲੀ 'ਚ ਕੁੱਤਾ ਮਿੱਧਾ ਇਹ ਪਤਾ ਲੱਗਾ ਈ ਸ਼ੋਕਿਆ ਕੁੱਤੇ ਦੀ ਆਵਾਜ਼ ਹੀ ਨਹੀਂ ਨਿਕਲੀ
ਨਾ ਮੁਰਾਦ ਕਹਿੰਦਾ ਜੁੱਤੀ ਚੰਗੀ ਹੈ ਵਿੱਚੋਂ ਚੀਕਾਂ ਨਿਕਲਦੀਆਂ। ਹਰਿਆਲੀ ਪੀਤੀ ਹੋਵੇ ਨਹੀਂ ਪਤਾ ਲੱਗਦਾ। ਚੌਕਿਆ ਛੱਡ ਦੇ ਬੂਟੀ ਪੀਣੀ, ਕੋਈ ਇੱਜ਼ਤ ਬਣਾ ਚਰਸ ਸ਼ੁਰੂ ਕਰ। ਮੈਂ ਨਹੀਂ ਪੀਣੀ ਚਰਸ। ਕਿਉਂ ਜੀ? ਦਿਮਾਗ ਕੋ ਸੁਨ ਕਰਤੀ। ਚਰਸ ਦਿਮਾਗ ਕੋ ਸੁਨ ਕਰਤੀ ਹੈ। ਬੂਟੀ ਪੀ ਕੇ ਤੈਨੂੰ ਐਟਮ ਬੰਬ ਬਣਾਇਆ ਸੀ ਹੈ। ਚੋਖਾ ਮਰੇ ਚਰਸ ਅੱਛੀ ਹਾਏ ਬੂਟੀ ਐਕਸ਼ਨ ਹੀ ਬੋਰਾ ਹੈ। ਤੈਨੂੰ ਲਏ ਮੌਲਾ ਗਲਾਸ ਬਣਾਉਂਦੀਆਂ ਬਣਾਉਂਦੀਆਂ ਉਹਦੇ ਚੱਕਰ ਚੜ ਜਾਣ ਨਵੀਆਂ ਗੰਨਾਂ ਖਰੀਦੀਆਂ। ਕਿਤੇ ਸਿਰਫ ਚੂਪਣ ਵਾਲਾ ਗੰਨਾ ਹੱਥ ਚ ਫੜੀ ਦੱਸ, ਚੱਲਣ ਵਾਲੀਆਂ ਗੰਨਾ ਲੈ ਕੇ ਬੱਸ ਚ ਚੜ ਗਏ। ਇਹ ਖਲੋਣ ਲੱਗਾ ਮੈਂ ਠਹਿਰ ਜਾ ਦੇਣਾ ਸਪੀਡ ਤੇ ਫੜਨ ਦੇ। ਬੱਸ ਨੇ ਸਪੀਡ ਫੜੀ, ਮੈਂ ਉੱਠ ਕੇ ਅਗਲੀ ਸਵਾਰੀ ਦੇ ਸਿਰ ਤੇ ਗੰਨ ਰੱਖਤੀ। ਮੈਂ ਕਿਹਾ ਕਰ ਦਿਓ ਜੋ ਕੁਝ ਇਹ ਗਏ। ਉਹਨੇ 500 ਦਾ ਨੋਟ ਕੱਢਿਆ। ਇਹ ਨਾ ਮੁਰਾਦ ਕਹਿੰਦੇ ਸਾਡੇ ਕੋਲ ਭਾਣ ਕੋਈ ਨੀ, ਟੁੱਟੇ ਦਿਓ। ਉਹਨੂੰ ਪਤਾ ਲੱਗ ਗਿਆ ਕੋਈ ਮੰਗਤ ਨੇ। ਬਸ ਫਿਰ ਲੋਕਾਂ ਸਾਨੂੰ ਲੰਮਿਆਂ ਪਾ ਲਿਆ। ਇਹ ਤੇ ਖੈਰ ਲੰਮਿਆਂ ਪੈਂਦੀਆਂ ਹੀ ਸੌਂ ਗਿਆ ਸੀ। ਮੈਂ ਹੀ ਫਿਰ ਛਿੱਤਰ ਛੁੱਤਰ ਖਾਂਦਾ। ਖਰਾਬ ਸੀ, ਮੈਂ ਹੋਰੇ ਪੁਲਿਸ ਦਾ ਮੋਟਰਸਾਈਕਲ ਨੇੜੇ ਆਈ ਹੱਥ ਦਿੱਤਾ ਤੇ ਵਿੱਚ ਚੜ ਗਏ। ਵੈਗਨ ਚ ਪਹਿਲੇ ਹੀ ਡਾਕਾ ਵੱਜਣ ਡੇ ਆ। ਦੋ ਔਰਤਾਂ ਇੱਕ ਬੰਦਾ ਅਗਵਾ ਕਰਕੇ ਖੜਨ ਡੇ ਆ। ਨਾ ਮਾਨਿਸ਼ ਕਰਾਣੀਆਂ ਮੁਰਾਦਾ ਕੱਠਾ 20,000 ਦੱਸਦੇ, 100-100 ਕਰਕੇ ਦੱਸਦੇ। ਤੁਸੀਂ ਜਾ ਕੇ ਬਦਮਾਸ਼ ਬਣ ਕੇ ਜਾਣਾ, ਉੱਥੇ ਪਤਾ ਨਾ ਲੱਗੇ ਤੁਸੀਂ ਮਰਾਸੀ ਹੋ। ਇਹਦੀ ਜ਼ਿੰਮੇਦਾਰੀ ਨੀ ਸਾਡੀ। ਤੁਹਾਨੂੰ 20,000 ਰੁਪਇਆ ਤਨਖਾਹ ਮਿਲੇ, ਉਹਨਾਂ ਨੂੰ ਨਾ ਪਤਾ ਲੱਗੇ ਤੁਸੀਂ ਮਰਾਸੀ ਹੋ। ਨੱਕ ਢਿੱਲੇ ਛੱਡ ਕੇ ਖਲੋਣਾ, ਨੱਕਾਂ ਤਾਂ ਤੁਸੀਂ ਫੜਿਆ ਜਾਣਾ ਕਿ ਮਰਾਸੀ ਹੋ, ਨੱਕ ਢਿੱਲੇ ਛੱਡਣੇ ਤਾਂ ਬਿਲਕੁਲ ਬਦਮਾਸ਼ ਹੀ ਲੱਗੋਗੇ। ਬਸ ਠੀਕ ਹੈ ਸਰਕਾਰ। ਉੱਥੇ ਜਾ ਕੇ ਉਹਨਾਂ ਨੂੰ ਕਹਿੰਦੇ ਸ਼ੇਖ ਸਾਹਿਬ ਪੈਸੇ ਦੇ ਦਿਓ ਡੋਗਰ ਸਾਹਿਬ ਦੇ। ਉਹ ਸ਼ੇਖ ਸਾਹਿਬ ਨੇ? ਹਾਂ। ਆਓ ਜੀ ਚੰਦੀ। ਕਿੱਧਰ? ਇਹ ਕਿੱਥੇ ਨੌਕਰੀ ਤੇ ਲਾਉਣ ਡੇ ਆ? ਇੱਕ ਮਿੰਟ ਹੋਇਆ ਜੀ। ਸ਼ੇਖ ਸਾਹਿਬ ਕੋਲ ਕਿਹੜੇ ਪੈਸੇ? ਕਿਉਂ? ਉਹ ਭਲਿਆ ਸ਼ੇਖ ਸਾਹਿਬ ਦੇ ਕਰੀ ਫੌਤ ਹੋ ਕੇ ਜੰਨਤ ਚ ਗਏ, ਫਿਰ ਰੂਹਾਂ ਨੇ ਕਾਹੂਰਾਂ ਨੇ ਖਾਣ ਵਾਸਤੇ ਸੇਬ ਦਿੱਤੇ, ਜੰਨਤ ਚ ਜਾ ਕੇ 45 ਰੁਪਏ ਕਿਲੋ ਵੇਚ ਆਏ।
ਕਿੱਥੇ ਤੂੰ ਕਿਹੜੇ ਕੰਮੇ ਸਾਨੂੰ ਲਾਣ ਦਿਓ ਤੋਂ ਭਾਜ ਬੈਠੇ। ਕੋਈ ਗੱਲ ਨੀ ਕੋਈ ਗੱਲ ਨੀ, ਤੁਸੀਂ ਪਰੇਸ਼ਾਨ ਨਹੀਂ ਹੋਣਾ, ਤੁਸੀਂ ਜਾ ਕੇ ਉਹਨਾਂ ਨੂੰ ਇਹੋ ਕਹਿਣਾ ਪੈਸੇ ਦਿਓ, ਠੀਕ ਨਾ? ਠੀਕ ਹੈ ਸਰ। ਰਹਿੰਦੇ ਕਿੱਥੇ ਹੋ ਜਨਾਬ? ਪੀਸੀ ਚ। ਪੀਸੀ ਚ ਕਿੰਨੇ ਨੰਬਰ ਕਮਰੇ? ਕਮਰਾ ਨੰਬਰ ਨਹੀਂ ਪੁੱਤਰ, ਉੱਥੇ ਜਿਹੜਾ ਪਾਰਕਿੰਗ ਨਹੀਂ, ਕਾਰ ਪਾਰਕਿੰਗ, ਉੱਥੇ ਜਿਹੜੇ ਫੱਟੇ ਤੇ ਬਹਿ ਕੇ ਟੋਕਨ ਨਹੀਂ ਦੇਣ ਡਿਆ ਹੁੰਦਾ ਬੰਦਾ, ਉਹ ਫੱਟੇ ਦੇ ਉਤਲੇ ਕਮਰੇ ਤੇ ਰਹਿੰਦਾ, ਥੱਲੇ ਵਾਲੇ ਚ ਮੈਂ ਰਹਿੰਦਾ। ਤੇ ਫਿਰ ਪੀਸੀ ਨਾ ਨਾ ਕਹੋ, ਪਟੀਸੀ ਕਹੋ, ਐਵੇਂ ਪੀਸੀ ਕਹੀ ਜਾਂਦੇ, ਰਹਿਣਾ ਤੁਸੀਂ ਮੇਰੇ ਕੋਲੇ, ਠੀਕ ਹੈ ਜੀ? ਖਾਣ ਪੀਣ ਵੀ ਸਾਡਾ ਤੇਰੇ ਹੱਲ ਹੀ। ਸੋਹਣਿਆ 20,000 ਰੁਪਏ ਤਨਖਾਹ ਦੇਣੀ ਆ, ਹਾਂਜੀ, ਮੈਂ ਤੁਹਾਨੂੰ 40,000 ਦਿਆਂਗਾ, ਰੋਟੀ ਨੂੰ ਆਪ ਖਾਣੀ ਆ। ਇਹਨੂੰ ਤੇ ਅਲੀ ਸੈਂਡ ਕੰਪਨੀ ਨਹੀਂ ਲਿਜਾ ਸਕਦੀ, ਉਹ ਸੋੜਿਆ ਇਹਦੇ ਖਾਣ ਦੀ ਕਿਹੜੀ ਗੱਲ ਕਰ ਲੈ, ਤੇ ਕਰੀ ਜ਼ਿੰਦਾ ਬੱਕਰਾ ਖਾ ਗਿਆ ਸੀ। ਉਹ ਕਿਵੇਂ? ਮੈਂ ਈਦ ਵਾਲੇ ਦਿਨ ਭਾਣਿਆ ਬੱਕਰਾ ਲਿਆ ਕੇ ਸੋਹਣਾ ਬੰਨਿਆ ਕੇ ਪੱਠੇ ਪਾਏ। ਅੱਛਾ। ਬੱਕਰਾ ਪੱਠਿਆਂ ਦੇ ਧਿਆਨ ਨਹੀਂ ਲੱਗਾ ਸੀ, ਪਿੱਛੋਂ ਅੱਧਾ ਖਾ ਗਿਆ। ਫਿਰ ਬੱਕਰੇ ਦਾ ਧਿਆਨ ਪੱਠਿਆਂ ਵਾਲ ਸੀ, ਉਹਨੂੰ ਨਹੀਂ ਪਤਾ ਲੱਗਾ। ਅੱਛਾ। ਉਹਦੇ ਜਦੋਂ ਪੱਠੇ ਮੁੱਕੇ, ਉਹਨੇ ਸਿਰ ਚੁੱਕਿਆ ਤੇ ਪਿੱਛੇ ਡਿੱਗ ਪਿਆ, ਉਦੋਂ ਉਹਨੂੰ ਪਤਾ ਲੱਗਾ ਪਿਛਲਾ ਸਟੈਂਡ ਹੀ ਕੋਈ ਲਾ ਕੇ ਲੈ ਗਏ। ਤੇ ਤੂੰ ਵੀ ਪੱਠੇ ਇੰਨੇ ਕੁ ਸੁੱਟ ਦਿੰਦਾ, ਈਦ ਤੇ ਕੱਢ ਜਾਂਦਾ ਬੱਕਰਾ। ਡੋਗਰ ਨਹੀਂ, ਸਾਡਾ ਹੀ ਬੱਚਾ ਹੀ ਕੋਈ, ਡੋਗਰ ਦੇ ਟੋਕਰੇ ਥੱਲੇ ਆਏ ਕਰਦੇ। ਇਸ ਗੱਲ ਤੇ ਮਿੱਟੀ ਪਾ ਦਿਓ, ਸਿਰਫ ਜਾ ਕੇ ਤੁਸੀਂ ਸ਼ੇਖ ਕੋ ਪੈਸੇ ਲੈਣੇ, ਠੀਕ ਹੈ ਜੀ? ਤੁਸੀਂ ਜਾ ਕੇ ਇਹੋ ਹੀ ਕਹਿਣਾ ਸ਼ੇਖ ਸਾਹਿਬ ਰਹਿੰਦੇ ਉੱਤੇ, ਤੁਸੀਂ ਇਹੋ ਜਾ ਕਹਿਣਾ ਥੱਲੇ ਉੱਤਰ, ਵੇਖ ਨਹੀਂ ਤੇ ਇੱਥੇ ਗੋਲੀ ਚੱਲਣ ਲੱਗੀ ਆ। ਉਹ ਮਰੇ ਸ਼ਹਾ ਥੱਲੇ ਉੱਤਰ, ਵੇਖ ਕਿੱਡੀ ਸੋਹਣੀ ਹਵਾ ਚੱਲਣ ਡਈ, ਕਿਉਂ ਗੋਲੀ ਚਲਾਉਂਦੇ ਆ ਸਾਡੇ? ਗੋਲੀ ਚਲਾਣੀ ਆ। ਅੱਛਾ। ਸ਼ੇਖ ਨੂੰ ਕਹਿਣਾ, ਓਏ ਸ਼ੇਖਾ ਇੱਥੇ ਕਤਲ ਹੀ ਹੋਣਗੇ। ਓ ਸ਼ੇਖਾ ਇੱਥੇ ਕਤਲ ਹੀ ਹੋਣਗੇ, ਨਹੀਂ ਆ ਮਰੇ ਤੇ ਸਾਡਾ ਵੀ ਦਿਲ ਘਬਰਾ ਜਾਣਾ ਈ। ਯਾਰ ਇਹ ਨਹੀਂ ਕਹਿਣਾ ਬਦਮਾਸ਼ ਬਣਨਾ ਤੁਸੀਂ, ਅੱਛਾ ਤਰਲੇ ਤੇ ਲੈਣੀ ਨਹੀਂ ਤੁਹਾਡੇ ਨੂੰ, ਅੱਛਾ ਤਰਲਾ ਮੈਂ ਲੈ ਲੈਣਾ। ਅੱਛਾ ਜੀ। ਇਹ ਹੀ ਕਹਿਣਾ ਜਾ ਕੇ, ਓ ਸ਼ੇਖਾ ਥੱਲੇ ਉੱਤਰ, ਓ ਸ਼ੇਖਾ ਥੱਲੇ ਉੱਤਰ ਓਏ। ਕੀ ਆ ਉਹ ਤੈਨੂੰ ਲੈ ਮੌਲਾ, ਇਹ ਅੱਲਾ ਮੁਰਾਦਾ ਬੱਚੇ ਦੇ ਪੈਸੇ ਘੁੱਟ ਕੇ ਉੱਤੇ ਚੜ ਗਏ ਆ। ਕਿਹੜਾ ਕੈਸਾ ਸੋਖ ਹੈ ਤੂੰ ਨਵਾਂ ਨਿਸ਼ਟਾ, ਕਿਹੜੇ ਪੈਸੇ? ਉਹ 10 ਲੱਖ ਰੁਪਈਆ ਦੇ ਉਹਦਾ। ਕਿਹਦਾ 10 ਲੱਖ? ਮਰੇ ਵੀਜ਼ੇ ਦੇ ਚੱਕਰ 'ਚ ਜਿਹੜਾ ਲੈ ਆਈ। ਉਹ 10 ਲੱਖ ਮੈਂ ਕਿਤੋਂ? ਤਰੱਕੀ ਕੀ ਤੇਰਾ ਦਿਮਾਗ ਖਰਾਬ ਹੈ? ਮੇਰਾ ਪਿਓ ਹੈ ਤੇਰਾ। ਮਰੇ ਉੱਤੇ ਕੱਦ ਲਈ ਬੈਠਾ ਰਹਿੰਦਾ, ਇਹਦੀ ਜੁੱਤੀ ਗੁਆਚ ਗਈ। ਖੂਬ ਸਜ਼ਾ ਮੌਤ ਦਿੱਤੀ ਜੀ। ਮੇਰਾ ਵੀ ਦਿਲ ਕਰ ਜੀ, ਮੈਂ ਥੱਲੇ ਵਾਲੀ ਖਿੜਕੀ ਤੇ ਆਵਾਂ, ਇੱਕ ਲਾਵਾਂ ਤੇਰੇ ਕੰਨਾਂ ਪਾ। ਬਾਬਾ ਜੀ ਅੰਦਰ ਜਾ, ਸਾਡੀ ਕੋਈ ਗੱਲ ਕਰਨਾ। ਡਾ ਡਾ ਫਾ ਉੱਠ, ਲੈ ਜਾ ਇਹਨਾਂ ਨੂੰ ਵੀ ਇਧਰ। ਥੱਲੇ ਤੂੰ ਐ ਸਿਰ ਖੋਲ ਛੱਡ, ਐਣਕ ਡਿੱਗ ਪੈਂਦੀ ਓ। ਹਾਂ ਤਾਂ ਪੜ ਲਾ ਤੇ ਵੇਖ, ਪੜ ਲਾ ਯੋਕੋ ਹਮਾ ਦਾ ਬੱਚਾ। ਹਾਂ ਸਾਹਿਬ ਇਧਰ ਆਓ ਤੁਸੀਂ, ਆਪੇ ਜਾਓ, ਸਾਨੂੰ ਕੋਈ ਮਸ਼ਵਰਾ ਕਰੋ। ਚਲੋ ਚਲੋ।
ਬੇਟੇ ਮੂੰਹ ਵੈਕਣ ਦਾ ਮਾਲਕ ਦੇ ਕਹਿਣਾ ਨੀ ਮੰਨਣ ਨਹੀਂ। ਅੱਛਾ ਬਾਈ ਔਖਾ ਸੌਖਾ ਹੋ ਗਿਆ, ਮੈਂ ਖਾਣਾ ਖਵਾ ਦਿਆਂਗਾ। ਅੱਛਾ ਜੀ, ਆਪਣੇ 7 ਦਿਨਾਂ ਦਾ ਸ਼ਡਿਊਲ ਦੇ ਦਿਓ ਮੈਨੂੰ ਕੀ ਕੀ। ਓਹ ਹਾ ਹਾ, ਪਹਿਲੇ ਦਿਨ ਦੱਸੋ ਕੀ ਪਕਾਣਾ। ਪਹਿਲੇ ਦਿਨ ਤੁਸੀਂ ਇੰਜ ਕਰਨਾ ਜਨਾਬ ਜੀ, ਕਰੇਲਿਆਂ ਚ ਗੋਸ਼ਤ ਪਾ ਲੈਣਾ। ਆਹ ਸੁਭਾਨ ਅੱਲਾਹ, ਜੋ ਕਰੇਲੇ ਕਾ ਅਦਬ ਨਹੀਂ ਕਰਤਾ ਵੋ ਹਮੇ ਸੇ ਨਹੀਂ। ਹਾਏ ਕਰੇਲਾ। ਦੂਸਰੇ ਦਿਨ? ਦੂਜੇ ਦਿਨ ਇੰਜ ਕਰਨਾ, ਗੋਸ਼ਤ ਚ ਕਰੇਲੇ ਪਾ ਲੈਣਾ। ਤੀਸਰੇ ਦਿਨ? ਤੀਸਰੇ ਦਿਨ ਗੋਸ਼ਤ ਵੱਖਰਾ ਪਕਾ ਲੈਣਾ, ਕਰੇਲੇ ਵੱਖਰੇ ਅਸੀਂ ਪਲੇਟ ਚ ਰਲਾ ਲਾਂਗੇ। ਚੌਥੇ ਦਿਨ? ਰੋਜ਼ ਗੋਸ਼ਤ ਅੱਛੀ ਚੀਜ਼ ਨਹੀਂ ਹੈ, ਕੋਲੇਸਟ੍ਰੋਲ ਜ਼ਿਆਦਾ ਹੋ ਜਾਂਦਾ ਹੈ ਜੀ। ਚੌਥੇ ਦਿਨ ਤੁਸੀਂ ਇੰਜ ਕਰਨਾ ਜੀ, ਕਰੇਲੇ ਚ ਕੀਮਾ ਪਾ ਲੈਣਾ, ਕਰੇਲੇ ਬਸ ਇਕੱਲੇ ਨਾ ਰਹਿਣ ਦੇਣਾ। ਮੈਂ ਸਮਝਿਆ ਤੁਹਾਡੇ 7 ਦਿਨਾਂ ਦਾ ਸ਼ਡਿਊਲ, ਤੈਨੂੰ ਛੁਰੀ ਫੇਰ ਲਈਏ ਤੇ 7 ਦਿਨ ਲੰਘ ਜਾਣਗੇ ਨਾ। ਉਹ ਤੇ 7 ਦਿਨ ਲਗਾਉਣ ਦੇ ਆ, ਇਹਨੂੰ ਛੁਰੀ ਫੇਰ ਮੇਰਾ 1.5 ਸਾਲ ਲੰਗੇ। ਕੀ ਹੋ ਗਿਆ ਮਨੀਸ਼ ਜਨ, ਮੈਂ ਕਿਹਾ ਸਾਨੂੰ ਰਹਿਣ ਵਾਲੀ ਜਗ੍ਹਾ ਵਹਾ ਦੇ, ਆ ਸਾਹਮਣੇ ਕਮਰੇ ਦੇ ਵਿੱਚ ਤੁਸੀਂ ਰਹਿਣਾ। ਸੁਭਾਨ ਅੱਲਾਹ, ਚੱਲ ਸ਼ਬੀਰ ਹੁਸੈਨ, ਕਮਰਾ ਤੇ ਅੱਛਾ ਲੱਗ ਰਹੀ ਮੈਨੂੰ। ਮੈਂ ਕਿਹਾ ਅੱਜ ਕੀ ਪੱਕਾ ਜੀ। ਲਓ ਜੀ, ਨਸੀਬਾਂ ਨੂੰ ਜੋ ਵੇਖੋ ਨਾ, ਇਹ ਕੋਈ ਕਿਸਮਤ ਦੀ ਗੱਲ ਹੁੰਦੀ ਜੀ। ਵਾਹ ਵਾਹ, ਸੋਹਣੀਆਂ ਚਾਂਪਾਂ ਲੈਣ ਭੇਜਿਆ ਸੀ ਮੁੰਡੇ ਨੂੰ, ਮਿਲੀਆਂ ਨਹੀਂ। ਤੈਨੂੰ ਲੈ ਮੌਲਾ ਚਾਂਪਾਂ ਨਹੀਂ ਮਿਲੀਆਂ ਤੇ ਦਾਲ ਚ ਸਿਰੀ ਪਾ ਲਵੋ। ਸ਼ੋਭੇ ਚੌਲ ਅੰਦਰ ਫੁਲਕੇ ਦੇ ਨਾਲ ਦਾਲ। ਸ਼ੂਗਰ ਹੋਈ ਹੁੰਦੀ ਤਾਂ ਇਸ ਤਰ੍ਹਾਂ ਦੀ ਕੁੜੀ, ਕੁੜੀਆਂ ਦਾ ਮਜ਼ਾਕ।
ਜਿਵੇਂ ਗਿੱਲੀ ਜੁਰਾਬ ਹੁੰਦੀ ਹੈ। ਭੇਜੀ ਜਾਂਦੀ ਜਾਂਦੇ ਆ ਕਿਤੇ ਨਾ ਕਿਤੇ। ਚੱਲ ਦੌੜ ਜਾਏ ਤੂੰ। ਮੈਂ ਕੀ ਕਿਹਾ ਚਾਚਾ? ਚੱਲ ਚੱਲ ਚਾ ਚਾਚਾ ਮਿਠਾਈ ਖੁਆ। ਕਾਦੀ ਖੁਸ਼ਖਬਰੀ ਕਾਦੀ? ਉਹ ਡਾਕਟਰ ਚੂ ਫੋਨ ਕਰ ਜਾ। ਕੋਈ ਨਾ ਭੇਜ ਦੇ ਜਾ ਕੇ ਮੰਦਰ। ਚੱਲ ਕੁੜੀਏ ਜਾ ਕਰ। ਚਾਚਾ ਮੈਨੂੰ ਮਿਠਾਈ ਖੁਆ। ਕਾਦੀ ਖੁਸ਼ਖਬਰੀ ਆਨ ਲੱਗੀ। ਓਏ ਐਵੇਂ ਗੱਲਾਂ ਬਣੀਆਂ। ਚੱਲ ਚੱਲ ਮਿਠਾਈ ਖੁਆ ਚਾਚਾ। ਉੱਧਰ ਕੋਈ ਨਹੀਂ ਮਿਠਾਈ ਜਾ ਮੇਰੇ। ਮਿਠਾਈ ਖਾਣੀ ਕਿਦੀ ਖਾਣੀ? ਨਹੀਂ ਤੂੰ ਨਹੀਂ ਖਾਣੀ ਮਿਠਾਈ। ਨਹੀਂ ਚੱਲ ਮੈਂ ਦੱਸ ਦੇ ਪੂਰੇ ਮੱਲੇ ਵਾਲੇ ਨੂੰ। ਮੱਲੇ ਵਾਲੇ ਉਹ ਆ ਰਹੇ ਆ। ਜਾ ਜੀ ਨੂੰ ਜਾ ਕੇ ਮਰਜ਼ੀ ਦੱਸ। ਮੈਂ ਅੱਗੇ ਪਰੇਸ਼ਾਨ ਆ। ਇਹਨਾਂ ਨੂੰ ਕਿਵੇਂ ਦੱਸਾਂ ਕਿ ਮੇਰੇ ਕੋਲ 55 ਲੱਖ ਰੁਪਈਆ ਮੇਰਾ ਜ਼ੇਨ? ਨਹੀਂ ਇਹ ਤਾਂ ਪਹਿਲੇ ਦਿਨ ਹੀ ਫੜਿਆ ਜਾਵਾਂਗਾ। ਸਬਜ਼ੀ ਲਿਆਂਦੀ ਨਹੀਂ ਜਾਂਦੀ। ਲਓ ਛੀਮੋ ਛੀਮੋ। ਛੀਮੋ ਉਹ ਮੈਂ ਤੇਰੇ ਕੋਲ 500 ਰੁਪਈਆ ਲਿਆ ਸਬਜ਼ੀ ਵਾਸਤੇ। ਹਾਂਜੀ ਉਹਦੀ ਮੈਂ ਲਈ ਜੂਏ ਦੀ ਪਰਚੀ। ਉਹ ਤੁਹਾਡਾ ਖਾਨਾ ਖਰਾਬ ਹੋ ਜਾਵੇ ਕਿ ਕੋਈ 500 ਨੋਟ ਸੀ ਮੇਰੇ ਕੋਲ ਉਹਦੀ ਪਰਚੀ ਖੇਡ ਆਇਆ ਜੂਏ ਦੀ। ਗੱਲ ਤਾਂ ਸੁਣ ਲੈ। ਕੀ ਗੱਲ ਸੁਣਾ ਮੈਂ ਤੁਹਾਡੀ? ਮੈਂ ਘਰ ਦਾ ਖਰਚਾ ਕਿਤੇ ਡੋਲਾਂਗੀ। ਉਸ ਪਰਚੀ ਦਾ 55 ਲੱਖ ਰੁਪਈਆ ਨਿਕਲੇ। 55 ਲੱਖ? 55 ਲੱਖ ਪਰਚੀ ਮੈਂ ਅਖਬਾਰ ਤੇ ਰੱਖ ਕੇ ਸਾਰੇ ਨੰਬਰ ਮੈਂ ਕਰਕੇ ਵੇਖੇ ਉੱਤੇ ਲਿਖਿਆ 55 ਲੱਖ ਰੁਪਈਆ। ਇਹਨੂੰ ਤੇ 5-5 ਰੁਪਈਏ ਕਰਕੇ ਦੱਸਣੇ ਆ। ਚੰਗਾ ਪੈਸੇ ਲੁਕਾਉਣ ਤੋਂ ਰਿਹਾ। ਮੇਰੀ ਗੱਲ ਸੁਣ। ਠੀਕ ਹੈ। ਨਹੀਂ ਨਹੀਂ ਮੇਰੀ ਮਾਂ ਨੂੰ ਮਾਰ ਦਿੱਤਾ ਸੀ ਨਾ। ਇੱਕ ਮਿੰਟ ਮੇਰਾ ਪੁੱਤਰ। ਪਹਿਲੇ ਦੁੱਖ ਦੇ ਕੇ ਮਾਰ ਛੱਡੀ, ਹੁਣ ਇੱਕਦਮ ਮੂੰਹ ਵਿਖਾ ਕੇ ਉਹਦੀ ਜਾਨ ਕੱਢ ਲਈ ਓ। ਮੇਰਾ ਪੁੱਤਰ ਮੇਰੀ ਗੱਲ ਸੁਣ। ਕੀ ਕੀਤਾ ਈ? ਮੈਂ ਤੇਰੀ ਮਾਂ ਕੋਲ 500 ਲੈ ਆਹ ਤਾਂ ਮੁਸੀਬਤਾਂ ਨੇ। ਮੈਂ ਥੋੜੇ ਥੋੜੇ ਪੈਸੇ ਜਿਹੜੇ ਲਿਆ ਕੇ ਅੰਮੀ ਕੋਲ ਜਮਾ ਕਰਨਾ, ਉਹ ਤੋਂ ਲਿਜਾ ਕੇ 500 ਦੀ ਤਾਸ਼ ਖੇਡ ਲਈ ਹੁਣੀ। ਓਏ ਗੱਲ ਸੁਣ ਓਏ, ਤਾਸ਼ ਮੈਂ ਨਹੀਂ ਖੇਡਦਾ। 500 ਰੁਪਏ ਦੀ ਮੈਂ ਲਈ ਜੂਏ ਦੀ ਪਰਚੀ। ਚੂਆ ਚੂਆ ਚੂਆ! ਇਸ ਚੂਹੇ ਨੇ ਪਤਾ ਨਹੀਂ ਕਿੰਨੇ ਆ ਕੇ ਘਰਾਂ 'ਚ ਹਨੇਰ ਪਾਉਣਾ। ਔਰ ਰੱਬ ਦਾ ਨਾਂ ਹੀ ਆਪਾਂ ਜੀਆਂ ਪਰਚੀਆਂ ਖੇਡਣੀਆਂ ਬੰਦ ਕਰ ਦਿਓ। ਤੁਸੀਂ ਵੀ ਮੇਰੇ ਭਰਾ ਮੇਰੀ ਗੱਲ 'ਤੇ ਯਕੀਨ ਕਰ ਲਓ ਅਤੇ ਇਤਬਾਰ ਕਰ ਲਓ, ਜੂਏ ਦੀਆਂ ਪਰਚੀਆਂ ਲੈਣੀਆਂ ਬੰਦ ਕਰ ਦਿਓ। ਔਰ ਰੱਬ ਦੀ ਸੌਂ, ਜਿੰਨਾ ਮਾਣ ਤੁਸੀਂ ਇਹਨਾਂ ਪਰਚੀਆਂ 'ਤੇ ਕਰਦੇ ਹੋ, ਇੰਨਾ ਮਾਣ ਸੋਹਣੇ ਰੱਬ 'ਤੇ ਕਰੋ ਅਤੇ ਖੁਸ਼ੀਆਂ ਆਪ ਤੁਹਾਡੇ ਪੈਰਾਂ 'ਚ ਡਿੱਗ ਪੈਣ। ਜੀ ਉਹ ਮੇਰੇ ਬੱਚਿਆ ਤੈਨੂੰ ਮੁਬਾਰਕ ਹੋਵੇ। ਕਾਹਦੀ ਆਪਾਂ? ਤੈਨੂੰ ਜਲਸੇ 'ਚ ਗੋਲੀ ਵੱਜਣੀ। ਉਹ ਬਸ਼ਰਮਾ ਮੈਂ ਇੱਕ ਲਈ ਜੂਏ ਦੀ ਪਰਚੀ। ਅੱਬਾ ਜੀ ਕੋਈ ਨੇਕੀ ਦੀ ਗੱਲ ਹੋਵੇ ਤਾਂ ਲੋਕਾਂ ਨੂੰ ਸਮਝਾ ਦੇਣੀ ਚਾਹੀਦੀ ਹੈ। ਚੱਲ ਦੱਸ ਮੇਰੇ ਭਰਾ, ਰੱਬ ਦਾ ਨਾਂ ਹੀ ਤੁਹਾਨੂੰ, ਇਹ ਪਰਚੀਆਂ ਲੈਣੀਆਂ ਬੰਦ ਕਰ ਦਿਓ। ਇਹ ਪਰਚੀਆਂ ਲੈ ਕੇ ਆਪਣੀ ਭੈਣਾਂ ਤੇ ਆਪਣੀਆਂ ਬੱਚਿਆਂ ਦੇ ਨਸੀਬ ਲੱਭਣ ਵਾਲਿਓ। ਇਹਨਾਂ ਵਿੱਚੋਂ ਕੁਝ ਹਾਸਲ ਨਹੀਂ ਜੇ ਹੁੰਦਾ। ਜਿਹੜੀ ਪਰਚੀ ਮੈਂ ਲਈ ਸੀ ਨਾ, ਉਹਦਾ 55 ਲੱਖ ਰੁਪਈਆ ਨਿਕਲੇ ਸਾਡਾ। ਹਾਂ ਮੇਰੇ ਭਰਾ, ਇੱਕ ਅੱਧੀ ਲੈ ਲਿਆ ਕਰੋ। ਹੋ ਸਕਦਾ ਨਸੀਬ ਟੱਕਰ ਮਾਰ ਹੀ ਦੇਵੇ ਬਲੇ। ਗੱਲ ਮੈਂ ਤੇਰੀ ਮਾਂ ਨੂੰ ਦੱਸੀ, ਉਹ ਬੇਹੋਸ਼ ਹੋ ਗਈ। ਮਾਂ ਮੇਰੀਆਂ ਦੁੱਖਾਂ ਦੀਆਂ ਕੇਰੀਆਂ, ਉਹ ਉੱਠ ਜਾ, 55 ਲੱਖ ਰੁਪਈਆ ਨਿਕਲੇ ਆਈ। ਐਵੇਂ ਪੈਸੇ ਸੁਣੀਏ ਬੇਹੋਸ਼ ਹੋ। ਤੈਨੂੰ ਪਤਾ 55 ਲੱਖ ਕਿੰਨਾ ਹੁੰਦਾ? ਅੱਧਾ ਕਰੋੜ ਉੱਤੇ ਪਹੁੰਚ ਲੱਖ। ਜਿਵੇਂ ਚੌਲਾਂ ਦੇ ਉੱਤੇ ਮਸਰ ਨਹੀਂ ਪਾਈਦੇ, ਜਿਵੇਂ ਸਾਡੇ ਉੱਤੇ ਤਾਇਆ ਨਹੀਂ ਬੈਠਾ, ਇਸੇ ਤਰ੍ਹਾਂ ਉੱਤੇ 5 ਲੱਖ। ਹਾਂ 55 ਲੱਖ ਰੁਪਈਆ ਨਿਕਲਿਆ, ਬੜੀ ਰਕਮ ਹੁੰਦੀ ਹੈ। ਅੰਮੀ ਜੀ ਨਵੇਂ ਆਪਾਂ ਜੀ, ਮੈਂ ਨਾ ਨਵੀਂ ਪਜਾਰੋ ਲੈ ਕੇ ਮਗਰ 4 ਰਿਕਸ਼ੇ ਬਦਲਣੇ। ਲੋਕਾਂ ਨੂੰ ਕਹਾਂਗਾ ਪੁੱਛਣ ਵਾਲੀ ਪਜਾਰੋ ਲਈ। ਸ਼ਾਬਾਸ਼। ਇੱਕ ਗੱਲ ਹੋਈ ਪੁੱਤਰ, ਪਜਾਰੋ ਲੈਣੀ ਹੈ। ਹੋਰ ਕੀ ਲੈ?
ਸਭ ਤੋਂ ਪਹਿਲੇ ਤੈਨੂੰ ਕੋਠੀ ਲਵਾਵਾਂਗੇ। ਪੈਸੇ ਆਏ ਨੀ, ਪਲਾਨ ਬਣਨੇ ਸ਼ੁਰੂ ਹੋ ਗਏ। ਅੰਮਾ ਮੇਰੀ ਆਪਾਂ ਵੀ ਨਵਾਂ ਲੈਣਾ, ਚਾਈਨਾ ਵਾਲਿਆਂ ਨੇ ਕੱਢੇ ਨੇ। ਪੁਰਾਣਾ ਸਮਾਨ ਵੇਚ ਕੇ ਤੇ ਨਵਾਂ ਲੈ ਲਾਂਗੇ। ਤੁਸੀਂ ਕੋਈ ਸਮਾਨ ਵੇਚ ਰਹੇ ਹੋ ਜੀ ਭਾਈ? ਸਾਨੂੰ ਪਤਾ ਲੱਗਾ ਜੀ। ਉਹ ਜਰਾ ਬੈਠੋ, ਲੰਘ ਰਿਹਾ ਸਰ, ਤੁਹਾਡੀ ਆਵਾਜ਼ ਸੁਣੀਏ ਔਰ ਮੈਂ ਵੀ ਸਮਾਨ ਖਰੀਦਣ ਜਾ ਰਿਹਾ। ਇਹਦਾ ਮਤਲਬ ਮੇਰੀ ਆਵਾਜ਼ ਬਾਹਰ ਤੱਕ ਜਾਂਦੀ ਤੇ ਤੁਸੀਂ ਕੀ ਸਮਝਦੇ ਹੋ ਅੰਦਰ ਹੀ ਰਹਿ ਜਾਂਦੀ? ਤੁਸੀਂ ਏਡਾ ਗਲਾਮ ਬਣਾ ਕੇ ਬੋਲਣ ਦੇ ਹੋ, ਕਿਹੜਾ ਸਮਾਨ ਖਰੀਦਣਾ ਹੈ? ਉਹ ਜਨਾਬ ਜਿਹੜਾ ਵੀ ਹੈ ਸਮਾਨ ਪੁਰਾਣੇ ਤੋਂ ਪੁਰਾਣਾ ਖਰੀਦ ਲਈਦਾ। ਨਹੀਂ ਇਹ ਮੇਰੀ ਬੁੱਧੀ ਹੈ। ਅੱਛਾ ਮੈਂ ਸੋਫਾ ਸਮਝਣ ਡਿਆ ਜੀ, ਮਾਫ਼ ਕਰ ਦੇਣਾ। ਭਾਈ ਜਾਨ ਤੁਹਾਡੇ ਵਾਲਦ ਸਾਹਿਬ ਪਾਇਲਟ ਸਨ? ਕਿਉਂ ਜੀ? ਤੁਹਾਡਾ ਮੂੰਹ ਕਿਉਂ ਚੰਗੀ ਜਹਾਜ਼ ਵਰਗਾ? ਮੇਰੇ ਵਾਲਦ ਸਾਹਿਬ ਫੌਜ ਵਿੱਚ ਸਨ। ਅੱਛਾ, ਅੱਜ ਕੱਲ੍ਹ ਤੁਹਾਡੇ ਘਰ ਮੌਜ ਵਿੱਚ ਦਿੰਦੇ? ਪਿਓ ਨਹੀਂ ਸੀ ਪਾਇਲਟ ਮੇਰਾ, ਮੈਂ ਆਪ ਜਹਾਜ਼ ਚਲਾਉਂਦਾ ਸਾ ਪੀ ਆਈ ਏ ਦਾ। ਤੁਸੀਂ ਜਹਾਜ਼ ਚਲਾਉਂਦੇ? ਹਾਂ, 14 ਅਗਸਤ ਨੂੰ ਮੈਨੂੰ ਕੱਢਤਾ। ਕਿਉਂ ਕਿਉਂ? ਮੈਂ ਸਲੰਸਰ ਕੱਢ ਕੇ ਚਾੜਤਾ। ਜਦੋਂ ਸਲੰਸਰ ਕੱਢਿਆ ਹੋਣਾ ਪਤਾ ਤਾਂ ਨਹੀਂ ਲੱਗਦਾ ਹੋਣਾ ਸਲੰਸਰ ਕਿਹੜਾ, ਤੁਸੀਂ ਕਿਹੜੇ ਹੋ? ਅਸਮਾਨਾਂ ਤੇ ਬਾਂ ਬਾਂ ਕਰਦਾ ਫਿਰੇ। ਅੱਛਾ, ਮੇਰੇ ਆਪਾ ਜੀ ਵੀ ਜਹਾਜ਼ ਚਲਾਉਂਦੇ ਸਨ। ਅੱਛਾ ਜੀ, ਲਓ ਇੱਕ ਦਿਨ ਹੈਲੀਕਾਪਟਰ ਚਲਾ ਰਹੇ ਸਨ। ਅੱਛਾ, ਉੱਤੇ ਗਏ ਨੇ ਕਿਤੇ ਠੰਡ ਲੱਗੀ, ਪੱਖਾ ਬੰਦ ਕਰ। ਸਾਡੇ ਘਰ ਕੀ ਲੈਣ ਆਏ ਹੋ? ਇਤਲਾਹ ਦੇਣ ਆਏ ਹੋ? ਇਤਲਾਹ ਨਹੀਂ ਦੇਣਾ ਹੈ, ਸਮਾਨ ਖਰੀਦਣਾ ਹੈ। ਸਾਡੇ ਆਪਾ ਜੀ ਜਹਾਜ਼ ਚਲਾਉਂਦੇ ਸਨ। ਬੜਾ ਜਹਾਜ਼ ਚਲਾਉਂਦੇ ਸਨ ਸਾਡੇ ਆਪਾ ਜੀ? ਆਪ ਜਹਾਜ਼? ਹਾਂ, ਇਹ ਆਪ ਜਹਾਜ਼ ਚਲਾਉਂਦੇ ਰਹੇ ਨਹੀਂ, ਦੱਸਿਆ ਨਹੀਂ ਕੁਛ? ਅੱਛਾ ਭਾਈ ਜਾਨ, ਮੇਰੇ ਕੋਲ ਵਕਤ ਘੱਟ ਹੈ, ਮੈਨੂੰ ਸਮਾਨ ਦਿਖਾਓ, ਮੈਂ ਜਾਣਾ। ਇਸ ਗੱਲ ਦੀ ਨਹੀਂ ਸਾਨੂੰ ਸਮਝ। ਕਿਹੜੀ ਗੱਲ? ਮੈਂ ਕੋਈ ਫਾਰਸੀ ਬੋਲ ਰਿਹਾ ਜਨਾਬ? ਮੈਂ ਕਹਿ ਰਿਹਾ ਮੈਨੂੰ ਸਮਾਨ ਦਿਖਾਓ, ਮੇਰੇ ਕੋਲ ਵਕਤ ਘੱਟ ਹੈ। ਭਾਈ ਸਾਹਿਬ, ਬੰਦਾ ਤੋਂ ਬੰਦਾ ਵੇਖ ਕੇ ਸੁਲਾ ਮਾਰੀ ਦੀ। ਕਾਹਦੀ ਸੁਲਾ? ਕਿਹੜੀਆਂ ਮੈਂ ਰਿਓੜੀਆਂ ਲਈ ਫਿਰਨਾ? ਮਾਫ਼ ਕਰ ਦੇਣਾ, ਮਹਿਮਾਨ ਨਾਲ ਬਦਤਮੀਜ਼ੀ ਨਹੀਂ ਕਰੀਦੀ, ਮਹਿਮਾਨ ਰਹਿਮਤ ਹੁੰਦਾ ਪੁੱਤਰ। ਹੈ ਕੌਣ ਚਵਲ ਦਾ ਪੁੱਤਰ? ਹੁਣ ਇਸ ਗੱਲ 'ਚ ਮੈਂ ਵੀ ਨਹੀਂ ਬੋਲ ਸਕਦਾ। ਦੇਖੋ ਜਿਹੜੀ ਮੂੰਹ ਦੀ ਗੱਲ ਜੀ, ਮੇਰਾ ਪੁੱਤਰ ਹੈ, ਮੈਂ ਰਕਸ਼ਾ ਚਲਾਉਂਦਾ ਸਾਂ ਪਹਿਲੇ, ਹੁਣ ਮੇਰਾ ਪੁੱਤਰ ਚਲਾਉਂਦਾ। ਹਾਂਜੀ, ਹੁਣ ਮੈਂ ਚਲਾ। ਪੁੱਤਰ ਦਾ ਰਕਸ਼ੇ ਨਾਲ ਕੀ ਤਲਕ ਯਾਰ? ਇਹ ਬਕੂਆ ਹੋਇਆ ਕਿਵੇਂ? ਇਹ ਬੜੀ ਦਰਦਨਾਕ ਦਾਸਤਾਨ ਹੈ, ਕਿਧਰੇ ਸ਼ੁਰੂ ਨਾ ਕਰ ਲੈਣਾ, ਸਾਡੇ ਕੋਲ ਵੀ ਟਾਈਮ ਥੋੜਾ। ਉਹ ਜਨਾਬ, ਮੈਂ ਇੱਕ ਦਿਨ ਖੁਸਰਿਆਂ ਦੇ ਘਰ ਐਂ ਜੀ ਤੁਹਾਡੇ ਵਾਂਗੂ ਚਲਾ ਗਿਆ। ਮੈਂ ਉੱਥੇ ਰੋਟੀ ਖਾ ਬੈਠਾ, ਉਦੋਂ ਦੀ ਇਹ ਖੰਘ ਲੱਗੀ। ਚਲੋ ਦਫਾ ਕਰੋ ਪਰ। ਅੱਛਾ, ਸਮਾਨ ਮੈਨੂੰ ਆ ਜਾਓ, ਮੇਰੇ ਕੋਲ ਟਾਈਮ ਬਹੁਤ ਘੱਟ ਹੈ। ਭਾਈ ਸਾਹਿਬ, ਹੁਣ ਨਹੀਂ ਇਹ ਕਰਨਾ। ਹੁਣ ਨਹੀਂ ਕਰਨਾ ਯਾਰ, ਮੈਂ ਹੁਣ ਇੰਜ ਨਹੀਂ ਕਰਨਾ, ਹੁਣ ਨਹੀਂ ਕਰਨਾ, ਤੈਨੂੰ ਕਹਿ ਤਾ ਮੈਂ। ਯਾਰ ਮੈਂ ਕਿਉਂ ਕਰਨਾ? ਤੈਨੂੰ ਮੈਂ ਸਮਝਾ ਛੱਡੇ। ਚਲੋ ਤੁਸੀਂ ਨਾ ਕਰੋ ਭਾਈ ਜਾਨ, ਮੂੰਹ ਨਾ ਚੋਪ ਦੇਣਾ, ਭਰਾ ਕੇ ਬੈਠੋ। ਤੁਹਾਨੂੰ ਅੰਦਾਜ਼ਾ ਨਹੀਂ ਆਪਣੇ ਨੱਕ ਦਾ? ਚਲੋ ਹੁਣ ਨਾ ਕਰੋ, ਇਹ ਗੱਲ ਤਾਂ ਦੱਸੋ ਜੀ, ਪਾਣੀ 'ਚ ਨੱਕ ਮਾਰ ਕੇ ਮੱਛੀ ਫੜ ਲੈਂਦੇ ਹੋ? ਲੈ, ਮੈਂ ਤੇ ਮੱਛੀ ਕਦੀ ਕੁੰਡੀ ਨਾਲ ਫੜੀ ਨਹੀਂ। ਕਿਵੇਂ? ਮੈਂ ਤੇ ਗੱਲਾਂ ਹੀ ਲਾ ਕੇ ਫੜ ਲੈਣਾ। ਪਰਸੋਂ ਮੱਛੀਆਂ ਨੇ ਗੱਲਾਂ 'ਚ ਲਾ ਕੇ ਆਪੇ ਨੂੰ ਫੜ ਲਿਆ। ਯਾਰ, ਤੁਸੀਂ ਮੈਨੂੰ ਗੱਲਾਂ 'ਚ ਲਾ ਕੇ ਮੇਰਾ ਵਕਤ ਜ਼ਾਇਆ ਕਰ ਰਹੇ ਹੋ, ਮੇਰੇ ਕੋਲ ਟਾਈਮ ਨਹੀਂ। ਪੈਸੇ ਨਹੀਂ ਮਿਲੇ, ਪੈਸੇ ਨਹੀਂ ਮਿਲੇ, ਹੋ ਗਿਆ।
ਬਦਤਮੀਜ਼ ਨਹੀਂ ਕਰੀ ਦੀ ਆਹੋ ਤੂੰ ਹੀ ਹੋਸ਼ ਕਰ ਲਾ ਆਹੋ ਤੈਨੂੰ ਮੈਂ ਰੋਕਣ ਡਿਆ ਕਿ ਨਹੀਂ ਮੇਰਾ ਖਿਆਲ ਹੈ ਤੁਹਾਡੇ ਘਰ ਕਦੀ ਕੋਈ ਮੌਜੂਦ ਆਦਮੀ ਨਹੀਂ ਆਇਆ ਮੌਜੂਦ ਆਏ ਨੇ ਈ ਈ ਵਾਲੇ ਨਹੀਂ ਆਏ ਮੈਂ ਤੇਰਾ ਲਿਹਾਜ਼ ਕਰਨ ਡਿਆ ਤੇਰੇ ਪਿਓ ਦੇ ਮੂੰਹ ਤੋਂ ਉਹਦਾ ਮੂੰਹ ਕਿਹੜਾ ਹੈ ਜਨਾਬ ਇਹਨੂੰ ਸਮਝਾਓ ਵੇਖੋ ਪਿਓ ਜਿੰਨਾ ਚੁੱਕ ਲਿਆ ਮੈਡਮ ਸੁਣੀ ਮੈਡਮ ਨੂਰ ਜਹਾਂ ਅੱਲਾ ਜਨਤਾ ਚ ਕਰ ਦੇਵੇ ਤੇਰੇ ਮਾਂ ਪਿਓ ਨੂੰ ਬਈ ਬਹੁਤ ਵਧੀਆ ਗਾਉਂਦੀ ਮੇਰਾ ਮਾਂ ਪਿਓ ਵਿੱਚ ਕਿੱਥੇ ਆ ਗਿਆ ਮੈਂ ਗੱਲ ਕੀਤੀ ਬਸ ਫੋਟੋ ਖਿਚਾਉਣੀ ਸੀ ਕੀ ਬਦਤਮੀਜ਼ੀ ਕਰ ਰਹੇ ਹੋ ਤੁਸੀਂ ਮੇਰੀ ਮੈਡਮ ਨਾਲ ਇੱਕ ਮਿੰਟ ਠਹਿਰੋ ਇਹਨੂੰ ਜ਼ਰਾ ਪੁਰਾਣਾ ਸਮਾਨ ਵਿਖਾ ਆਓ ਭਾਜੀ ਦਾ ਸਮਾਨ ਵਿਖਾ ਤੁਸੀਂ ਅੰਦਰ ਜਾ ਕੇ ਪੁਰਾਣਾ ਸਮਾਨ ਵੇਖੋ ਠੀਕ ਤੇ ਅਸੀਂ ਨਾਲ ਜਾਨੀ ਇਹ ਕੋ ਕਿ ਜਲਦੀ ਸੇ ਸਮਾਨ ਦਿਖਾਏ ਮੈਨੂੰ ਜਲਦੀ ਹੈ ਜੀ ਮੈਡਮ ਮੈਂ ਹੁਣੇ ਵੇਖ ਕੇ ਆ ਖਾਲਾ ਜੀ ਨੇ ਵਿਖਾਉਣਾ ਸਮਾਨ ਅੱਬਾ ਅੱਬਾ ਤਗੜਾ ਹੋ ਜਾ ਇਹਨੇ ਚਲਾਕੀ ਨਾ ਕਰਨਾ ਹੀ ਆਉਣ ਦੇ ਪੁੱਤਰ ਮੈਂ ਵੀ ਸਲੇਪ ਚ ਖਲੋਤਾ ਅੱਬਾ ਇੱਥੇ ਆਪ ਹੀ ਨਾ ਸਲਿਪ ਹੋ ਜਾਈ ਧਿਆਨ ਨਾਲ ਇਹਨੇ ਗਲੀ ਚੋਂ ਕੱਢਣੀ ਮੈਂ ਤਾਂ ਕਹਿੰਦਾ ਅੰਦਰ ਹੀ ਮਾਰ ਦਿੰਦੇ ਮੈਚ ਹੀ ਮੁੱਕ ਗਿਆ ਦੋਵੇਂ ਰਲ ਕੇ ਮਰਿੰਡਾ ਪੀ ਜੀ ਅੱਬਾ ਜੀ ਇਹ ਮਰਿੰਡਾ ਮੈਂ ਇਕੱਲੇ ਨੇ ਪੀਣੀ ਤੁਸੀਂ ਇਹ ਕੈਚਅਪ ਚੱਟ ਲਓ ਅਸਲਾਮ ਅਲੈਕੁਮ ਵਾਲੇਕੁਮ ਸਲਾਮ ਕੀ ਹਾਲ ਹੈ ਜੀ ਠੀਕ ਹੋ ਠੀਕ ਹੂੰ ਪਹਿਲਾਂ ਤੇਰੇ ਤੇ ਲਹਿਰਾਂ ਆਉਂਦੀਆਂ ਸੀ ਨਹੀਂ ਮੇਰੇ ਕਹਿਣ ਦਾ ਮਤਲਬ ਹੈ ਕਿ ਤੁਸੀਂ ਇਹ ਪੁਰਾਣਾ ਸਮਾਨ ਕਿਉਂ ਖਰੀਦ ਰਹੇ ਸ਼ਾਦੀ ਕੇ ਲਈ ਤੁਹਾਡੀ ਸ਼ਾਦੀ ਨਹੀਂ ਹੋਈ ਕਿ ਤੁਸੀਂ ਆਪਣੀ ਸ਼ਾਦੀ ਲਈ ਪੁਰਾਣਾ ਸਮਾਨ ਖਰੀਦ ਰਹੇ ਹੋ ਓਹ ਮੇਰੀ ਤਾਂ ਅਭੀ ਸ਼ਾਦੀ ਨਹੀਂ ਹੋਈ ਮੈਂ ਤਾਂ ਆਪਣੇ ਨੌਕਰ ਕੀ ਸ਼ਾਦੀ ਕੇ ਲਈ ਖਰੀਦ ਰਹੀ ਹੂੰ ਤੁਹਾਡੀ ਹਲੇ ਸ਼ਾਦੀ ਅੱਬਾ ਜੀ ਉੱਥੇ ਹੀ ਰਹੋ ਮੇਰੇ ਕੋਲ ਕਿਉਂ ਡਰਦੀ ਤੁਹਾਡਾ ਪਜਾਮਾ ਹਾਰਡ ਹੈ ਨਾ ਬੱਚੀ ਘਬਰਾਈ ਵੀ ਜਿਹਨੇ ਪਜਾਮੇ ਦਾ ਇਹ ਹਾਲ ਕੀਤਾ ਮੇਰੇ ਨਾਲ ਕੀ ਸਲੂਕ ਕਰੇਗਾ ਉਹ ਜਨਾਬ ਖਾਲਾ ਜੀ ਨੂੰ ਤਾਂ ਸਮਝਾਓ ਕਿਆ ਹੋਵਾ ਮੈਂ ਉਹਨਾਂ ਨੂੰ ਕਿਹਾ ਪੁਰਾਣਾ ਸਮਾਨ ਵਿਖਾਓ ਉਹ ਜਵਾਨੀ ਦੀਆਂ ਤਸਵੀਰਾਂ ਕੱਢ ਕੇ ਬਹਿ ਗਏ ਉਹ ਫੋਟੋ ਵੀ ਅਸੀਂ ਵੇਚਣੀ ਫੋਟੋ ਤਾਂ ਕੋਈ ਨਹੀਂ ਉਹਨਾਂ ਦੀਆਂ ਨੇ ਤੁਹਾਡੀਆਂ ਤਾਂ ਲੱਗੀ ਰਹੀਆਂ ਆਈਆਂ ਹਰ ਸ਼ੈ ਪੁਰਾਣੀ ਵੇਚਣੀ ਉਹ ਜਿਹੜਾ ਫੋਟੋ ਤੇ ਸਮਾਨ ਹੈ ਉਹ ਵੇਚਣਾ ਹਾਂ ਇਹ ਹੈ ਕੌਣ ਅੱਬਾ ਜੀ ਉੱਧਰ ਹੀ ਰਹੋ ਤੁਸੀਂ ਤੁਹਾਡੀ ਮਿਹਰਬਾਨੀ ਮੇਰੇ ਕੋਲ ਕਿਉਂ ਡਰਦੇ ਤੁਹਾਨੂੰ ਹੋਰ ਬੰਦਾ ਸਮਝਣ ਨਹੀਂ ਲੋਕੀ ਥੱਲੇ ਉਹ ਸਲੂਕਾ ਪਾਉਂਦੇ ਤੁਸੀਂ ਉੱਤੋਂ ਦੀ ਪਾਈ ਫਿਰਦੇ ਅੱਬਾ ਜੀ ਨੇ ਮੇਰੇ ਤੁਸੀਂ ਨਾ ਘਬਰਾਓ
ਤੇ ਤੁਹਾਡਾ ਵਿਆਹ ਨਹੀਂ ਹੋਇਆ ਅਜੇ? ਨਹੀਂ। ਕਿਉਂ ਵਜ੍ਹਾ? ਵਿਆਹ ਮਤਲਬ ਹੈ ਮੇਰਾ ਵੀ ਵਿਆਹ ਨਹੀਂ ਹੋਇਆ। ਉਹ ਕਿਉਂ? ਬਸ ਧੁੱਪਾਂ ਪੈਣ ਦੀਆਂ ਨਾ ਇਸ ਵਜ੍ਹਾ ਤੋਂ। ਮੈਂ ਅਗਰ ਤੁਹਾਨੂੰ ਕੋਈ ਗੱਲ ਕਵਾਂ ਤੇ ਬੁਰਾ ਤੇ ਮਨਾਓਗੇ? ਨਹੀਂ। ਤੁਸੀਂ ਨਾ ਮੈਨੂੰ ਤੁਸੀਂ ਬੜੇ ਚੰਗੇ ਲੱਗੇ। ਅੱਛਾ, ਤੇ ਮੈਂ ਤੁਹਾਨੂੰ ਕੈਸਾ ਲੱਗਾ? ਉਹ ਤਾਂ ਨਾ ਵੇਖੋ, ਛੱਡ ਦਿਓ ਤੁਸੀਂ, ਇਹ ਨਾ ਸੋਚੋ ਕਿ ਇਹਦਾ ਵਿਵਾਲ ਦੇ। ਖਾਲਾ ਜੀ ਨੂੰ ਸਮਝਾਓ, ਤੁਹਾਡੀ ਮਿਹਰਬਾਨੀ। ਕੀ ਹੋਇਆ? ਮੈਂ ਉਹਨਾਂ ਨੂੰ ਕਿਹਾ ਸਮਾਨ ਵਿਖਾਓ, ਮੈਨੂੰ VCR ਵਿਖਾਉਣ ਦੇ। ਸਮਾਨ ਵੇਖ ਲਿਆ? ਕਿਹੜਾ ਸਮਾਨ ਹੈ ਤੁਹਾਡੇ ਘਰ? ਇੱਕ ਲੱਤ ਵਾਲਾ ਕਿਹੜਾ ਮੇਦ ਹੁੰਦਾ ਜੀ? ਇੱਕ ਲੱਤ ਵਾਲਾ ਮੇਦ? ਬਾਕੀ ਇੱਟਾਂ ਰੱਖੀਆਂ ਉਹਨੇ ਉਰਦੂ ਪਾ ਕੇ। ਇੱਕ ਲੱਤ ਵਾਲਾ ਕਰਤਾ ਜੀ, ਇੱਕ ਲੱਤ ਵਾਲਾ ਸਿੱਧਾ ਸਿੱਧਾ ਹੁੰਦਾ ਜੀ, ਇੱਕ ਲੱਤ ਇੱਕ ਲੱਤ ਵਾਲਾ। ਅੱਬਾ ਜੀ, ਇਸੇ ਤੋਂ ਮੈਨੂੰ ਉਰਦੂ ਬੋਲਣ ਵਾਲਿਆਂ ਦਾ ਗੁੱਸਾ ਚੜਦਾ ਜੀ। ਭਾਈਆ, ਕਰਾਚੀ 'ਚ ਉਰਦੂ ਬੋਲ ਬੋਲ ਕੇ ਮੱਤਾਂ ਵੱਜੀਆਂ ਪਈਆਂ ਨੇ। ਇੱਥੇ ਚੰਗੀ ਭਲੀ ਪੰਜਾਬੀ ਫਿਲਮ ਬਣਦੀ, ਕਰਾਚੀ 'ਚ ਉਹਦਾ ਨਾਂ ਹੀ ਬਦਲਿਆ ਹੁੰਦਾ। ਇੱਥੇ ਫਿਲਮ ਬਣੀ ਸ਼ਹੀਦਾਂ ਪਸਤੌਲ, ਕਰਾਚੀ ਉਹਦਾ ਨਾਂ ਲਿਖਿਆ ਸੀ ਰਸ਼ੀਦ ਭਾਈ ਕੇ ਪਾਸ ਪਿਸਟਲ ਹੈ। ਇੱਥੇ ਫਿਲਮ ਬਣੀ ਨਿੱਕੀ ਜੀ ਹਾਂ, ਉੱਥੇ ਉਹਦਾ ਨਾਂ ਸੀ ਮਾਮੂਲੀ ਸਾ ਐਗਰੀਮੈਂਟ। ਇੱਥੇ ਫਿਲਮ ਬਣੀ ਸਾਲਾ ਸਾਹਿਬ, ਉੱਥੇ ਉਹਦਾ ਨਾਂ ਸੀ ਤੇਰੀ ਭਾਬੀ ਕਾ ਭਾਈ। ਇੱਥੇ ਫਿਲਮ ਬਣੀ ਮਾਂ ਤੇ ਕਾਨੂੰਨ, ਉੱਥੇ ਉਹਦਾ ਨਾਂ ਸੀ ਮੰਮੀ ਔਰ ਚੰਦ ਸਰਕਾਰੀ ਬੰਦੇ। ਮਾਫ ਕਰ ਦੇਣਾ ਬੱਚਾ, ਮੁੰਡੇ ਨੂੰ ਤੁਹਾਨੂੰ 10,000 ਬਾਅਦ ਦੇ ਰਹੇ ਨੇ ਮੈਡਮ, ਔਰ ਦੋਵਾਂ ਪਿਓ ਪੁੱਤਰਾਂ ਨੇ ਗੁਲੂਕੋਸ ਲਗਾਉਣਾ ਜੀ। ਅਬਦੁਲ ਕੋ ਇੱਧਰ ਤੇ ਆਓ, ਜ਼ਬਾਨ ਦਿਖਾਓ, ਔਰ ਜ਼ਬਾਨ ਤੇ ਕੱਢੋ ਬਾਹਰ। ਬਾ ਪੂਰੇ? ਹਾਂ ਨਹੀਂ ਪੂਰੇ ਕਿਉਂ ਨਹੀਂ? ਯੇ ਕਿਆ ਬਤਾ ਦਿੱਤੀ ਹੈ? ਫੇਰ ਪੈਸੇ ਗਿਣਨੇ ਹੁਣ ਤੇ ਇੱਥੋਂ ਲੈ ਲੈਣਾ। ਮੇਰੇ ਅੱਬੇ ਦਾ ਥੁੱਕ ਮੁਕਾਉਣ ਲੱਗਾ ਸੀ। ਚਲੋ ਮੈਡਮ, ਅਸੀਂ ਥੁੱਕ 'ਚ ਖੁਦ ਕਫੀਲ ਹੋ ਗਏ। ਗਿਣ ਲਓ ਜੀ, ਗਿਣ ਲਓ। ਹਾਂ ਨਹੀਂ ਪੂਰੇ। ਹੁਣ ਕੀ ਹੁਕਮ ਹੈ ਮੇਰੇ ਲਈ? ਠੀਕ ਹੈ, ਤੂੰ ਜਾਨੀ ਟਰੱਕ ਮੇਂ ਸਮਾਨ ਲੈ ਆਏਗਾ, ਮੁਝੇ ਜਲਦੀ ਜਾਓ। ਭਾਈ ਸਾਹਿਬ, ਉਹ ਮੇਰੀ ਕੋ ਤਾਰ ਨੰਗੀ, ਮੈਂ ਨੇੜੇ ਜਾਣਾ ਦੌੜ ਲਾ ਦਿੰਦੀ। ਬੜੇ ਚਲਾਕ ਬੰਦੇ ਹੋ ਤੁਸੀਂ ਵੈਸੇ। ਵਜਾ ਇਹ ਚਲਾਕੀ ਨਹੀਂ ਤੇ ਹੋਰ ਕੀ ਹੈ? ਵੇਖੋ ਨਿੱਕਾ ਜਿਹਾ ਪਜਾਮਾ ਉਹਦੇ ਵਿੱਚ ਵੜ ਗਏ। ਐਵੇਂ ਨਹੀਂ ਵੜਿਆ, ਦੌੜ ਕੇ ਵੜਿਆ। ਸਾਰਾ ਸਮਾਨ ਕੱਢ ਕੇ ਬਾਹਰ ਰੱਖਣਾ ਭਾਈ ਜਾਨ। ਠੀਕ ਹੈ ਜੀ, ਮੈਂ ਟਰੱਕ ਲੈ ਕੇ ਆਉਣਾ, ਸਮਾਨ ਲੈ ਕੇ ਜਾਣਾ। ਠੀਕ ਹੈ ਜੀ, ਠੀਕ, ਅੱਲਾ ਹਾਫਿਜ਼। ਪੀ ਪੀ ਉਹ ਗੱਲ ਸੁਣੋ ਕਾਕਾ। ਹਾਂਜੀ, ਉਹ ਸਿਆਣੇ ਸਹੀ ਕਹਿੰਦੇ। ਸਹੀ ਹੈ ਭਾਜੀ, ਵੀ ਘਰ 'ਚ ਪੈਸੇ ਆ ਜਾਣ ਫਿਰ ਆਉਂਦੇ ਰਹਿੰਦੇ। ਪੈਸੇ ਨੂੰ ਪੈਸਾ ਖਿੱਚਦਾ ਭਾਜੀ। ਹਾਂ, 2000 ਰੁਪਈਆ ਮੈਂ ਲਿਆ ਪੁੱਤਰ। ਅੱਛਾ ਜੀ, ਮੈਂ ਤੇਰੇ ਰਕਸ਼ੇ ਦੀ ਸਪੁਰਦਾਰੀ ਕਰਾ ਕੇ ਲਿਆਉਣਾ। ਠੀਕ ਹੈ, ਆ ਬਾਕੀ ਮਾਂ ਨੂੰ ਦੇਈ। ਆ ਮੈਨੂੰ, ਮੈਂ ਨਹੀਂ ਦੇਣੇ ਪੈਸੇ ਭਾਜਾ। ਅੱਬਾ ਜੀ, ਉਹਨੇ ਮੈਚ ਤੇ ਲਾ ਦੇਣੇ ਨੇ। ਕੋਈ ਗੱਲ ਨਹੀਂ ਜੀ, ਜਿੱਤ ਗਏ ਤੇ ਸਾਡੇ। ਜਿੱਤ ਕਿੱਥੋਂ ਗਈ? ਉਹ ਝਲਕੀਆਂ ਤੇ ਲਾ ਦਿੰਦੀ। ਚੱਲ ਕੋਈ ਨਹੀਂ, ਸਾਡੇ ਕੋਲ ਬੜੇ ਪੈਸੇ। ਹੁਸੈਨ ਦੇ ਦੀ ਕਿਹੜੀ ਸਹਿਮਾ ਵੇਖ ਬੈਠਾ ਆਪਾਂ। ਓ ਕਾਕਾ, ਆਈਏ ਸਰਕਾਰੀ ਮਾਮੂ। ਇੱਥੇ ਦੋ ਵੱਡੇ ਵੱਡੇ ਮੂੰਹ ਵਾਲੇ ਬੰਦੇ ਆਏ ਨੇ, ਹਲੇ ਤੱਕ ਵਾਪਸ ਕਿਉਂ ਨਹੀਂ ਗਏ? ਉਹ ਜਿਹੜੇ ਪਿੰਡੋਂ ਆਏ ਨੇ। ਹਾਂ, ਉਹ ਆ ਜਮੀਲ ਹੀ ਮੇਰੇ ਤਾਏ ਦਾ ਪੁੱਤਰ, ਇਹਨੇ ਮੁਲਾਜ਼ਮ ਰੱਖੇ। ਬੁਲਾ ਜਮੀਲ ਨੂੰ। ਜਮੀਲ ਕੌਣ? 12 ਇਹ ਕੌਣ? ਉਹ ਫਿਲਮ ਵੇਖੀ ਮੌਲਾ ਜੱਟ? ਹਾਂ, ਉਹਦੇ ਥਾਣੇਦਾਰ ਦਾ ਮੁੰਡਾ ਹੀ।
ਜਨਾਬ ਜਮੀਲ ਡੋਗਰ। ਡੋਗਰ ਸਾਹਿਬ ਜਨਾਬ ਇੱਥੇ ਦੋ ਬੰਦੇ ਆਏ ਨੇ, ਉਹਨਾਂ ਨੂੰ ਫੌਰਨ ਬਾਹਰ ਕੱਢੋ। ਉਹ ਡੋਗਰਾਂ ਕੋ ਕੰਮੀ ਕਮੀਨ ਆਉਂਦੇ ਰਹਿੰਦੇ, ਹੁਣ ਤੁਹਾਡੇ ਹਵਾਲੇ ਕਰ ਦਈਓ। ਡੋਗਰ ਸਾਹਿਬ ਜਲਦੀ ਖੁਸ਼ ਹੋ ਕੇ ਮੈਨੂੰ ਭਰਤੀ ਕਰ ਲਿਆ। ਉਹ ਮਰੇ ਸਰਕਾਰੀ ਕੁਆਟਰ ਚੋਂ ਬਾਹਰ ਆ, ਲਓ ਐਸਾ ਸਾਥ ਛੱਡ ਕੇ ਗਿਆ। ਮੈਂ ਆਪਣੇ ਮਗਰ ਮਾਲ ਗੱਡੀ ਦਾ ਡੱਬਾ ਲਾ ਲਏ। ਉਹ ਜਨਾਬ ਮੇਰੀ ਸੱਗੀ ਖਾਲਾ ਦਾ ਪੁੱਤਰ ਜੇ, ਸਾਰੀ ਜ਼ਿੰਦਗੀ ਇਕੱਠੇ ਹੀ ਰੋਂਦੀ ਕਮਾਉਂਦੇ ਰਹੇ। ਸੋਹਣੀ ਗੌਰਮੈਂਟ ਚ ਭਰਤੀ ਹੋ ਗਿਆ। ਬਲਦੀਆਤੀ ਇਲੈਕਸ਼ਨ ਮੁਨੀਰ ਸਾਹਿਬ ਨਾ, ਹਾਂਜੀ ਇਹ ਜਨਰਲ ਕਾਉਂਸਲਰ ਕੀ ਹੁੰਦਾ? ਜਿਹਦਾ ਆਪਣਾ ਜਨਰਲ ਸਟੋਰ ਹੋਵੇ। ਮੁਨੀਰ ਸਾਹਿਬ, ਹਾਂਜੀ ਇਹ ਲੇਬਰ ਕਾਉਂਸਲਰ ਕੀ ਹੁੰਦਾ? ਜਿਹੜਾ ਲੇਬਰ ਰੂਮ ਚ ਦੌੜਿਆ ਹੋਵੇ। ਮੁਨੀਰ ਸਾਹਿਬ, ਹਾਂਜੀ ਇਹ ਲੇਡੀਜ਼ ਕਾਉਂਸਲਰ ਕੀ ਹੁੰਦਾ? ਜਿਹੜੀ ਸਾਰੇ ਮੁੱਲੇ ਦੀ ਗੁੱਤ ਕਰ ਲਵੇ। ਹੁਣ ਵੱਡੇ ਨਾਜ਼ਮ ਆਲਾ ਬੰਨੇ ਨੀ, ਪੁਰਾਣੇ ਨਾਜ਼ਮ ਮੀਆਂ ਅਮਰ ਮਮੂਸਾ, ਸੋਹਣਾ ਨਾਜ਼ਮ, ਸੋਹਣਾ ਕੱਦ, ਕਿਆ ਬਾਤ, ਸੋਹਣੀਆਂ ਦਾੜੀ ਮੁੱਛਾਂ, ਸੋਹਣੇ ਕੱਪੜੇ, ਜੋ ਅਗਲੀਆਂ ਲੱਤਾਂ ਚੁੱਕ ਕੇ ਤਰੇ ਖਾਣ ਵਾਲਾ ਬੱਕਰਾ ਆਉਂਦਾ। ਸਾਡੇ ਵਜ਼ੀਰ ਆਲਾ ਸਾਹਿਬ, ਵਜ਼ੀਰ ਆਲਾ ਸਾਹਿਬ, ਪਰਵੇਜ਼ ਇਲਾਹੀ ਸਾਹਿਬ, ਚੌਧਰੀ ਪਰਵੇਜ਼ ਇਲਾਹੀ ਸਾਹਿਬ, ਪਹਿਲਾ ਚੌਧਰੀ ਜਿੱਦੀਆਂ ਮੁੱਛਾਂ ਹੀ ਹੈ ਨਹੀਂ। ਲਾਹੌਰ ਆਉਂਦੇ ਨੇ ਤੇ ਮੁੱਛਾਂ ਲਾ ਲੈਂਦੇ ਨੇ, ਗੁਜਰਾਤ ਜਾਂਦੇ ਨੇ ਤੇ ਸਕੂਟੀਓ ਤੋਂ ਇਮਰਾਨ ਕੋਲੋਂ ਮੁੱਛਾਂ ਲਵਾ ਲੈਂਦੇ ਨੇ। ਸੁਭਾਨ ਅੱਲਾ, ਚੌਧਰੀ ਸ਼ੁਜਾਤ ਸਾਹਿਬ ਫਨਕਾਰ ਆਦਮੀ, ਐਨਕ ਵਾਲੇ ਜਿੰਨ ਚ ਕੰਮ ਕਰਦੇ ਰਹੇ। ਵਜ਼ੀਰ ਆਜ਼ਮ ਸ਼ੌਕਤ ਅਜ਼ੀਜ਼ ਸਾਹਿਬ, ਸੋਹਣੀ ਸਲਵਾਰ ਕਮੀਜ਼, ਪੁਤਲਾ ਬਟਨ ਬੰਦ, ਐਸੀ ਸਲਵਾਰ ਕਮੀਜ਼ ਸੀਂਦਾ ਹੀ ਕੋਈ ਨੀ, ਆਪੇ ਹੀ ਸੀ ਕੇ ਪਾਉਂਦੇ ਨੇ। ਮਈਸ਼ਤ ਦਾ ਖਿਆਲ ਹੈ, ਸਦਰੇ ਪਾਕਿਸਤਾਨ ਜਨਾਬ ਪਰਵੇਜ਼ ਮੁਸ਼ਰਫ ਸਾਹਿਬ, ਫਨਕਾਰਾਂ ਨਾਲ ਮੁਹੱਬਤ, ਅਦਾਕਾਰਾਂ ਨਾਲ ਜੱਫੀ ਲਾਈ ਨੇ, ਉਧਰ ਦੇ ਅਦਾਕਾਰ ਨਹਾਤੇ ਹੀ ਨਹੀਂ, ਕਿਧਰੇ ਪਿੰਡੇ ਤੋਂ ਸਦਾਰਤ ਨਾ ਲੈ ਜਾਏ। ਮੈਂ ਕਿਹਾ ਮੁਨੀਰ ਸਾਨਾ, ਸਾਡੀ ਰੋਜ਼ੀ ਤੇ ਥੀਏਟਰ ਦੇ ਫਨਕਾਰ ਲੈ ਗਏ ਨੇ, ਇਹ ਮਾਨੁੱਲਾ ਵਗੈਰਾ, ਕਾਮੇਡੀ ਕਿੰਗ, ਇਹ ਮਸਤਾਨਾ ਵਗੈਰਾ, ਮਾਨੁੱਲਾ ਖਾਸਾ, ਕੀ ਕਹਿਣਾ, ਅਖਬਾਰਾਂ ਚ ਖਬਰਾਂ, ਰੇਡੀਓ ਚ ਖਬਰਾਂ, ਟੈਲੀਵਿਜ਼ਨ ਤੇ ਖਬਰਾਂ, ਜ਼ਮੀਨੇ ਛਾਪ, ਮਾਨੁੱਲਾ ਸਾਹਿਬ ਜ਼ਿੰਦਗੀ ਮੇ ਪਹਿਲੀ ਦਫਾ ਗੁਸਲ ਕਰਨੇ ਕਾ ਮੁਜ਼ਾਹਰਾ ਕਰੇਂਗੇ। ਉਹਨਾਂ ਦੀ ਹਜਾਮਤ ਕਰਦਿਆਂ ਦੋ ਨਾਈ ਮਰ ਗਏ ਨੀ, ਬਾਲਾਂ ਚੋਂ ਠੂਹੇ ਲੜ ਗਏ ਨੀ। ਅਦਾਕਾਰ ਮਸਤਾਨਾ ਸਾਹਿਬ, ਸੁਭਾਨ ਅੱਲਾ, ਅਦਾਕਾਰ ਮਸਤਾਨਾ ਸਾਹਿਬ, ਜੋ ਸਹੁਰੇ ਦੀ ਅੰਮੀ ਹੁੰਦੀ ਹੈ, ਸੁਭਾਨ ਅੱਲਾ, ਜੋ ਬੰਗਾਲੀ ਫਿਲਮਾਂ ਦਾ ਜੱਜ ਹੁੰਦਾ ਹੈ, ਆਹ ਮਸਤਾਨਾ ਸਾਹਿਬ, ਦੁਖੀਆਂ ਦੀ ਬੇੜੀ ਦਾ ਮਲਾਹ ਹੁੰਦਾ ਹੈ, ਅਦਾਕਾਰ ਅਸ਼ਰਫ ਰਾਈ ਸਾਹਿਬ। ਮੈਂ ਕਿਹਾ ਅਦਾਕਾਰ ਇਫਤਖਾਰ ਠਾਕੁਰ ਸਾਹਿਬ, ਐਸਾ ਬਰੀਕ ਬਰੀਕ ਜੋ ਕੁਲਫੀ ਦਾ ਸਹੁਰਾ ਹੁੰਦਾ, ਕੱਲ ਇੱਥੇ ਡਰਾਮਾ ਨਹੀਂ ਹੋਣਾ, ਕੀ ਹੋਣਾ, ਉਹਦਾ ਸ਼ੋਅ ਹੋਣਾ ਈ, ਉਹਨੇ ਬਟਨ ਚੋਂ ਲੰਘਣ ਦਾ ਮੁਜ਼ਾਹਰਾ ਕਰਨਾ ਈ। ਅਦਾਕਾਰ ਸਖਾਵਤ ਨਾਜ਼, ਏਡਾ ਬਰੀਕ ਕਿਉਂ ਅਗਵਾ ਹੋ ਗਿਆ ਈ, ਸੁੱਤਾ ਸੀ ਕੀੜੇ ਧਰੂਮ ਕੇ ਲੈ ਗਿਆ। ਅਦਾਕਾਰ ਅਮਾਨਤ ਚੰਨ,
ਜੋ ਚਿਕਨ ਦਾ ਕੋਫਤਾ ਹੁੰਦਾ ਹਾਏ ਪਾਣੀ ਖੋਲਿਆ ਸੂ ਮੂੰਹ ਧੋਣ ਵਾਸਤੇ ਮੂੰਹ ਵੇਖ ਕੇ ਪਾਣੀ ਫੇਰ ਉੱਤੇ ਚੜ ਗਿਆ ਬੋਲ ਗਿਆ ਤੂੰ ਤੇ ਮੂੰਹ ਧੋ ਲੈਗਾ ਮੇਰੀ ਖੁਰਕ ਕਿੱਥੋਂ ਜਾਏਗੀ ਅਦਾਕਾਰ ਜਵਾਦ ਵਸੀਮ ਸਾਹ ਸੁਭਾਨ ਅੱਲਾਹ ਸਲਾਮੀ ਫਰਕਾ ਲੋਕਾਂ ਨੂੰ ਕਹਿੰਦਾ ਗਾਣਾ ਹਰਾਮ ਹੈ ਆਪ ਦੁਬਈਓਂ ਟੇਪਾਂ ਲਿਆ ਕੇ ਵੇਚਦਾ ਅਦਾਕਾਰ ਸੁਹੇਲ ਅਹਿਮਦ ਐਡਾ ਵੱਡਾ ਮੂੰਹ ਜਿਵੇਂ ਬਾਈਪਾਸ ਹੁੰਦਾ ਅਦਾਕਾਰ ਸੁਹੇਲ ਅਹਿਮਦ ਐਡਾ ਵੱਡਾ ਮੂੰਹ ਹਾਂਜੀ ਕੱਲ ਸੜਕ ਤੇ ਖਲੋ ਕੇ ਬਾਸੀ ਲਈ ਸੀ ਫੇਰ ਤਿੰਨ ਰਕਸ਼ੇ ਵਿੱਚ ਜਾਵੇ ਅਦਾਕਾਰ ਸੁਹੇਲ ਅਹਿਮਦ ਐਡਾ ਵੱਡਾ ਮੂੰਹ ਵਿੱਚ ਆਂਡੇ ਰੱਖੋ ਚੂਚੇ ਨਿਕਲ ਆਉਂਦੇ ਨੇ ਲਾਨਤ ਅਮੀਰ ਹੋ ਗਏ ਫੇਰ ਵੀ ਘੁੱਗੂ ਘੋੜੇ ਵੇਚਣੇ ਨੇ ਬੇਬਾ ਮੈਂ ਤੇ ਚੰਨੀ
ਅੰਕਲ ਤੂੰ ਕਾਰੋਬਾਰ ਨਾ ਐਡੀ ਬਿਜ਼ਨਸਮੈਨ ਨਾ ਬਣ ਕਾਰੋਬਾਰ ਕਾਰੋਬਾਰ ਮੈਂ ਆਪ ਕਰਾਂਗਾ ਤੂੰ ਸਿਰਫ ਵਿਆਹ ਕਰਕੇ ਘਰ ਚ ਬਹਿਣਾ ਬਸ ਠੀਕ ਹੈ ਬਾਊ ਹਾਂ ਬਸ ਮੈਂ ਆਪਣੇ ਆਪੇ ਨੂੰ ਵੀ ਕਹਿ ਦਿੱਤਾ ਸਾਡਾ ਵਿਆਹ ਹੋ ਜਾਏਗਾ ਆਪਾਂ ਮੇਰਾ ਮੰਨ ਗਿਆ ਮੰਨ ਗਿਆ ਚਲ ਚੰਗਾ ਹੋਇਆ ਅੱਬਾ ਨਾ ਮੰਨਦਾ ਮੈਂ ਉਹਦੀਆਂ ਵੱਖੀਆਂ ਵੀ ਭੰਨ ਦੇਣੀਆਂ ਸੀ ਨਹੀਂ ਤੂੰ ਹੈ ਤੇ ਡਰ ਹਾਂ ਅੱਬੇ ਕੋ ਮੈਂ ਡਰਦਾ ਡੁਰਦਾ ਕੋਈ ਨਹੀਂ ਆਪਾਂ ਮੇਰਾ ਵੇਖ ਲਓ ਜਿਵੇਂ ਕਸ਼ਤੀ ਚਲਾਉਣ ਵਾਲਾ ਚੱਪੂ ਹੁੰਦਾ ਅੱਬੇ ਕੋ ਨਹੀਂ ਮੈਂ ਘਬਰਾਉਂਦਾ ਤੈਨੂੰ ਮੈਂ ਦੱਸਾਂ ਅੱਬਾ ਮੇਰੇ ਕੋਲੋਂ ਡਰਦਾ ਹੀ ਕੀ ਮਤਲਬ ਇੱਕ ਦਿਨ ਮੈਂ ਉਹਨੂੰ ਬੜੀ ਬੁਰੀ ਕੀਤੀ ਆਪਾਂ ਧੋਤੀ ਬੰਨ ਕੇ ਸੁੱਤਾ ਸੀ ਮੈਂ ਪੈਰਾਂ ਨਾਲ ਪੱਖਾ ਲਾਤਾ ਬੜਾ ਮਜ਼ਾ ਆਇਆ ਅੱਬਾ ਕਿਧਰੇ ਧੋਤੀ ਕਿਧਰੇ ਤੇ ਮੱਲੇ ਵਾਲੇ ਇਕੱਠੇ ਹੋਏ ਫਿਰ ਮੈਂ ਆਪਣੇ ਅੱਗੇ ਅੱਬਾ ਮੇਰਾ ਬੱਬਰ ਸ਼ੇਰ ਹੀ ਪਰੇ ਹੋ ਕੇ ਗੱਲ ਕਰੀ ਦੀ ਬਾਬਿਆਂ ਨਾਲ ਮੇਰੇ ਬੱਚਿਆ ਓਏ ਸਾਨੂੰ ਨੂੰ ਨੀ ਚਾਹੀਦੀ ਸਾਨੂੰ ਚਾਹੀਦੀ ਨਕਰਾਣੀ ਇਧਰੋ ਅੱਬਾ ਜੀ ਬੜਾ ਤੁਹਾਡਾ ਚੋਰ ਸੋਚਣ ਦਾ ਮੂੰਹ ਮੈਂ ਮਾਫੀ ਚਾਹੁੰਦਾ ਅੱਬਾ ਜੀ ਗੱਲ ਪਤਾ ਕੀ ਪਰੇ ਮਰ ਮੈਂ ਗੱਲ ਕਰਨ ਡਿਆ ਉੱਤੋਂ ਆਈ ਗਰੀਬਣੀ ਦੀ ਹੈਗੀ ਇਹਦੇ ਨਾਲ ਮੇਰਾ ਵਿਆਹ ਕਰ ਦੋ ਨੁਕਰਾਣੀ ਦੀ ਨੁਕਰਾਣੀ ਤੇ ਬਾਹੂ ਦੀ ਬਾਹੂ ਇਹਨਾਂ ਔਰਤਾਂ ਨੂੰ ਮੈਂ ਚੰਗੀ ਤਰ੍ਹਾਂ ਜਾਣਨਾ ਦੋ ਦਿਨ ਰਹਿੰਦੀਆਂ ਨਕਰਾਣੀਆਂ ਫਿਰ ਨੌਵਾਂ ਬਣ ਜਾਂਦੀਆਂ ਸਾਡੀਆਂ ਮੰਜੀਆਂ ਬਾਹਰ ਅੱਬਾ ਜੀ ਇਹ ਉਹੋ ਜਿਹੀ ਨਹੀਂ ਹੈਗੀ ਸਮਝੀ ਦਾ ਹੁੰਦਾ ਤੁਸੀਂ ਮੈਂ ਜਾਣ ਚੱਲ ਕੁੜੀਏ ਖਬਰਦਾਰ ਅੱਜ ਤੋਂ ਬਾਅਦ ਸਾਡੇ ਘਰ ਆਈ ਚੰਗੀ ਤਰ੍ਹਾਂ ਸਮਝਾਈ ਮੈਂ ਆਪ ਵੀ ਨਾ ਸਮਝਾਉਂਦਾ ਵੀ ਆ ਕਿ ਨਹੀਂ ਮਿਲ ਗਏ ਨੇ ਜਨਾਬ ਪੈਸੇ ਹੁਣ ਤੁਸੀਂ ਇਹਨੂੰ ਵੀ ਸੀ ਐਨ ਜੀ ਤੇ ਕਰਾ ਲਵੋ ਬਸ ਬਸ ਆਪਣੀ ਇੱਜ਼ਤ ਆਪਣੇ ਹੱਥੋਂ ਦੀ ਮੈਂ ਦੱਸਾਂ ਇਹ ਆਪਣਾ ਪੈਸੇ ਲੈਣ ਦੇ ਬਈ ਬੇਟਾ ਆਹੋ ਜੀ ਹਾਂਜੀ ਤੇ ਕਿੰਨੇ ਮਿਲੇ ਆ 100 ਰੁਪਈਆ ਉਹ 10 ਲੱਖ ਚੋਂ 100 ਰੁਪਈਆ ਚਲੋ ਸ਼ੁਕਰ ਕਰੋ ਉਹਨੇ ਦੇਣੇ ਤੇ ਸ਼ੁਰੂ ਕੀਤੇ ਨੇ ਤੁਸੀਂ ਤੇ 10 ਲੱਖ ਬਲੌਕ ਕਰਕੇ ਹੀ ਬੈਠੇ ਸੀ ਉਹ ਕਿਹੜਾ ਬਲੌਕ ਆ ਕੀ ਬਲੌਕ ਦੱਸੀ ਉਹ ਦੇਣੇ ਉਹਨੇ ਬਹੁਤੇ ਹਣ ਚਾਚੇ ਉਹ ਉਹਨੇ 100 ਦਾ ਨੋਟ ਕੱਢਿਆ ਉਹਰੇ ਬੋਤਲਾਂ ਮੰਗਾਉਣ ਵਾਸਤੇ ਇਹ ਨਾ ਮੁਰਾਦ 100 ਵੇਖ ਕੇ ਉਹਨੂੰ ਦੁਆਵਾਂ ਦੇਣ ਲੱਗਾ ਉਹਨੇ ਫਿਰ 100 ਦੇ ਕੇ ਟੋਰ ਦਿੱਤਾ ਇਹ ਬਦਮਾਸ਼ ਨਹੀਂ ਉਹਨਾਂ ਦਾ ਕੁੱਤਾ ਬੂਏ ਕੇ ਵਜਾ ਸੀ ਉਹਦੇ ਕੋਲ ਡਰ ਗਏ ਨਹੀਂ ਐ ਆਹ ਤੇ ਕੁੱਤਾ ਵੀ ਤੇ ਵੇਖ ਨਾ ਮੇਰੇ ਨਾਲ ਵੱਡਾ ਮੂੰਹ ਸੀ ਉਹਦਾ
ਨਾ ਮੁਰਾਦ ਨਾ ਕੋਈ ਲੈਣਾ ਨਾ ਦੇਣਾ, ਮੈਨੂੰ ਹੀ ਵੇਖੀ ਜਾਣ ਦੇ। ਸ਼ਡਿਊਲ ਵਿਚ ਸ਼ਾਮਲ ਸੀ। ਕਿਹੜੇ ਸ਼ਡਿਊਲ? ਕਿੱਥੋਂ ਦੇ ਬਦਮਾਸ਼ ਹੋ ਤੁਸੀਂ? ਅੱਬਾ ਜੀ ਜਾਓ ਤੁਸੀਂ, ਸਾਨੂੰ ਚੱਲਿਆ ਮੈਂ ਨਵੀਂ ਖੈਰ ਹੋਵੇ। ਅੱਲਾ ਖੈਰ ਕਰੇ, ਮੋਟਰਸਾਈਕਲ ਵੱਢ ਕੇ ਦੇ ਅੱਗੇ ਲਾਓ ਤੇ ਚਿੰਗਚੀ ਚਲਾਇਆ ਕਰੋ। ਬਸ ਬਸ ਐਡਾ ਚਿੰਗਚੀ, ਚਲੋ ਛੋੜ ਦੋ ਅੰਕਲ ਜਾਏ ਆ। ਉਹ ਤਾਂ ਵਾਹ ਤੂੰ, ਮੈਂ ਤੈਨੂੰ ਲੈ ਦੇਣਾ ਬੰਦੂਕਾਂ। ਓਏ ਅਕਲ ਕਰ, ਬੰਦੂਕਾਂ ਸਰਦੀਆਂ ਚ ਲੈ ਦੇ ਵੀ, ਗਰਮੀਆਂ ਹੀ ਤਾਂ ਸੁਣਿਆ ਆਪ ਹੀ ਚੱਲ ਜਾਂਦੀਆਂ। ਯਾਰ ਤੁਸੀਂ ਮੇਰੇ ਸੱਜੇ ਖੱਬੇ ਖਲੋਤੇ, ਪਤਾ ਲੱਗੇ ਦੋ ਕਰ ਦਾ ਸ਼ਬ ਸ਼ਬਾ। ਵਾਰੇ ਵਾ, ਸੁਰਮਾ ਵਿਕ ਗਈ ਹੈ ਜੀ। ਅਰੇ ਪਤਨੀ ਰਾਤ ਨੂੰ ਵਸੇ ਤੁਸੀਂ, ਬਾਲੀ ਬੇਰਾਲੀ ਨੀ ਗਾ ਤੁਹਾਡੀ ਪਰਚਾਈ ਦੀ ਪਰਚਾਈ ਮਰੀ? ਓਏ ਆਹੋ ਜਿਹੜੀ ਤੁਹਾਡੀ ਬੀਵੀ ਸੀ ਉਹਦੀ ਪਰਚਾਈ ਜਿਹੜੀ ਤੇ ਬਾਲੀ ਬੇਰਾਲੀ ਮਰੀ ਫਿਰ? ਨਹੀਂ ਉਹ ਤੈਨੂੰ ਨਹੀਂ ਪਤਾ ਲੱਗਣ ਡਿਆ ਡੋਗਰਾ, ਉਹ ਜਿਹੜੀ ਆਉਂਦੇ ਜਾਂਦੇ ਬੰਦੇ ਉੱਤੇ ਪਾਣੀ ਸੁੱਟਦੀ ਸੀ ਤੇ ਬਾਲੀ ਬੇਰਾ ਵਾਲੀ ਹੋਈ ਨਾ। ਓਏ ਅਕਲ ਕਰ, ਮਰੇ ਹੋ ਕਿਸੇ ਹੋਰ ਖਤੂਨ ਦੀ ਗੱਲ ਕਰਨ ਡੇ ਆ? ਉਹ ਜਿੱਦਾਂ ਨਿੱਕਾ ਮੁੰਡਾ ਝੱਲਿਆ ਏ ਤੇ ਉਹ ਤੇ ਬਾਲੀ ਬੇਰਾ ਵਾਲੀ ਮਰੀ ਨਾ ਫਿਰ? ਕੀ ਗੱਲ ਯਾਰ, ਬਾਲੀ ਬੇਰਾ ਵਾਲੀ ਕਿਵੇਂ ਮਰ ਗਈ? ਉਹਦੀ ਕਿਸੇ ਗੱਡਾ ਕੱਢ ਛੱਡੀ ਸੀ। ਓਏ ਉਹ ਨੀ ਮਰੀ, ਤੁਸੀਂ ਤਾਂ ਪਤਾ ਨੀ ਕੀ ਹੋ ਗਿਆ ਤੁਹਾਨੂੰ, ਉਹ ਜਿਹੜੀ ਅੱਖਾਂ ਤੋਂ ਭੈਂਦੀ ਸੀ ਥੋੜੀ ਜਿਹੀ ਉਹ ਹੀ ਨਾ ਤੇ ਬਾਲੀ ਬੇਰਾ ਵਾਲੀ ਮਰੀ? ਉਹਨਾਂ ਕਿਹਾ ਕਮਾਲ
ਝੂਠ ਬੋਲਦੇ ਬਕਵਾਸ ਕਰਦੇ ਆਪਣੀ ਅੰਮੀ ਨੇ ਪੱਖੇ ਥੱਲੇ ਬੈਠਾ ਮੇਰੀ ਅੰਮੀ ਕਹਿੰਦੀ ਪੱਖਾ ਹੌਲਾ ਕਰਦੇ ਇਹਨੇ ਪਰ ਲਾ ਤੇ ਵੋਟ ਕਿਸੇ ਨੇ ਨੀ ਪਾਇਆ ਮਹੱਲੇ ਚ ਖਲੋ ਕੇ ਕਹਿੰਦਾ ਵੋਟ ਨੀ ਪਾਉਣੀ ਤੇ ਬੰਦਾ ਲੂਣ ਨੀ ਲਾ ਦਿੰਦਾ ਬਿਲਕੁਲ ਝੂਠਾ ਬੰਦੇ ਮੈਂ ਤੈਨੂੰ ਕਹਿਣ ਡਿਆ ਉਹ ਝੂਠਾ ਬੰਦਾ ਹੀ ਆਪਣੇ ਘਰ ਨਾ ਹੁੰਦੇ ਆ ਸੀ ਇੱਕ ਬੰਦਾ ਕੁੰਡੀ ਖੜਕਾ ਕਹਿੰਦਾ ਭਾਈ ਸਾਹਿਬ ਬਾਹਰ ਆ ਤੇ ਆਉਂ ਜੀ ਨਾਲ ਆਉਂਦਾ ਬਾਹਰ ਆ ਗਿਆ ਉਹ ਬੰਦਾ ਸ਼ਰਮਿੰਦਾ ਹੋਇਆ ਕਹਿੰਦਾ ਭਾਈ ਕੁਝ ਪਾ ਕੇ ਆ ਤੇ ਅੰਦਰੋਂ ਜੁੱਤੀ ਪਾ ਕੇ ਆ ਗਿਆ ਓਹ ਹਾਏ ਮਰਾਟੀਆ ਬੰਦਾ ਹੀ ਇਹ ਝੂਠਾ ਬੰਦਾ ਹੀ ਮੈਂ ਤੈਨੂੰ ਦੱਸ ਦਿਆ ਨਹੀਂ ਤੂੰ ਝੂਠ ਬੋਲਦੇ ਆ ਇਹਦਾ ਇੱਕ ਦੋਸਤ ਕਹਿੰਦਾ ਯਾਰ ਜਹਾਜ਼ ਏਡਾ ਵੱਡਾ ਹੁੰਦਾ ਇਹਨੂੰ ਰੰਗ ਕਿਵੇਂ ਕਰਦੇ ਇਹ ਕਹਿੰਦਾ ਜਦੋਂ ਉੱਡ ਕੇ ਉੱਤੇ ਜਾਂਦਾ ਤੇ ਛੋਟਾ ਜਿਹਾ ਦਿਸਦਾ ਨਾ ਉਦੋਂ ਕਰਦੇ ਨੀ ਆਪਣੇ ਗੱਡੀ ਲੈ ਕੇ ਦਿੱਤੀ ਉਹਦਾ ਹੱਥ ਵੱਢ ਦਿੱਤਾ ਮੈਂ ਕਿਹਾ ਇਹ ਕੀ ਕੀਤਾ ਕਹਿੰਦਾ ਚੁੱਪ ਕਰ ਇੱਕ ਹੱਥ ਚਲਾਏਗਾ ਗੱਡੀ ਠੀਕ ਰਹੇਗੀ ਬੜਾ ਲਾਂਗ ਦੀ ਝੂਠ ਬੋਲਦੀ ਇਹ ਪੰਜ ਦੋਸਤ ਵੇਲੇ ਫਿਰਦੇ ਸਰ ਪੰਜ ਜਾਣੇ ਇਹਨਾਂ ਨੇ ਸੋਚਿਆ ਕਿ ਬਿਜ਼ਨਸ ਕਰੀਏ ਇਹਨਾਂ ਨੇ ਪੈਸੇ ਇਕੱਠੇ ਕਰਕੇ ਇੱਕ ਟੈਕਸੀ ਲਈ ਤੇ ਸਾਰੀ ਦਿਹਾੜੀ ਲੈ ਕੇ ਫਿਰਦੇ ਰਹੇ ਸਵਾਰੀ ਕੋਈ ਨਹੀਂ ਬੈਠੀ ਪੰਜ ਤੇ ਆਪ ਸੀ ਤਿੰਨ ਪਿੱਛੇ ਦੋ ਅੱਗੇ ਸਵਾਰੀ ਕਿੱਥੇ ਬੈਠੀ ਇਹ ਬੜਾ ਬਦਤਮੀਜ਼ੀ ਇਹਦੀ ਗੱਲ ਦਾ ਯਕੀਨ ਨਾ ਕਰੀ ਇਹਨੇ ਇੱਕ ਮਾਈ ਨੂੰ ਸੜਕ ਪਾਰ ਕਰਾਈ ਉਹਨੇ ਦਵਾਵਾਂ ਦੇਣ ਦੀ ਬਜਾਏ ਇਹਨੂੰ ਗਾਲਾਂ ਕੱਢੀਆਂ ਕਹਿੰਦੀ ਉਤਰਿਆ ਮਸਾਂ ਮਸਾਂ ਮੈਂ ਉੱਧਰ ਗਈ ਮੈਨੂੰ ਫੇਰ ਇੱਧਰ ਲੈਣ ਲਈ ਮੰਜ਼ਿਲ ਤੋਂ ਡਿੱਗ ਪਈ ਤੂੰ ਕਮਾਲ ਮੈਂ ਤੈਨੂੰ ਕਦੇ ਮਾਫ਼ ਨਹੀਂ ਕਰੂੰਗੀ ਨਾ ਮਾਫ਼ ਕਰ ਤੇਰੀ ਮਾਫ਼ੀ ਨਾ ਕਿਹੜਾ ਮੈਨੂੰ ਜੰਨਤ ਮਿਲ ਲਈ ਕਮਾਲ ਕਮਾਲ ਬਾਹਰ ਆਓ ਦਾਣੇ ਭੁੰਨਣ ਵਾਲੀ ਦਾ ਮੁੰਡਾ ਖਲੋਤਾ ਹੁਣ ਮੈਂ ਇੱਥੇ ਮੱਝਾਂ ਲੈ ਕੇ ਫਿਰਾਂ ਤੇ ਫੇਰ ਮੰਨੇਗੀ ਤੂੰ ਮੈਂ ਤੈਨੂੰ ਕਹਿਣ ਤੇਰੀ ਬੜੀ ਮਿਹਰਬਾਨੀ ਸਪਨਾ ਵੇ ਤੇਰਾ ਫਰ ਬੜੀ ਮੋਟੀ ਪਿੰਨੀ ਤੇਰੀ ਉਹਦੇ ਪਿੱਛੇ ਕੁੜੀਆਂ ਇੰਜ ਆਉਂਦੀਆਂ ਜਿਵੇਂ ਨੇਰੀ ਚ ਛਾਪਰ ਨੀ ਆਉਂਦੇ ਉਹ ਚਾਚਾ ਜੀ ਇਹ ਬੇਵਾ ਔਰਤ ਕਹਿੰਦੀ ਤੇਰਾ ਚਾਚਾ ਮਸ਼ੀਨਾਂ ਦਿੰਦਾ ਚਾਚਾ ਉਹਨੂੰ ਕੁੜੀ ਨੂੰ ਸਮਝਾਉਣਾ ਤੂੰ ਕੀ ਸਮਝਾਉਣਾ ਇਹਨੂੰ ਤੁਹਾਡੀ ਮਿਹਰਬਾਨੀ ਹੈ ਤੁਹਾਡੀ ਨੋਹ ਹੈ ਕੀ ਹੋ
ਮੇਰੇ ਚਾਚੇ ਦਾ ਮੂੰਹ ਵਲੈਣ ਜੀ ਦਾ ਕਿਉਂ ਹੀ ਉਹ ਫਰਿਸ਼ਤਾ ਮੂੰਹ ਬਣਾਉਣ ਡਿਆ ਸੀ ਨਾਲ ਦਾ ਫਰਿਸ਼ਤਾ ਲਤੀਫਾ ਸੁਣਾਇਆ ਕਰਦਾ ਇਹ ਜਿਸ ਵੇਲੇ ਫਰਿਸ਼ਤੇ ਬੰਦੇ ਬਣਾਉਂਦੇ ਉਹ ਤੂੰ ਝਾਤੀਆਂ ਮਾਰਨਾ ਚੱਲ ਦੌੜ ਜਾ ਉਹ ਚਾਚਾ ਜੀ ਕੁੜੀ ਨਾਲ ਨਾ ਮੈਂ ਪਿਆਰ ਕਰਦਾ ਵੇਖੋ ਨਾ ਕਮਾਲੇ ਦਾ ਵਿਆਹ ਤੇ ਹੋ ਗਿਆ ਮੇਰੇ ਅੱਪੇ ਦੀਆਂ ਲੱਤਾਂ ਵੱਡੀਆਂ ਚਾਚੇ ਵੀ ਪਿਓ ਹੀ ਹੁੰਦੇ ਨੇ ਇਹਨਾਂ ਨਾਲ ਜ਼ਰਾ ਵਿਆਹ ਦੀ ਗੱਲ ਕਰ ਦੋ ਮੈਨੂੰ ਲੱਗਦਾ ਮੈਨੂੰ ਵਾਇਰਲ ਨਵੀਂ ਕਰਾਉਣੀ ਪੈਣੀ ਲੱਖ ਰੁਪਇਆ ਰਾਹ ਚ ਮੈਨੂੰ ਡਾਕੂ ਪੈ ਗਏ ਫੇਰ ਨਾਲ ਕੋਈ ਤਗੜਾ ਬੰਦਾ ਚਾਹੀਦਾ ਚੱਲ ਆਪਾ ਮੈਂ ਚੱਲ ਆ ਗਿਆ ਮੇਰਾ ਮਾਜੂ ਪੁੱਤਰ ਦਹਿਸ਼ਤ ਬੋਲਿਆ ਕਰ ਆਪਾਂ ਜੀ ਉਹ ਜ਼ਮੀਨ ਲੈਣੀ ਤੇ ਦੋ ਮੁਲਾਜ਼ਮ ਰੱਖੇ ਐਡੇ ਐਡੇ ਪਿੰਡੇ ਦੇ ਐਡੇ ਐਡੇ ਤਦ ਉਹਨਾਂ ਦੀ ਦਹਿਸ਼ਤ ਪੈਂਦੀ ਉਹਨਾਂ ਨਾਲ ਜਾਂਦੇ ਤਿੰਨ ਬਲੇਡਾਂ ਦੀ ਸੇਫਟੀ ਤੇਰੀ ਵਜ੍ਹਾ ਤੋਂ ਆਜ਼ਾਦ ਹੋਈ ਉਹ ਕਿਉਂ ਜੀ ਪਹਿਲਾਂ ਬਲੇਡ ਇੱਥੋਂ ਤੱਕ ਸ਼ੇਵ ਕਰਕੇ ਤੇ ਅਗਲੇ ਨੂੰ ਕਹਿੰਦਾ ਬਹੁਤ ਸ਼ੋਕੇ ਹੋ ਤੁਹਾਨੂੰ ਲਏ ਮੌਲਾ ਨਾ ਮੁਰਾਦਾ ਪਹਿਲੇ ਵੱਡਾ ਬਲੇਡ ਸੀ ਦੂਜਾ ਨਿਕਲ ਆਤਾ ਸੀ ਪਹਿਲਾਂ ਕਰਤਾ ਛਨ ਦੂਜਾ ਸੁਣ ਵੈਸੇ ਨਾਈ ਇਹਦੀ ਸ਼ੇਵ ਕਰਦਾ ਨਹੀਂ ਜੀ ਨਹੀਂ ਕਰਦਾ ਮੂੰਹ ਤੇ ਖੇਡ ਕੇ ਦੌੜ ਜਾਂਦਾ ਇਹਦੀ ਸ਼ੇਵ ਕਰਦਾ ਨਾਈ ਕਿਤੇ ਦਾ ਕਿਤੇ ਜਾਨ ਨਿਕਲਦਾ ਜਦੋਂ ਸ਼ੇਵ ਕਰਾਉਂਦਾ ਨਾ ਨਾਈ ਆਪਣੀ ਬੁੱਢੀ ਨੂੰ ਕਹਿੰਦਾ ਅੱਛਾ ਭਲੀਏ ਮੈਂ ਚੱਲਾਂ ਸ਼ੇਵ ਕਰਨ ਮੈਨੂੰ ਪਤਾ ਨਹੀਂ 8 ਦਿਨ ਲੱਗਣੇ 10 ਦਿਨ ਲੱਗਣੇ ਤੂੰ ਬੱਚੇ ਲੈ ਕੇ ਤੇ ਅੰਮੀ ਵੱਲੋਂ ਹੋਇਆ ਹੈ ਨਾ ਨਹੀਂ ਤੁਸੀਂ ਤੇ ਸਾਰੇ ਭਰਾ ਇਕੱਠੇ ਮੂੰਹ ਜੋੜ ਕੇ ਕਰਾ ਲੈਂਦੇ ਵੈਸੇ ਪੁੱਤਰ ਨਾਈ ਮੰਨ ਜਾਂਦਾ ਸ਼ੇਵ ਜੀ ਮੰਨ ਜਾਂਦਾ ਜੀ ਤੁਸੀਂ ਕਰਾਣੀ ਈਦ ਵਾਲੇ ਦਿਨ ਸ਼ੇਵ ਕਰਾਉਣ ਗਿਆ ਨਾਈ ਅੱਧੀ ਸ਼ੇਵ ਕਰਕੇ ਬਹਿ ਗਿਆ ਮੈਂ ਕਿਹਾ ਕੀ ਹੋਇਆ ਕਹਿੰਦਾ ਜੀ ਮੂੰਹ ਐਡਾ ਉਸ ਤਰ੍ਹਾਂ ਗਰਮ ਹੋ ਗਿਆ ਲੱਖ ਰੁਪਈਏ ਨਹੀਂ ਪੁੱਤਰ 55 ਰੁਪਈਏ ਨੇ ਲੱਖ ਵਾਰੀ ਕਿਹਾ 55 ਲੱਖ ਜੇ ਲੈ ਲਵੇ ਤੇ ਵਿੱਚੋਂ 5 ਤੇਰੇ ਤੇ 5 ਵੀ ਕੋਲ ਰੱਖ ਉਹਦਾ ਬਾਜਰਾ ਖਾ ਲੈ 5 ਦਾ ਬਾਜਰਾ ਨਾ ਆਪਾਂ ਜੀ 2 ਰੁਪਏ ਦਿਓ ਆਰਾਮ ਨਾਲ ਹਵਾ ਭਰਾ ਲੈਣਾ
ਮਫਲਰ ਲਾ ਕੇ ਪਿਛਲੇ ਸਾਲ ਦੀ ਮੂਲੀ ਹੁੰਦੀ ਪਾਣੀ ਪਾਉਣਾ ਦੌਰਾ ਪੈਣ ਲੱਗੇ ਫੇਰ ਮੈਂ ਹੈਰਾਨ ਆ ਕਿਸ ਗੱਲੋਂ ਬਈ ਇੱਕ ਰੰਗ ਦੇ ਦੋ ਬਰੀਫ ਕੇਸ ਨਹੀਂ ਸਾਡਾ ਨਹੀਂ ਤੁਹਾਨੂੰ ਤੁਹਾਡੇ ਵਰਗੀ ਸਾਵਾਂ ਮੇਰੇ ਤੇਰੇ ਵਾਲਾ ਜਮਾਂਦਰ ਲੈ ਗਏ ਆ ਇਹ ਮੈਨੂੰ ਲੱਗਦਾ ਇੰਜ ਤੇ 6-7 ਨੇ ਇੱਥੇ 6-7 ਅਸਲ ਬਰੀਫ ਕੇਸ ਕਿਧਰ ਹੈ ਜਲਦੀ ਬਤਾਓ ਮੈਨੂੰ ਦੱਸੋ ਕੋਈ ਬੰਦਾ ਜਿਹੜਾ ਰਕਸ਼ੇ ਦੇ ਵਿੱਚ ਸਵਾਰੀ ਜਿਹੜੀ ਆਪਣਾ ਸਮਾਨ ਭੁੱਲ ਜਾਂਦੀ ਹੈ ਤੇ ਫਿਰ ਰਕਸ਼ੇ ਵਾਲੇ ਨੂੰ ਚਾਹੀਦਾ ਕਿ ਉਹਦਾ ਸਮਾਨ ਵਾਪਸ ਕਰੇ ਇਮਾਨਦਾਰੀ ਤੇ ਇਹੋ ਵੀ ਦੇਣਾ ਚਾਹੀਦਾ ਇਹਨਾਂ ਦਾ ਬਰੀਫ ਕੇਸ ਜੀ ਦੇ ਦਿਓ ਮੈਂ ਦੱਸਣਾ ਅਸਲੀ ਕਿੱਥੇ ਆ ਕੀ ਅਸਲੀ ਕਿੱਥੇ ਆ ਦੱਸਣਾ ਤੈਨੂੰ ਕਿੱਥੇ ਪਰੇ ਹੋ ਐਵੇਂ ਬਕਵਾਸ ਕਰਦਾ ਜੀ ਇਹ ਉਦੋਂ ਦਾ ਝੂਠੇ ਲੈਣ ਦੀ ਇਹ ਜੀ ਅਸਲੀ ਬਰੀਫ ਕੇਸ ਇਹ ਮੇਰਾ ਤੇ ਉਹ ਬਾਜੀ ਮੇਰਾ ਬਰੀਫ ਕੇਸ ਸਾਰਾ ਬਰੀਫ ਕੇਸ ਬਾ ਬਦਮਾਸ਼ ਮਾਰੀ ਵੱਡਾ ਇਹਨੂੰ ਥਾਣੇ ਲੈ ਕੇ ਚੱਲ ਐਵੇਂ ਥਾਣੇ ਲੈ ਜਾ ਮੈਂ ਨਹੀਂ ਦੇਣਾ ਕਿਸੇ ਮਰਾਸੀ ਨੂੰ ਓਏ ਅਵਤਾਰ ਮਰਾਸੀ ਕਿਆ ਇਹ ਸਾਡੇ ਇਨਸਪੈਕਟਰ ਸਾਹਿਬ ਨੇ ਚੱਲ ਮਰਾਸੀ ਨਾ ਓਏ ਲੈ ਕੇ ਚੱਲੋ ਥਾਣੇ ਬਾਬਾ ਮਾਰੀ ਨਾ ਬਾਜੀ ਇੱਕ ਮਿੰਟ ਮੇਰੀ ਗੱਲ ਤੇ ਸੁਣ ਕੇ ਨਾ ਕੇ ਮੇਰਾ ਵੀ ਚੱਲਣ ਸਾਰੇ ਚੱਲ ਆ ਗੱਡੀ ਜਿਵੋ ਗੋਲਨ ਮਾਂ ਮਿਹਰਬਾਨੀ ਜੀ ਕਿੱਧਰ ਜਨਾਬ ਟੋਕਰ ਤੇ ਰੋਟੀ ਪਕਾਈ ਤੁਸੀਂ ਕਿੱਧਰ ਆ ਟੋਕਰ ਵੀ ਡਿੱਗੀ ਸੁੱਟ ਹੋਏ